ਦੱਸੋ ਕੀ ਕਰਿਆ ਅਤੇ ਕੀ ਅੱਗੇ ਕਰਨਾ ਮੂੰਹੋਂ ਬੋਲ ਆਪ ਅਸੀਂ ਪੁੱਛਦੇ ਨਾ ਹਿਸਾਬ ਨੂੰ ਆਪਣੀ ਖੁਰਾਕ ਬਿਨਾਂ ਤਿਤਲੀਆਂ ਭੌਰ ਭੁੱਖੇ ਕੰਡਿਆਂ ਨੇ ਘੇਰੇ ਵਿੱਚ ਲੈ ਲਿਆ ਗੁਲਾਬ ਨੂੰ ਹਰ ਨਵੇਂ ਦਿਨ ਬਹਿਣ ਪੈਂਦੇ ਵਿਖਰਾਮ ਸਿੰਘਾਂ ਸਦਾ ਲਈ ਹੰਸ ਛੱਡ ਰਹੇ ਨੇ ਪੰਜਾਬ ਨੂੰ ਸਦਾ ਲਈ ਹੰਸ ਛੱਡ ਰਹੇ ਨੇ ਪੰਜਾਬ ਨੂੰ ਕਾਮਾ ਗਾਟਾ ਮਾਰੂ ਜਹਾਜ਼ ਕਿੱਥੋਂ ਤੁਰਿਆ ਕਿੱਥੇ ਜਾ ਕੇ ਰੁਕਿਆ ਮੈਂ ਆਪਣੇ ਗੀਤ ਰਾਹੀਂ ਕਹਿਣ ਲੱਗਿਆ ਕਾਮਾ ਗਾਟਾ ਮਾਰੂ ਦੀ ਇੱਕ ਗਾਥਾ ਸੁਣੋ ਸੁਣਾਵਾ ਭਾਰਤ ਯਾਦ ਕਰਾਉਣਾ ਗਦਰੀ ਚੱਲ ਗਏ ਘਟਨਾਵਾਂ ਛੇ ਮਹੀਨੇ ਖਾਤਰ ਉਸਦਾ ਛੇ ਮਹੀਨੇ ਖਾਤਰ ਉਸਦਾ ਦਿੱਤਾ ਬੰਨ ਕਰਾਇਆ ਹਾਂਗਕਾਂਗ ਤੋਂ ਤੋਰਿਆ ਉਸਨੂੰ ਅੱਗੇ ਚਾਲੇ ਪਾਇਆ ਸਮੁੰਦਰ ਦੀ ਹਰ ਘਾਟ ਦੇ ਉੱਤੇ ਸਮੁੰਦਰ ਦੀ ਹਰ ਘਾਟ ਦੇ ਉੱਤੇ ਪਾਬੰਦੀ ਗਈ ਲਾਈ ਭਾਰਤ ਜਾਣਾ ਚੜੇ ਮੁਸਾਫਰ ਗਏ ਜੋ ਕਰਨ ਕਮਾਈ ਰਾਜ ਹਕੂਮਤ ਗੋਰੀ ਚਿੱਟੀ ਰਾਜ ਹਕੂਮਤ ਗੋਰੀ ਚਿੱਟੀ ਅੰਦਰੋਂ ਦਿਲ ਦੀ ਕਾਲੀ ਕੀਤਾ ਦਰਜ ਮੁਕੱਦਮਾ ਫੜਿਆ ਗੁਰਦਿੱਤ ਸਿੰਘ ਸਰਹਾਲੀ ਹਮਦਰਦਾਂ ਨੇ ਇਕੱਠੇ ਹੋ ਕੇ ਆਪਣੇ ਐਕਸ਼ਨ ਕੀਤੇ ਵਾਪਸ ਕੇਸ ਕਰਾ ਕੇ ਛੱਡਿਆ ਦੋ ਤਿੰਨ ਦਿਨ ਹੀ ਬੀਤੇ ਸਾਮਰਾਜ ਸਰਕਾਰ ਪੁੱਤਰੀ ਸਾਮਰਾਜ ਸਰਕਾਰ ਪੁੱਤਰੀ ਕਰਦੀ ਰਹੇ ਕਤਾਹੀ ਭਾਰਤ ਪਰਤਣ ਵਾਲੇ ਉਸਨੇ ਕੀਤੇ ਸੀ ਤੰਗਰਾਹੀ ਵਿਕਟੋਰੀਆ ਦੀ ਕਰਟੀਨ ਤੋਂ ਆ ਕੇ ਵਿਕਟੋਰੀਆ ਦੀ ਕਰਟੀਨ ਤੋਂ ਆ ਕੇ ਬਿਲਿਆ ਕੁਝ ਸਰਮਾਇਆ ਜਹਾਜ਼ ਕੰਢੇ 'ਤੇ ਲਾਉਣ ਦੀ ਖਾਤਰ ਹਿੰਦੀਆਂ ਮੋਰਚਾ ਲਾਇਆ ਸੱਠ ਹਜ਼ਾਰ ਕਰ ਡਾਲਰ ਇਕੱਠੇ ਕਿਸ਼ਤ ਉਸ ਦੀ ਤਾਰੀ ਕਾਮਾ ਗਾਟਾ ਮਾਰੂ ਨਾ ਫਿਰ ਚੜਿਆ ਦੂਜੀ ਵਾਰੀ ਇਸ ਮਸਲੇ ਨੂੰ ਹੱਲ ਕਰਨ 'ਤੇ ਦਿੱਤੀਆਂ ਗਈਆਂ ਤਾਰਾਂ ਨਾਭਾ ਅਤੇ ਪਟਿਆਲਾ ਕਾਂਗਰਸ ਹਿੰਦ ਦੀਆਂ ਸਰਕਾਰਾਂ ਅਖਬਾਰ ਗਦਰ ਦਾ ਗਦਰ ਪਾਰਟੀ ਕੱਢਿਆ ਦੇਸ਼ ਵਿਦੇਸ਼ਾਂ ਜਲਸੇ ਹੋਣ ਮਜ਼ਾਰੇ ਲੱਗੇ ਸੁਣਿਆ ਜਦੋਂ ਸੰਦੇਸ਼ਾਂ ਇੱਥੇ ਨਹੀਂ ਰਹਿਣਾ ਵਾਪਸ ਜਾਵੋ ਇੱਥੇ ਨਹੀਂ ਰਹਿਣਾ ਵਾਪਸ ਜਾਵੋ ਹੁਕਮ ਕਨੇਡਾ ਲਾਏ ਇੱਕ ਮਹੀਨਾ ਭੁੱਖ ਮਰੀ ਨਾ ਲੜਦੇ ਮੁਸਾਫਰ ਆਏ ਟੱਗ ਜਹਾਜ਼ ਲੈ ਗੋਰੇ ਪੁਲਸੀਏ ਅਚਾਨਕ ਗੋਲੀ ਮੀਂਹ ਬਰਸਿਆ ਗੋਰਿਆ ਜ਼ੁਲਮ ਕਮਾਇਆ ਗੋਰੇ ਦੋ ਸਿਪਾਹੀ ਅਫਸਰ ਗਦਰ ਲਹਿਰ ਨੇ ਮਾਰੇ ਹੋਰ ਗਿਆਰਾਂ ਫੱਟੜ ਕਰਕੇ ਰਹੇ ਮਾਰਦੇ ਨਾਰੇ ਫਾਂਸੀ ਚਾੜੇ ਜੇਲੀ ਡੱਕੇ ਰਾਜ ਹਕੂਮਤ ਗੋਰੀ ਅਠੂਰ ਵਾਲਿਆ ਅੱਜ ਵੀ ਦੱਸਦਾ ਉਹੀ ਸੀਨ ਸਟੋਰੀ ਠੂਰ ਵਾਲਿਆ ਅੱਜ ਵੀ ਦੱਸਦਾ ਉਹੀ ਸੀਨ ਸਟੋਰੀ ਇਹ ਸੀ ਜਹਾਜ਼ ਕਾਮਾ ਗੱਟਾ ਮਾਰੂ ਕਿੱਥੋਂ ਚੱਲਿਆ ਅਤੇ ਕਿੱਥੇ ਆ ਕੇ ਰੁਕਿਆ ਦੇਸ਼ ਪਤਾ ਜਾਗਿਆ ਹੋਵੇ ਤਾਂ ਇੱਕ ਗੀਤ ਮੈਂ ਹੋਰ ਗਾ ਦਿੰਦਾ ਪੰਜਾਬੀ ਭਾਸ਼ਾ ਨੂੰ ਸਮਰਪਿਤ ਅੱਛਾ ਆ ਕਿਤਾਬ ਮੇਰੀ ਛਪੀ ਹੈ ਧਰਮ 'ਤੇ ਕਰਤ ਜੇ ਕਿਸੇ ਸੱਜਣ ਨੂੰ ਮੈਨੂੰ ਚਾਹੀਦੀ ਹੋਈ ਤਾਂ ਮੈਥੋਂ ਲੈ ਸਕਦਾ ਇਨਕਲਾਬੀ ਬੋਲਿਆ ਸ਼ੇਅਰ ਅਤੇ ਮੇਰੇ ਗੀਤ ਨੇ ਧੰਨਵਾਦ ਇਸ ਹਾਲ ਦੇ ਵਿੱਚ ਸ਼ੋਭਿਤ ਬਹੁਤ ਹੀ ਮਾਣਯੋਗ ਹਸਤੀਆਂ ਅਸੀਂ ਕੁਝ ਪਛੜੇ ਹੋਏ ਹਾਂ ਜਿਵੇਂ ਡਾਕਟਰ ਗੁਲਜ਼ਾਰ ਪੰਧੇਰ ਉਹਨਾਂ ਨੇ ਤੁਹਾਨੂੰ ਦੱਸਿਆ ਇੰਤਜ਼ਾਰ ਦੀਆਂ ਘੜੀਆਂ ਨੂੰ ਥੋੜ੍ਹਾ ਸਹਿਲ ਬਣਾਉਣ ਵਾਸਤੇ ਸੋਚਿਆ ਸੀ ਕਿ ਕੁਝ ਕਵਿਤਾਵਾਂ ਇਸ ਮਾਈਕ ਤੋਂ ਇਸ ਮੰਚ ਤੋਂ ਹੋ ਜਾਣ
ਮੈਂ ਤਰਲੋਚਨ ਲੋਚੀ ਉਹਨਾਂ ਨੂੰ ਕਹਿਣ ਗਿਆ ਸੀ, ਪਰ ਉਸ ਤੋਂ ਪਹਿਲਾਂ ਮੈਂ ਬੇਨਤੀ ਕਰੂੰਗਾ ਸਾਡੀ ਪੰਜਾਬੀ ਸਾਹਿਤ ਅਕੈਡਮੀ ਦੇ ਪੈਟਰਨ ਸਰਦਾਰ ਜਗਮੋਹਨ ਸਿੰਘ ਨਾਮਧਾਰੀ ਹੋਰਾਂ ਨੂੰ ਉਹ ਇੱਕ ਕਵਿਤਾ ਤੁਹਾਡੇ ਨਾਲ ਸਾਂਝੀ ਕਰਨਗੇ। ਸਰਦਾਰ ਜਗਮੋਹਨ ਸਿੰਘ ਨਾਮਧਾਰੀ ਜੀ, ਹੁਣ ਠੀਕ ਹੈ। ਇਹ ਅਰਜ਼ੋਈ ਹੈ ਜੀ, ਇੱਕ ਅਰਦਾਸ ਹੈ ਪਟਲ ਸਾਹਿਬ ਨੇ ਲਿਖੀ ਹੋਈ ਜੀ। ਸੁਣ ਮੇਰੀ ਅਰਜ਼ੋਈ ਓ ਰੱਬਾ, ਫਾਸੇ ਖੇੜੇ ਨਾ ਖੋਹੀ ਓ ਰੱਬਾ, ਖੋਹੀ ਨਾ ਮੂੰਹਾਂ ਤੋਂ ਲਾਲੀ, ਸਾਡੇ ਖੇਤਾਂ 'ਚੋਂ ਹਰਿਆਲੀ। ਨਾਦ ਨਾ ਖੋਹੀ ਮੋਰਾਂ ਕੋਲੋਂ, ਨਾ ਖੋਹੀ ਚੰਦ ਚਕੋਰਾਂ ਕੋਲੋਂ, ਫੁੱਲਾਂ ਕੋਲੋਂ ਰੰਗ ਨਾ ਖੋਹੀ, ਧੀਆਂ ਭੈਣਾਂ ਦਾ ਸੰਗ ਨਾ ਖੋਹੀ, ਮਾਵਾਂ ਕੋਲੋਂ ਧਰਤੀ ਕੋਲੋਂ ਰੁੱਤ ਨਾ ਖੋਹੀ, ਮਾਵਾਂ ਕੋਲੋਂ ਪੁੱਤ ਨਾ ਖੋਹੀ। ਸੁਣ ਮੇਰੀ ਅਰਜ਼ੋਈ ਓ ਰੱਬਾ, ਹਾਸੇ ਖੇੜੇ ਨਾ ਖੋਹੀ ਓ ਰੱਬਾ, ਸੁਣ ਮੇਰੀ ਅਰਜ਼ੋਈ ਓ ਰੱਬਾ, ਹਾਸੇ ਖੇੜੇ ਨਾ ਖੋਹੀ ਓ ਰੱਬਾ। ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ। ਤਰਲੋਚਨ ਲੋਚੀ ਹੋਰਾਂ ਨੂੰ ਬੇਨਤੀ ਹੈ ਕਿ ਉਹ ਮੰਚ 'ਤੇ ਆਉਣ ਅਤੇ ਆਪਣੀ ਕੋਈ ਰਚਨਾ ਅੱਜ ਦੀ ਇਸ ਅਜ਼ੀਮ ਮਹਿਫਿਲ ਦੇ ਸਨਮੁੱਖ ਕਰਨ। ਤਰਲੋਚਨ ਲੋਚੀ ਜੀ। ਇਸ ਹਾਲ ਵਿੱਚ ਹਾਜ਼ਰ ਬਹੁਤ ਪਿਆਰੇ ਦੋਸਤੋ, ਸੱਚੀਓਂ ਅੱਜ ਸਾਡੇ ਸਾਰਿਆਂ ਲਈ ਬਹੁਤ ਵੱਡਾ ਦਿਨ ਹੈ, ਬਹੁਤ ਇੱਕ ਮੁਬਾਰਕ ਦਿਨ ਹੈ। ਤੋ ਮੈਂ ਭਾਅ ਜੀ ਬਾਰੇ ਕੀ ਬੋਲਾਂ। ਭਾਅ ਜੀ ਇੱਕ ਸ਼ਾਇਰ ਨਹੀਂ, ਇੱਕ ਕਵੀ ਨਹੀਂ, ਉਹ ਤਾਂ ਇੱਕ ਮੈਂ ਸਮਝਦਾ ਕਿ ਸੰਸਥਾ ਨੇ। ਔਰ ਪਿਛਲੇ 15 ਸਾਲ ਤੋਂ ਜਿੰਨਾ ਕੁ ਮੈਂ ਭਾਅ ਜੀ ਨੂੰ ਜਾਣਦਾ ਤਾਂ ਅਕਸਰ ਭਾਅ ਜੀ ਦੀ ਤੋਰ ਦੇਖ ਕੇ ਮੈਨੂੰ ਬਸ਼ੀਰ ਬੰਦੇ ਦਾ ਸ਼ੇਅਰ ਯਾਦ ਆਉਂਦਾ ਹੁੰਦਾ ਅਕਸਰ ਕਿ ਹਮ ਤੋ ਦਰੀਆ ਹੈ, ਹਮੇ ਆਪਣਾ ਹੁਨਰ ਮਾਲੂਮ ਹੈ, ਔਰ ਜਿਸ ਤਰਫ ਵੀ ਚੱਲ ਪੜੇਂਗੇ ਰਾਸਤਾ ਹੋ ਜਾਏਗਾ। ਔਰ ਸੱਚੀਓਂ ਭਾਅ ਜੀ ਨਵੇਂ ਰਸਤੇ ਬਣਾਉਂਦੇ ਹੈ, ਔਰ ਸਭ ਤੋਂ ਭਾਅ ਜੀ ਦੀ ਜਿਹੜੀ ਵੱਡੀ ਖੂਬੀ ਹੈ, ਔਰ ਜਿਹੜੇ ਨਵੇਂ ਲੇਖਕ ਨੇ, ਚਾਹੇ ਉਹ ਪੋਇਟ ਨੇ, ਚਾਹੇ ਉਹ ਕਹਾਣੀਕਾਰ ਨੇ, ਔਰ ਉਹਨਾਂ ਨੂੰ ਉਹ ਬਹੁਤ ਇੱਕ ਸੇਧ ਦਿੰਦੇ ਨੇ ਔਰ ਉਹਨਾਂ ਨੂੰ ਆਪਣੇ ਕਲਾਵੇ ਵਿੱਚ ਲੈਂਦੇ ਨੇ। ਤੋ ਅੱਜ ਦੇ ਬਹੁਤ ਪਿਆਰੇ ਦਿਨ 'ਤੇ ਮੈਂ ਭਾਅ ਜੀ ਗੁਰਭਜਨ ਗਿੱਲ ਹੋਰਾਂ ਨੂੰ, ਭੈਣ ਜੀ ਸੁਰਿੰਦਰ ਬੈਠੇ ਨੇ, ਪੁਨੀਤ ਅਤੇ ਅਸੀਂ ਸਾਰੇ, ਸਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਤੋ ਸੁਰਜੀਤ ਹੋਰਾਂ ਨੇ, ਡਾਕਟਰ ਸੁਰਜੀਤ ਹੋਰਾਂ ਨੇ ਮੈਨੂੰ ਕਿਹਾ ਸੀ ਕੋਈ ਕਵਿਤਾ ਸੁਣਾਉਣ ਵਾਸਤੇ। ਅੱਜ ਮੈਂ ਆਪਣੀ ਕਵਿਤਾ ਰੱਦ ਕਰਦਾ। ਅੱਜ ਮੈਂ ਗੁਰਭਜਨ ਭਾਅ ਜੀ ਦੀ ਇੱਕ ਗਜ਼ਲ ਇਹਨਾਂ ਨੂੰ ਸਮਰਪਿਤ, ਜਿਹੜੀ ਮੈਂ CD ਇੱਕ ਸਾਡੀ ਆਈ ਸੀ ਸਰਵਰ, ਮੈਂ ਉਸ 'ਚ 8 ਗਜ਼ਲਾਂ ਗਾਈਆਂ, ਮੇਰੀਆਂ ਗਜ਼ਲਾਂ, ਮਨਜਿੰਦਰ ਦੀਆਂ ਔਰ ਗੁਰਭਜਨ ਭਾਅ ਜੀ ਦੀਆਂ। ਔਰ ਸੱਚੀਓ ਮੈਨੂੰ ਸਭ ਤੋਂ ਜਿਹੜੀ ਪਿਆਰੀ ਗਜ਼ਲ ਮੈਨੂੰ ਲੱਗਦੀ ਹੈ ਉਹ ਆਹ ਗਜ਼ਲ ਹੈ ਕਿ ਜਗ ਰਹੇ ਨੇ ਜੁਗ ਨੂੰ ਜਿਹੜੇ ਰਾਤ ਨੂੰ, ਖਾਕ ਦੇ ਵਿੱਚ ਮਿਲਣਗੇ ਪ੍ਰਭਾਤ ਨੂੰ। ਜਗ ਰਹੇ ਨੇ ਜੁਗ ਨੂੰ ਜਿਹੜੇ ਰਾਤ ਨੂੰ, ਜਗ ਰਹੇ ਨੇ ਜੁਗ ਨੂੰ ਜਿਹੜੇ ਰਾਤ ਨੂੰ, ਖਾਕ ਦੇ ਵਿੱਚ ਮਿਲਣਗੇ ਪ੍ਰਭਾਤ ਨੂੰ। ਜਗ ਰਹੇ ਨੇ ਜੁਗ ਨੂੰ ਜਿਹੜੇ ਰਾਤ ਨੂੰ। ਪਾਤਰ ਸਾਹਿਬ ਇੱਕ ਸ਼ੇਰ,
ਕੀ ਪਤਾ ਸੀ ਮਾਰੂਥਲ ਪੀ ਜਾਣਗੇ, ਕੀ ਪਤਾ ਸੀ ਮਾਰੂਥਲ ਪੀ ਜਾਣਗੇ, ਹੰਝੂਆਂ ਦੀ ਵਰ ਰਹੀ ਬਰਸਾਤ ਨੂੰ, ਹੰਝੂਆਂ ਦੀ ਵਰ ਰਹੀ ਬਰਸਾਤ ਨੂੰ, ਜਗ ਰਹੇ ਨੇ ਜੁਗ ਨੂੰ ਜਿਹੜੇ ਰਾਤ ਨੂੰ। ਔਰ ਇੱਕ ਸ਼ੇਰ, ਤੂੰ ਮੇਰੇ ਸਾਹਾਂ 'ਚ ਕੁਲ ਜਾ ਇਸ ਤਰ੍ਹਾਂ, ਤੂੰ ਮੇਰੇ ਸਾਹਾਂ 'ਚ ਕੁਲ ਜਾ ਇਸ ਤਰ੍ਹਾਂ, ਰਾਤ ਰਾਣੀ ਮਹਿਕਦੀ ਜਿਉਂ ਰਾਤ ਨੂੰ, ਰਾਤ ਰਾਣੀ ਮਹਿਕਦੀ ਜਿਉਂ ਰਾਤ ਨੂੰ, ਜਗ ਰਹੇ ਨੇ ਜੁਗ ਨੂੰ ਜਿਹੜੇ ਰਾਤ ਨੂੰ। ਔਰ ਇੱਕ ਸ਼ੇਰ, ਇਹ ਬੜਾ ਭਾਵਕ ਜਿਹਾ ਸ਼ੇਰ ਹੈ, ਜਦੋਂ ਭਾਅ ਜੀ ਨੇ ਲਿਖਿਆ ਮੈਨੂੰ ਉਸ ਸਾਰੇ ਮੰਜ਼ਰ ਦਾ ਪਤਾ ਹੈ, ਤੋ ਮੈਨੂੰ ਵੀ ਬਹੁਤ ਅੱਛਾ ਸ਼ੇਰ ਲੱਗਦਾ ਹੈ ਕਿ ਤੂੰ ਹੁੰਗਾਰਾ ਪਰਦੀ ਪਰਦੀ ਸੌਂ ਗਈ, ਤੂੰ ਹੁੰਗਾਰਾ ਪਰਦੀ ਪਰਦੀ ਸੌਂ ਗਈ, ਮੈਂ ਮੁਕਾਵਾਂ ਮੈਂ ਮੁਕਾਵਾਂ ਕਿਸ ਤਰ੍ਹਾਂ ਹੁਣ ਰਾਤ ਨੂੰ, ਮੈਂ ਮੁਕਾਵਾਂ ਕਿਸ ਤਰ੍ਹਾਂ ਹੁਣ ਰਾਤ ਨੂੰ, ਬਾਤ ਨੂੰ ਬਾਤ ਨੂੰ, ਜਗ ਰਹੇ ਨੇ ਜੁਗ ਨੂੰ ਜਿਹੜੇ ਰਾਤ ਨੂੰ। ਔਰ ਇੱਕ ਆਖਰੀ ਇਸ ਗਜ਼ਲ ਦਾ ਸ਼ੇਰ, ਔਰ ਜਿਹੜਾ ਭਾਅ ਜੀ ਦੀ ਪਰਸਨੈਲਿਟੀ 'ਤੇ ਔਰ ਭਾਅ ਜੀ ਦੀ ਸ਼ਖਸੀਅਤ 'ਤੇ ਟੁੱਕਦਾ ਉਹ ਸ਼ੇਰ ਹੈ ਕਿ ਅੱਗ ਦੇ ਅੰਗਿਆਰੀਆਂ 'ਤੇ ਤੁਰ ਰਿਆਂ, ਅੱਗ ਦੇ ਅੰਗਿਆਰੀਆਂ 'ਤੇ ਤੁਰ ਰਿਆਂ, ਬੈਠ ਰਹਿਣਾ ਮੀਣਾ ਮੇਰੀ ਜ਼ਾਤ ਨੂੰ, ਬੈਠ ਰਹਿਣਾ ਮੀਣਾ ਮੇਰੀ ਜ਼ਾਤ ਨੂੰ, ਖਾਕ ਦੇ ਵਿੱਚ ਮਿਲਣਗੇ ਪ੍ਰਭਾਤ ਨੂੰ, ਜਗ ਰਹੇ ਨੇ ਜੁਗ ਨੂੰ ਜਿਹੜੇ ਰਾਤ ਨੂੰ, ਰਾਤ ਨੂੰ ਰਾਤ ਨੂੰ। ਸ਼ੁਕਰੀਆ ਲੋਚੀ ਜੀ। ਅਸੀਂ 5 ਮਿੰਟ ਦੇ ਵਿੱਚ ਮੇਰੇ ਖਿਆਲ 'ਚ ਅਸੀਂ ਪ੍ਰੋਗਰਾਮ ਸ਼ੁਰੂ ਕਰ ਲਵਾਂਗੇ। ਅਕਾਡਮੀ ਦੇ ਪ੍ਰਧਾਨ ਡਾਕਟਰ ਸੁਖਦੇਵ ਸਿੰਘ ਹੋਰੀ ਪਹੁੰਚ ਗਏ ਨੇ, ਸਤਬਨੋਹਰ ਸਿੰਘ ਗਿੱਲ ਹੋਣੀ ਤੁਰ ਪਏ ਸੀ ਅੱਜ ਹੁਣ ਤੋਂ 10 ਮਿੰਟ ਪਹਿਲਾਂ ਯੂਨੀਵਰਸਿਟੀ ਤੋਂ, ਉਹ ਵੀ ਬਸ 1-2 ਮਿੰਟ ਦੇ ਵਿੱਚ ਪਹੁੰਚਣ ਵਾਲੇ ਨੇ। ਇਸ ਦਰਮਿਆਨ ਮੈਂ ਭੁਪਿੰਦਰ ਹੋਣਾ ਨੂੰ ਬੇਨਤੀ ਕਰੂੰਗਾ ਕਿ ਉਹ ਚੰਦ ਸ਼ੇਅਰ ਸਾਂਝੇ ਕਰਨ। ਸਾਡੇ ਵੱਡੇ ਵੀਰ ਗੁਰਭਜਨ ਗਿੱਲ ਨੂੰ ਬਹੁਤ ਵੱਡਾ ਮਾਣ ਮਿਲ ਰਿਹਾ। ਇਹ ਸਾਡੇ ਕਾਲਜ ਦੇ ਵਿੱਚ ਜਰਾਉਂ ਜੋ ਪ੍ਰੋਫੈਸਰ ਸੀਗੇ, ਅਤੇ ਸਾਡਾ ਬੜਾ ਮਾਣ ਸੀ ਕਿ ਅਸੀਂ ਇਹਨਾਂ ਦੇ ਨਾਲ ਅਤੇ ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ ਜੀ ਨਾਲ ਇਹਨਾਂ ਦਾ ਸਾਥ ਮਾਣਿਆ। ਇਹਨਾਂ ਦੀ ਸ਼ਖਸੀਅਤ ਬਾਰੇ 1-2 ਸ਼ੇਅਰ ਮੈਂ ਕਹੂੰਗਾ। ਮਹਿਕ ਬਣ ਕੇ ਤੇਰਿਆਂ ਸਾਹਾਂ 'ਚ ਘੁਲ ਜਾਵਾਂਗਾ ਮੈਂ, ਮਹਿਕ ਬਣ ਕੇ ਤੇਰਿਆਂ ਸਾਹਾਂ 'ਚ ਘੁਲ ਜਾਵਾਂਗਾ ਮੈਂ,
ਸਿਰਫ ਇੱਕ ਸੁਪਨੇ ਦੀ ਤਰ੍ਹਾਂ ਫਿਰ ਤੁਰ ਜਾਵਾਂਗਾ ਮੈਂ, ਮਹਿਕ ਬਣ ਕੇ ਤੇਰਿਆਂ ਸਾਹਾਂ 'ਚ ਘੁਲ ਜਾਵਾਂਗਾ ਮੈਂ, ਸਿਰਫ ਇੱਕ ਸੁਪਨੇ ਦੀ ਤਰ੍ਹਾਂ ਫਿਰ ਤੁਰ ਜਾਵਾਂਗਾ ਮੈਂ, ਪੀੜ ਦਾ ਰਿਸ਼ਤਾ ਹੈ ਮੇਰੀ ਜ਼ਿੰਦਗੀ ਦੇ ਨਾਲ ਹੀ, ਪੀੜ ਦਾ ਰਿਸ਼ਤਾ ਹੈ ਮੇਰੀ ਜ਼ਿੰਦਗੀ ਦੇ ਨਾਲ ਹੀ, ਸਿਦਕ ਦੀ ਤੱਤੀ ਤਵੀ 'ਤੇ ਬਹਿ ਕੇ ਮੁਸਕਾਵਾਂਗਾ ਮੈਂ। ਧੰਨਵਾਦ। ਔਰ ਜਦੋਂ ਤੱਕ ਸਾਡੇ ਮਹਿਮਾਨ ਆਉਂਦੇ ਨੇ, ਔਰ ਡਾਕਟਰ ਸੁਰਜੀਤ ਸਾਡੇ ਜਨਰਲ ਸਕੱਤਰ, ਉਹਨਾਂ ਦੇ ਇੱਕ ਆਦੇਸ਼ ਹੈ ਕਿ ਕਵਿਤਾਵਾਂ ਦਾ ਦੌਰ ਜਦ ਤੱਕ ਸਾਡਾ ਕੋਰਮ ਨਹੀਂ ਪੂਰਾ ਹੁੰਦਾ, ਔਰ ਹਾਂਜੀ ਓਕੇ ਹਾਂਜੀ, ਸਾਡੇ ਵਿੱਚ ਬਹੁਤ ਖੁਸ਼ੀ ਦਾ ਇੱਕ ਮੁਕਾਮ ਹੈ ਕਿ ਸਾਡੇ ਵਿੱਚ ਬਾਈ ਪੰਮੀ ਜੀ ਆਏ ਹੋਏ ਨੇ। ਤੋ ਮੈਂ ਕਿਉਂਕਿ ਬਾਈ ਪੰਮੀ ਜੀ ਦੀ ਭਾਅ ਜੀ ਹੋਰਾਂ ਨਾਲ ਬਹੁਤ ਨੇੜਤਾ ਔਰ ਬਹੁਤ ਨੇੜਤਾ, ਬਹੁਤ ਪਿਆਰ ਮੁਹੱਬਤ, ਤੋ ਮੈਂ ਪੰਮੀ ਬਾਈ ਜੀ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਆਉਣ, ਦੋ ਮਿੰਟ ਭਾਅ ਜੀ ਬਾਰੇ ਬੋਲਣ, ਕੋਈ ਆਪਣਾ ਗੀਤ ਸਾਂਝਾ ਕਰਨ। ਆਓ ਭਾਅ ਜੀ। ਅੱਜ ਇਸ ਖੁਸ਼ੀ ਦੇ ਆਲਮ ਦੇ ਵਿੱਚ ਬਹੁਤ ਹੀ ਮਹਾਨ ਸ਼ਖਸੀਅਤਾਂ ਬਿਰਾਜਮਾਨ ਨੇ। ਡਾਕਟਰ ਮਨੋਹਰ ਸਿੰਘ ਗਿੱਲ ਕੁਛ ਲੰਮਿਆਂ 'ਚ ਹੀ ਪਹੁੰਚਣ ਵਾਲੇ ਨੇ ਸਾਡੇ ਦਰਮਿਆਨ, ਅਤੇ ਮੈਂ ਜਦੋਂ ਸਵੇਰੇ ਨਵਦੀਪ ਗਿੱਲ ਦਾ ਲਿਖਿਆ ਆਰਟੀਕਲ ਅੱਜ ਦੇ ਇਸ ਸਮਾਗਮ ਬਾਰੇ ਪੜ੍ਹਿਆ ਤਾਂ ਸੱਚ ਪੁੱਛਦੇ ਹੋ ਮਨ ਬਾਗ ਬਾਗ ਹੋ ਗਿਆ। ਇੱਕ ਵੱਡੇ ਭਰਾ ਨੂੰ ਜਦੋਂ ਇਸ ਕਿਸਮ ਦਾ ਅਕੈਡਮੀ ਵੱਲੋਂ ਸਨਮਾਨ ਮਿਲਣ ਜਾ ਰਿਹਾ ਹੋਵੇ ਅਤੇ ਉਹਦੇ ਵਿੱਚ ਆਪ ਸ਼ਾਮਿਲ ਹੋ ਕੇ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ, ਕਿਉਂਕਿ ਬਾਈ ਗੁਰਭਜਨ ਹੋਣਾ ਨਾਲ ਮੇਰੀ ਸਾਂਝ ਕੇਵਲ ਆਪਦੇ ਤੱਕ ਹੀ ਨਹੀਂ ਪਰਿਵਾਰਾਂ ਤੱਕ ਵੀ ਹੈ। ਮੇਰੇ ਬਜ਼ੁਰਗਾਂ ਨਾਲ ਵੀ ਇਹ ਬੈਠੇ, ਉਹਨਾਂ ਨਾਲ ਵੀ ਇਹਨਾਂ ਨੇ ਆਪਣੀ ਜ਼ਿੰਦਗੀ ਦਾ ਬਹੁਤ ਅਰਸਾ ਬਤੀਤ ਕੀਤਾ, ਇੱਕ ਬਤੌਰ ਮੇਰੇ ਵੱਡੇ ਭਰਾ ਹੋਣ ਦੇ ਨਾਤੇ, ਅਤੇ ਮੈਨੂੰ ਇਸ ਗਾਇਕੀ ਦੇ ਖੇਤਰ ਦੇ ਵਿੱਚ ਵੀ ਜੋ ਮਾਣ, ਜੋ ਪਿਆਰ, ਜੋ ਖਲੂਸ ਆਪਦੇ ਭਰਾ ਤੋਂ ਮਿਲਿਆ ਉਹ ਮੈਂ ਕਦੇ ਵਿਸਰ ਨਹੀਂ ਸਕਦਾ। ਅਤੇ ਅੱਜ ਇਸ ਖੁਸ਼ੀ ਦੇ ਆਲਮ ਦੇ ਵਿੱਚ ਬਹੁਤ ਸਾਰੀਆਂ ਹੀ ਮਾਣਯੋਗ ਸ਼ਖਸੀਅਤਾਂ ਜੋ ਬਾਈ ਜੀ ਨਾਲ ਬਹੁਤ ਸਨੇਹ, ਪਿਆਰ, ਮੁਹੱਬਤ ਰੱਖਦੇ ਨੇ ਉਹ ਸਾਰੇ ਪਹੁੰਚੇ ਹੋਏ ਨੇ, ਅਤੇ ਮੈਂ ਆਪਣੇ ਦਿਲੋਂ ਪੂਰੇ ਪਰਿਵਾਰ ਨੂੰ ਇਸ ਗੱਲ ਦੀ ਮੁਬਾਰਕਬਾਦ ਪੇਸ਼ ਕਰਦਾ। ਅਤੇ ਨਾਲ ਹੀ ਇਹ ਵੀ ਦੱਸਣਾ ਮੁਨਾਸਿਬ ਸਮਝਦਾ ਕਿ ਗੁਰਭਜਨ ਗਿੱਲ ਹੋਣਾ ਨੇ ਆਪਣੀ ਜੀਵਨ ਦੇ ਵਿੱਚ ਬਹੁਤ ਲੰਮਾ ਸੰਘਰਸ਼ ਕੀਤਾ, ਮਾਝੇ ਦੀ ਧਰਤੀ ਤੋਂ ਚੱਲ ਕੇ ਇਸ ਮਾਲਵੇ ਦੀ ਧਰਤੀ 'ਤੇ ਆ ਕੇ ਜੋ ਸਾਡੇ ਭਰਾ ਨੇ ਵਿਲੱਖਣ ਪੈੜਾਂ ਪਾਈਆਂ ਨੇ ਇਸ ਸਾਹਿਤ ਦੇ ਕੇਂਦਰ ਦੇ ਵਿੱਚ, ਕਲਾ ਦੇ ਖੇਤਰ ਦੇ ਵਿੱਚ, ਵਿੱਦਿਅਕ ਖੇਤਰ ਦੇ ਵਿੱਚ, ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ,
ਨੌਕਰੀ ਦਰਮਿਆਨ ਉਹਨਾਂ 'ਤੇ ਬਾਕੀ ਮਾਣ ਕੀਤਾ ਜਾ ਸਕਦਾ। ਸੋ ਇੱਕ ਵਾਰ ਫਿਰ ਮੈਂ ਬਾਈ ਜੀ ਹੋਣਾ ਨੂੰ ਇਸ ਫੈਲੋਸ਼ਿਪ ਦੇ ਲਈ ਮੁਬਾਰਕਬਾਦ ਪੇਸ਼ ਕਰਦਾ ਅਤੇ ਤੁਹਾਡਾ ਸਾਰਿਆਂ ਦਾ ਜਿੱਥੇ ਧੰਨਵਾਦ ਕਰਦਾ, ਉੱਥੇ ਅਕੈਡਮੀ ਦੇ ਸਾਰੇ ਹੀ ਅਕੈਡਮੀ ਨਾਲ ਜੁੜੇ ਸਾਰੇ ਮੈਂਬਰਸ, ਉਹਨਾਂ ਦੇ ਪ੍ਰਧਾਨ, ਉਹਨਾਂ ਦੇ ਸਕੱਤਰ ਸਰਸਾ ਜੀ ਅਤੇ ਬਾਈ ਸਰਜੀਤ ਜੀ, ਇਹ ਸਾਰਿਆਂ ਦੀ ਉਸ ਵਡਮੁੱਲੀ ਸੋਚ ਨੂੰ ਸਲੂਟ ਕਰਦਾ। ਸੋ ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਪੰਮੀ ਬਾਈ ਜੀ। ਔਰ ਸਾਡੇ ਵਿੱਚ ਬਹੁਤ ਹੀ ਪਿਆਰੇ ਲੇਖਕ ਜਿਨ੍ਹਾਂ ਦਾ ਮੈਂ ਵੀ ਬਹੁਤ ਫੈਨ ਹਾਂ, ਅਸੀਂ ਇੱਕੋ ਇਲਾਕੇ ਦੇ, ਪਹਿਲਾਂ ਸਾਡਾ ਜ਼ਿਲ੍ਹਾ ਫਰੀਦਕੋਟ ਹੁੰਦਾ ਸੀ ਸਾਂਝਾ, ਬਾਅਦ 'ਚ ਦੋ ਜ਼ਿਲ੍ਹੇ ਬਣ ਗਏ, ਮੇਰਾ ਜ਼ਿਲ੍ਹਾ ਮੁਕਤਸਰ ਬਣ ਗਿਆ, ਪਰ ਸਾਨੂੰ ਹਜੇ ਵੀ ਲੋਕ ਫਰੀਦਕੋਟੀ ਕਹਿੰਦੇ ਆ, ਅਤੇ ਉਹ ਫਰੀਦਕੋਟੀਆ ਮੇਰਾ ਵੀਰ ਨਿੰਦਰ, ਨਿੰਦਰ ਘਗਿਆਨਵੀ, ਬਹੁਤ ਅੱਛਾ ਲੇਖਕ, ਬਹੁਤ ਪਿਆਰਾ ਇਨਸਾਨ। ਤੋ ਮੈਂ ਨਿੰਦਰ ਹੋਰਾਂ ਨੂੰ ਬੇਨਤੀ ਕਰਾਂਗਾ ਕਿ 2 ਮਿੰਟ ਸਟੇਜ 'ਤੇ ਆਉਣ। ਖੁਸ਼ੀ ਦਾ ਫੰਕਸ਼ਨ ਹੈ ਅਤੇ ਜੇ ਤਾੜੀ ਨਾ ਵਜੇ ਗੱਲ ਨਹੀਂ ਬਣਦੀ, ਪਹਿਲਾਂ ਤਾੜੀ, ਇਹ ਆਪਦੇ ਨਾਂ 'ਤੇ ਤਾੜੀ ਪਹਿਲਾਂ ਤੁਹਾਡੀ ਸਾਰਿਆਂ ਦੀ, ਦੂਜੀ ਤਾੜੀ ਸਾਡੇ ਪੰਜਾਬੀਆਂ ਦਾ ਹੀ ਨਹੀਂ ਮਾਣ, ਸਾਡੇ ਭਾਰਤੀਆਂ ਦਾ ਮਾਣ ਔਰ ਪੰਜਾਬ ਦੀ ਸ਼ਾਨ, ਪਦਮ ਸ਼੍ਰੀ ਡਾਕਟਰ ਸੁਰਜੀਤ ਪਾਤਰ ਜੀ ਚੇਅਰਮੈਨ ਆਰਟ ਕੌਂਸਲ ਦੇ ਨਾਂ 'ਤੇ। ਤੀਜੀ ਤਾੜੀ ਸਾਡੇ 3 ਵਾਈਸ ਚਾਂਸਲਰ ਸਾਹਿਬਾਨ, ਡਾਕਟਰ ਕੰਗ ਸਾਹਿਬ, ਡਾਕਟਰ ਮੱਲੀ ਸਾਹਿਬ, ਡਾਕਟਰ ਵੀ ਸੀ, ਡਾਕਟਰ ਐੱਸ ਪੀ ਸਿੰਘ ਜੀ। 1982-83 ਦੇ ਵਿੱਚ ਪੰਜਾਬੀ ਟ੍ਰਿਬਿਊਨ 'ਚ ਇੱਕ ਲੇਖ ਛਪਿਆ ਸੀ ਜਿਹਦਾ ਸਿਰਲੇਖ ਸੀ ਲੋਕ ਸੁਰਾਂ ਦਾ ਮੇਲਾ ਯਮਲੇ ਦੇ ਡੇਰੇ 'ਤੇ, ਅਤੇ ਮੈਂ ਬਹੁਤ ਨਿੱਕਾ ਜਿਹਾ ਸੀ ਅਤੇ ਉਦੋਂ ਮੈਂ ਉਹ ਲੇਖ ਪੜ੍ਹਿਆ, ਥੱਲੇ ਨਾਮ ਲਿਖਿਆ ਸੀ ਗੁਰਭਜਨ ਗਿੱਲ, ਅਤੇ ਉਹ ਲੇਖ ਪੜ੍ਹ ਕੇ ਮੇਰੇ ਮਨ 'ਚ ਇੱਕ ਤ੍ਰਿਸ਼ਨਾ ਪੈਦਾ ਹੋਈ ਕਿ ਮੈਂ ਯਮਲਾ ਜੱਟ ਦੇ ਮੇਲੇ 'ਤੇ ਜਾਵਾਂ ਅਤੇ ਇਹ ਮੇਲਾ ਵੇਖਾਂ। ਅਤੇ ਜਦੋਂ ਉਸਤਾਦ ਯਮਲਾ ਜੱਟ ਦੀ ਆਵਾਜ਼ ਕਰਨੀ ਪਈ ਹੈ, 5ਵੀਂ 6ਵੀਂ 'ਚ ਪੜ੍ਹਦਾ ਸੀ, ਜਦੋਂ ਮੇਲੇ 'ਤੇ ਆਇਆ ਆਪਦੇ ਬਾਪੂ ਨਾਲ, ਮਾਂ ਨੇ ਇੱਕ ਖਾਦ ਦੀ ਬੋਰੀ ਦਾ ਝੋਲਾ ਸਿਉਂਤਾ ਵਿੱਚ, ਤੂੰਬੀ ਪਾਈ, ਚੱਪਲਾਂ ਪਾਈਆਂ, ਪੱਗ ਬੰਨਦਾ ਸੀ ਉਦੋਂ, ਅਤੇ ਪਹਿਲੀ ਵਾਰੀ ਆਇਆ ਉਸਤਾਦ ਦੇ ਡੇਰੇ ਅਤੇ ਦਰਸ਼ਨ ਗਿੱਲ ਸਾਹਿਬ, ਪ੍ਰਗਟ ਸਿੰਘ ਜੀ ਗਰੇਵਾਲ, ਸਰਦੂਲ ਸਿਕੰਦਰ ਇਹਨਾਂ ਦੇ ਗੋਡੇ ਮੁੱਢ ਬੈਠਾ, ਉਸਤਾਦ ਲਾਲ ਚੰਦ ਯਮਲਾ ਜੱਟ ਜੀ ਦੇ ਗਦੈਲੇ ਵਿਛੇ, ਇੱਕ ਪਾਸੇ ਚੇਲੇ ਤੂੰਬੀ ਤੂੰਬੀਆਂ ਲੈ ਕੇ ਬੈਠੇ, ਇੱਕ ਪਾਸੇ ਧੂਣਾ ਧੁੱਖ ਰਿਹਾ, ਇੱਕ ਪਾਸੇ ਗੁਰੂ ਕਾ ਲੰਗਰ ਲੱਗਿਆ, ਮੁੱਢ ਦੇ ਉੱਤੇ ਪਿੱਪਲ ਆ, ਡੇਰੇ ਦੇ ਵਿੱਚ ਉਹ ਰੌਣਕ ਉਹਨਾਂ ਸਮਿਆਂ ਦੀ, ਅਤੇ ਆਸ਼ੀਰਵਾਦ ਜਿਹੜਾ ਗਿੱਲ ਸਾਹਿਬ ਵੱਲੋਂ ਮਿਲਿਆ ਉਹਨਾਂ ਸਮਿਆਂ ਦੇ ਵਿੱਚ, ਉਹ ਅੱਜ ਵੀ, ਉਦੋਂ ਮੈਂ ਨਰਿੰਦਰ ਕੁਮਾਰ ਸੀ, ਹੁਣ ਮੈਂ ਨਿੰਦਰ ਘੁਗਿਆਨ ਵੀ ਹਾਂ, ਅਤੇ ਉਹ ਅੱਜ ਵੀ ਮੇਰੇ ਮਨ 'ਚ ਤਰੋ ਤਾਜ਼ਾ, ਜਾਗਦਾ, ਜਿਉਂਦੇ ਨੇ ਉਹ ਪਲ। ਤਾਂ ਉਹਨਾਂ ਪਲਾਂ ਦੇ ਸਦਕਾ ਹੀ ਮੈਂ ਉਸਤਾਦ ਲਾਲ ਚੰਦ ਯਮਲਾ ਜੱਟ ਹੋਰਾਂ ਬਾਰੇ 4-5 ਕਿਤਾਬਾਂ ਯੂਨੀਵਰਸਿਟੀ ਨੇ ਵੀ ਲਿਖਵਾਈਆਂ, ਕੰਮ ਕਰ ਚੁੱਕਿਆ। ਤਾਂ ਉਹ ਨਾਂ ਮੇਰਾ ਰੱਖਤਾ, ਉੱਥੇ ਅਮਰਜੀਤ ਗੁਰਦਾਸਪੁਰੀ ਵੀ ਬੈਠੇ, ਕਹਿੰਦੇ ਨਰਿੰਦਰ ਕੁਮਾਰ ਨਹੀਂ, ਨਰਿੰਦਰ ਯਮਲਾ ਜੱਟ। ਅਤੇ ਮੈਂ ਕਿਹਾ ਵੀ ਮੈਂ ਆਪਦੇ ਗੁਰੂ ਦੇ ਨਾਂ 'ਤੇ ਆਪਦਾ ਨਾਂ ਨਹੀਂ ਰੱਖਣਾ, ਅਤੇ ਇੰਨੀ ਮੇਰੀ ਪ੍ਰਵਾਨ ਅਤੇ ਇੰਨੀ ਮੇਰੀ ਅਰਦਾਸ ਅਗਲੇ ਵਾਸਤੇ ਅਰਦਾਸ ਕਰੋ। ਸੋ ਸਾਡੇ ਅੱਜ ਮੁੱਖ ਮਹਿਮਾਨ ਸਾਡੇ ਅੱਜ ਦੇ ਪ੍ਰੋਗਰਾਮ ਦੇ, ਡਾਕਟਰ ਮਨੋਹਰ ਸਿੰਘ ਜੀ ਗਿੱਲ ਸਾਹਿਬ ਔਰ ਉਹਨਾਂ ਦੇ ਨਾਲ ਹੋਰ ਪਤਵੰਤੇ ਸੱਜਣ ਆ ਗਏ ਹੈ, ਗੁਰਭੇਜ ਸਿੰਘ ਗੁਰਾਇਆ, ਡਾਕਟਰ ਸਿਰਸਾ ਜੀ, ਅਤੇ ਜਿਹੜੀ ਮਾਇਕ ਹੈ ਉਹ ਮੈਂ ਡਾਕਟਰ ਸੁਰਜੀਤ ਜਿਹੜੇ ਸਾਡੇ ਜਨਰਲ ਸੈਕਟਰੀ ਆ ਉਹਨਾਂ ਨੂੰ ਸੌਂਪਦਾ, ਮੇਰੇ ਵੱਲੋਂ ਇੰਨੇ ਸ਼ਬਦ ਪ੍ਰਵਾਨ। ਬਹੁਤ ਬਹੁਤ ਸਵਾਗਤ ਹੈ ਪੰਜਾਬੀ ਸਾਹਿਤ ਅਕੈਡਮੀ ਦੇ ਵਿਹੜੇ। ਅਸੀਂ ਗਿੱਲ ਸਾਹਿਬ ਨੂੰ ਸਿੱਧਾ ਹੀ ਮੰਚ 'ਤੇ ਲੈ ਆਏ ਹਾਂ, ਚਾਹ ਅਸੀਂ ਇੱਥੇ ਹੀ ਪਿਲਾ ਦਾਂਗੇ। ਹੁਣ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਦਾ ਗੁਰਭਜਨ ਗਿੱਲ ਹੋਰਾਂ ਨੂੰ, ਪ੍ਰੋਫੈਸਰ ਗੁਰਭਜਨ ਗਿੱਲ ਨੂੰ, ਕਿ ਉਹ ਵੀ ਮੰਚ 'ਤੇ ਆ ਜਾਣ। ਅਕਾਦਮੀ ਦੇ ਹਾਂਜੀ ਸਾਬਕਾ ਪ੍ਰਧਾਨ ਅਤੇ ਹੁਣ ਫੈਲੋ ਡਾਕਟਰ ਸੁਰਜੀਤ ਪਾਤਰ, ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਮੰਚ 'ਤੇ ਆ ਜਾਣ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਅਤੇ ਪੰਜਾਬੀ ਸਾਹਿਤ ਅਕੈਡਮੀ ਦੇ ਮਾਣਯੋਗ ਮੈਂਬਰ ਡਾਕਟਰ ਐਸ ਪੀ ਸਿੰਘ ਹੋਰਾਂ ਨੂੰ ਬੇਨਤੀ ਹੈ ਕਿ ਉਹ ਵੀ ਮੰਚ 'ਤੇ ਆ ਜਾਣ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਐਮ ਐਸ ਕੰਗ ਜੀ ਨੂੰ ਬੇਨਤੀ ਹੈ ਕਿ ਉਹ ਵੀ ਸਟੇਜ 'ਤੇ ਆ ਜਾਣ। ਕੰਗ ਸਾਹਿਬ ਬਹੁਤ ਹੀ ਸਤਿਕਾਰਯੋਗ ਡਾਕਟਰ ਐਮ ਐਸ ਗਿੱਲ ਜੀ, ਡਾਕਟਰ ਸੁਰਜੀਤ ਪਾਤਰ ਜੀ, ਅੱਜ ਦੀ ਸਨਮਾਨਿਤ ਸ਼ਖਸੀਅਤ ਪ੍ਰੋਫੈਸਰ ਗੁਰਭਜਨ ਗਿੱਲ ਜੀ, ਡਾਕਟਰ ਐਸ ਪੀ ਸਿੰਘ ਜੀ, ਡਾਕਟਰ ਐਮ ਐਸ ਕੰਗ ਜੀ, ਸਾਹਮਣੇ ਬੈਠੇ ਦੋਸਤਾਂ ਵਿੱਚ ਡਾਕਟਰ ਮੱਲੀ ਜੀ, ਸਾਡੇ ਮਿੱਤਰ ਗੁਰਭੇਜ ਸਿੰਘ ਰਾਇਆ ਜੀ, ਪੰਮੀ ਬਾਈ ਜੀ, ਅਕਾਦਮੀ ਦੇ ਸਾਬਕਾ ਪ੍ਰਧਾਨ ਗੁਰਭਜਨ ਗਿੱਲ ਹੋਰਾਂ ਦੇ ਪਰਿਵਾਰ ਦੇ ਮੈਂਬਰ, ਲੇਖਕ ਦੋਸਤੋ ਅਤੇ ਹੋਰ ਸੱਜਣ ਮਿੱਤਰ ਜੋ ਇਸ ਸਮਾਰੋਹ ਵਿੱਚ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਣ ਲਈ ਆਏ ਨੇ, ਤੁਹਾਡਾ ਸਭ ਦਾ ਅਕਾਦਮੀ ਦੇ ਇਸ ਵੱਡੇ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਲਈ ਸਵਾਗਤ ਹੈ। ਜਿਵੇਂ ਕਿ ਤੁਹਾਨੂੰ ਇਸ ਬੈਨਰ ਤੋਂ ਅਤੇ ਉਂਝ ਜਾਣਕਾਰੀ ਹੈ ਕਿ ਇਹ ਪੰਜਾਬੀ ਸਾਹਿਤ ਅਕੈਡਮੀ ਦਾ ਸਰਵਉੱਚ ਸਨਮਾਨ ਫੈਲੋਸ਼ਿਪ ਦੇ ਰੂਪ ਦੇ ਵਿੱਚ ਜੋ ਅਸੀਂ ਪਿਛਲੀ ਪਰੰਪਰਾ ਦਾ ਨਿਰਵਾਹ ਕਰਦੇ ਹੋਏ ਪ੍ਰਦਾਨ ਕਰਦੇ ਹਾਂ, ਉਸ ਵਾਸਤੇ ਅਸੀਂ ਬੜੀ ਦੇਰ ਤੋਂ ਇੰਤਜ਼ਾਰ ਕਰ ਰਹੇ ਸੀ ਪ੍ਰੋਫੈਸਰ ਗੁਰਭਜਨ ਗਿੱਲ ਹੋਰਾਂ ਦੇ ਇਸਰਾਰ ਦੇ ਉੱਪਰ ਵੀ ਕਿ ਉਹਨਾਂ ਨੇ ਇਹ ਸਨਮਾਨ ਡਾਕਟਰ ਐਮ ਐਸ ਗਿੱਲ ਹੋਰਾਂ ਤੋਂ ਪ੍ਰਾਪਤ ਕਰਨਾ। ਗਿੱਲ ਸਾਹਿਬ ਕਹਿੰਦੇ ਕਿ ਮੈਂ ਗਿੱਲ ਸਾਹਿਬ ਤੋਂ ਹੀ ਸਨਮਾਨ ਪ੍ਰਾਪਤ ਕਰਨਾ। ਇਹ ਬਾਰ ਬਾਰ ਇਹ ਪ੍ਰੋਗਰਾਮ ਸਾਡਾ ਅੱਗੇ ਪੈਂਦਾ ਰਿਹਾ ਅਤੇ ਅੱਜ ਇਹ ਸ਼ੁਭ ਘੜੀ ਹੈ ਜਿਸ ਦਿਨ ਅਸੀਂ ਇਸ ਰਸਮ ਨੂੰ ਨਿਭਾਉਣ ਲਈ ਇਕੱਠੇ ਹੋਏ ਹਾਂ। ਉਂਝ ਤਾਂ ਇਹ ਹੁੰਦਾ ਕਿ ਜਦੋਂ ਵੀ ਪ੍ਰਧਾਨ ਦੀ ਪੰਜਾਬੀ ਸਾਹਿਤ ਅਕੈਡਮੀ ਦੇ ਪ੍ਰਧਾਨ ਦੀ ਟਰਮ ਖਤਮ ਹੁੰਦੀ ਹੈ, ਉਸ ਤੋਂ ਸਭ ਤੋਂ ਪਹਿਲਾਂ ਜਿਹੜਾ ਫੰਕਸ਼ਨ ਅਸੀਂ ਕਰਨਾ ਹੁੰਦਾ, ਸਮਾਗਮ ਕਰਨਾ ਹੁੰਦਾ, ਉਸ ਦੇ ਵਿੱਚ ਹੀ ਅਸੀਂ ਇਹ ਫੈਲੋਸ਼ਿਪ ਪ੍ਰਦਾਨ ਕਰਨੀ ਹੁੰਦੀ ਹੈ, ਸਾਬਕਾ ਪ੍ਰਧਾਨ ਨੂੰ ਇਸ ਫੈਲੋਸ਼ਿਪ ਇਹ ਪ੍ਰਦਾਨ ਕਰਨੀ ਹੁੰਦੀ ਹੈ। ਪਰ ਇਹ ਲਗਾਤਾਰ ਹੀ ਇਸ ਨੂੰ ਅਸੀਂ ਅੱਗੇ ਪਾਉਂਦੇ ਆਏ ਅਤੇ ਅੱਜ ਉਹ ਦਿਨ ਆਇਆ ਜਦੋਂ ਪੰਜਾਬੀ ਸਾਹਿਤ ਅਕੈਡਮੀ ਦੀ ਇਸ ਟਰਮ ਦੀ ਜਿਹੜੀ ਹੈਗੀ ਆ ਉਹ ਮਿਆਦ ਖਤਮ ਹੋ ਰਹੀ ਹੈ, ਸਾਡੀ ਜਿਹੜੀ ਹੁਣ ਦੀ ਜਨਰਲ ਕੌਂਸਲ ਦੀ ਮਿਆਦ ਖਤਮ ਹੋ ਰਹੀ ਹੈ। ਪਰ ਇਹ ਵੱਡਾ ਮੌਕਾ ਹੈ ਕਿ ਅੱਜ ਅਸੀਂ ਦੋ ਚੀਜ਼ਾਂ ਇਕੱਠੀਆਂ ਕਰ ਰਹੇ ਹਾਂ। ਇੱਕ ਤਾਂ ਅਸੀਂ ਇਹ ਸਨਮਾਨ ਸਮਾਗਮ ਕਰਾਂਗੇ ਅਤੇ ਨਾਲ ਦੀ ਨਾਲ ਜੋ ਡਾਕਟਰ ਐਮ ਐਸ ਗਿੱਲ ਹੋਰਾਂ ਨੇ ਪੰਜਾਬੀ ਸਾਹਿਤ ਅਕੈਡਮੀ ਨੂੰ ਇੱਕ ਵੱਡੀ ਗ੍ਰਾਂਟ ਲਾਇਬ੍ਰੇਰੀ ਦੀ ਇਮਾਰਤ ਦੀ ਉਸਾਰੀ ਵਾਸਤੇ ਦਿੱਤੀ ਸੀ, ਉਸ ਬਿਲਡਿੰਗ ਦੀ ਦਾ ਉਦਘਾਟਨ ਵੀ ਅਸੀਂ ਅੱਜ ਹੀ ਕਰਨਾ। ਮੈਂ ਖੁਸ਼ਕਿਸਮਤ ਹਾਂ ਇਸ ਵੱਲੋਂ ਕਿ ਅੱਜ ਇਸ ਸਮਾਗਮ ਦੇ ਨਾਲ ਉਸ ਘਟਨਾ ਦੇ ਵਿੱਚ ਵੀ ਉਸ ਦੇ ਵਿੱਚ ਵੀ ਸਾਡੇ ਸਾਰਿਆਂ ਦੀ ਸ਼ਮੂਲੀਅਤ ਹੋਊਗੀ। ਇਸ ਤੋਂ ਪਹਿਲਾਂ ਕਿ ਮੈਂ ਪੰਜਾਬੀ ਸਾਹਿਤ ਅਕੈਡਮੀ ਦੇ ਪ੍ਰਧਾਨ ਡਾਕਟਰ ਸੁਖਦੇਵ ਸਿੰਘ ਹੋਰਾਂ ਨੂੰ ਸੱਦਾਂ ਕਿ ਤੁਹਾਨੂੰ ਬਾਕਾਇਦਾ ਰੂਪ ਦੇ ਵਿੱਚ ਤੁਹਾਨੂੰ ਜੀ ਆਇਆਂ ਕਹਿਣ, ਮੈਂ ਦੱਸਣਾ ਚਾਹੁੰਦਾ ਕਿ ਜੋ ਇਹ ਸਨਮਾਨ ਫੈਲੋਸ਼ਿਪ ਹੈ, ਇਸ ਸਨਮਾਨ ਨੂੰ ਪ੍ਰਾਪਤ ਕਰਨ ਵਾਲੇ ਜਿਹੜੇ ਪਹਿਲੇ ਵੱਡੇ ਲੋਕ ਨੇ, ਵੱਡੇ ਵਿਦਵਾਨ ਨੇ, ਵੱਡੇ ਲੇਖਕ ਨੇ, ਉਹਨਾਂ ਵਿੱਚ ਡਾਕਟਰ ਐਸ ਐਸ ਜੌਲ, ਡਾਕਟਰ ਰਤਨ ਸਿੰਘ ਜੱਗੀ, ਡਾਕਟਰ ਦਲੀਪ ਕੌਰ ਟਿਵਾਣਾ, ਡਾਕਟਰ ਸੁਰਜੀਤ ਪਾਤਰ, ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ, ਪ੍ਰੋਫੈਸਰ ਨਿਰੰਜਨ ਤਸਨੀਮ ਅਤੇ ਡਾਕਟਰ ਜੋਗਿੰਦਰ ਸਿੰਘ ਪੁਆਰ, ਉਹ ਪਹਿਲਾਂ ਹੀ ਇਸ ਫੈਲੋਸ਼ਿਪ ਦੇ ਉੱਪਰ ਮੌਜੂਦ ਨੇ। 10 ਫੈਲੋਸ਼ਿਪ ਅਸੀਂ ਦਿੰਦੇ ਹਾਂ, ਇਹ ਅੱਠਵੀਂ ਫੈਲੋਸ਼ਿਪ ਅਸੀਂ ਅੱਜ ਪ੍ਰੋਫੈਸਰ ਗੁਰਭਜਨ ਗਿੱਲ ਹੋਰਾਂ ਨੂੰ ਦੇ ਰਹੇ ਹਾਂ। ਇਹਨਾਂ ਸ਼ਬਦਾਂ ਦੇ ਨਾਲ ਮੈਂ ਡਾਕਟਰ ਸੁਖਦੇਵ ਸਿੰਘ ਸਿਰਸਾ, ਪ੍ਰਧਾਨ ਪੰਜਾਬੀ ਸਾਹਿਤ ਅਕੈਡਮੀ, ਉਹਨਾਂ ਨੂੰ ਬੇਨਤੀ ਕਰੂੰਗਾ ਕਿ ਆਉਣ ਅਤੇ ਸਵਾਗਤੀ ਸ਼ਬਦ ਕਹਿਣ। ਮੰਚ 'ਤੇ ਸੁਸ਼ੋਭਿਤ ਡਾਕਟਰ ਮਨੋਹਰ ਸਿੰਘ ਗਿੱਲ ਜੀ, ਡਾਕਟਰ ਸੁਰਜੀਤ ਪਾਤਰ ਜੀ, ਡਾਕਟਰ ਐਸ ਪੀ ਸਿੰਘ ਜੀ, ਡਾਕਟਰ ਕੰਗ ਜੀ, ਗੁਰਭਜਨ ਗਿੱਲ ਜੀ ਅਤੇ ਹਾਲ ਵਿੱਚ ਹਾਜ਼ਰ ਦੋਸਤੋ,
ਅੱਜ ਸਾਡੇ ਕੋਲ ਬਹੁਤ ਮਾਇਆਨਾਜ ਹਸਤੀਆਂ ਨੇ। ਮੈਂ ਜਿੱਧਰ ਵੀ ਨਜ਼ਰ ਮਾਰ ਰਿਹਾ ਮੈਂ ਸਮਝਦਾ ਕਿ ਸਾਡੇ ਲਈ ਅੱਜ ਦਾ ਦਿਨ ਬਹੁਤ ਹੀ ਇਹ ਸੁਭਾਗਾ ਦਿਨ ਹੈ ਕਿ ਜਦੋਂ ਸਾਡੇ ਚੋਟੀ ਦੇ ਬੌਧਕ ਵੱਡੇ ਨਾਮਣੇ ਵਾਲੇ ਅਧਿਆਪਕ ਚਿੰਤਕ ਸਾਡੇ ਦਰਮਿਆਨ ਵਾਈਸ ਚਾਂਸਲਰ ਮੱਲੀ ਸਾਹਿਬ ਵੀ ਬੈਠੇ ਨੇ। ਮੇਰੀ ਗੁਜ਼ਾਰਿਸ਼ ਆ ਮੱਲੀ ਸਾਹਿਬ ਨੂੰ ਕਿ ਤੁਸੀਂ ਵੀ ਮੰਚ 'ਤੇ ਤਸ਼ਰੀਫ ਲੈ ਆਓ। ਔਰ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਇਹ ਆ ਕਿ ਸਾਡੇ ਕੋਲ ਪੰਜਾਬ ਦਾ ਬਹੁਤ ਹੀ ਹਰਮਨ ਪਿਆਰਾ ਪਰਫੋਰਮਰ ਪੰਮੀ ਬਾਈ ਗੁਰਭੇਜ ਗਰਾਇਆ, ਬਹੁਤ ਸਾਰੇ ਨਾਮ ਨੇ ਜਿਨ੍ਹਾਂ ਦਾ ਮੈਂ ਜ਼ਿਕਰ ਇਸ ਕਰਕੇ ਨਹੀਂ ਕਰ ਲਿਆ ਕਿ ਅਸੀਂ ਲੇਟ ਹਾਂ, ਥੋੜ੍ਹਾ ਸਮੇਂ ਦੀ ਸੀਮਾ ਆ। ਮੈਂ ਸਮਝਦਾ ਕਿ ਅੱਜ ਸਾਡੇ ਲਈ ਖੁਸ਼ੀ ਦਾ ਮੁਕਾਮ ਦੋ ਗੱਲਾਂ ਕਰਕੇ ਆ। ਇੱਕ ਇਸ ਕਰਕੇ ਕਿ ਪੰਜਾਬੀ ਸਾਹਿਤ ਅਕਾਦਮੀ ਦੀ ਲਾਇਬ੍ਰੇਰੀ ਨੂੰ ਹੁਣ ਬਹੁਤ ਸਾਰੀਆਂ ਵੱਡੀਆਂ ਅਕਾਦਮਿਕ ਸੰਸਥਾਵਾਂ ਵੱਲੋਂ ਇੱਕ ਰੈਫਰੈਂਸ ਲਾਇਬ੍ਰੇਰੀ ਦੇ ਤੌਰ 'ਤੇ ਪ੍ਰਵਾਨ ਕੀਤਾ ਜਾ ਚੁੱਕਾ। ਔਰ ਸਾਨੂੰ ਸੈਂਟਰ ਗੌਰਮੈਂਟ ਤੋਂ ਵੀ ਕੁਝ ਇਸ ਤਰ੍ਹਾਂ ਦੀਆਂ ਗ੍ਰਾਂਟਸ ਮਿਲਦੀਆਂ ਨੇ ਜਿਹੜੀਆਂ ਇਸ ਲਾਇਬ੍ਰੇਰੀ ਦੀ ਅਮੀਰੀ ਕਰਕੇ ਅਤੇ ਇਹਦੇ ਵਿਚਲਾ ਗਿਆਨ ਦਾ ਭੰਡਾਰ ਕਰਕੇ ਹੀ ਇਸ ਲਾਇਬ੍ਰੇਰੀ ਨੂੰ ਇੰਨੀ ਮਾਨਤਾ ਮਿਲੀ ਆ। ਅਤੇ ਅਸੀਂ ਸਾਰੇ ਇਹ ਗੱਲ ਜਾਣਦੇ ਹਾਂ ਕਿ ਇਸ ਗਿਆਨ ਦੇ ਭੰਡਾਰ ਨੂੰ ਹੌਲੀ ਹੌਲੀ ਸੰਜੋਣ ਵਿੱਚ ਤਾਂ ਜ਼ਿੰਦਗੀ ਲਾਈ ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ ਹੋਣਾ ਨੇ। ਅੱਜ ਉਸ ਅਸੀਂ ਨਵੀਂ ਇਮਾਰਤ ਦਾ ਉਦਘਾਟਨ ਕਰਨਾ ਜਿੱਥੇ ਅਸੀਂ ਲਾਇਬ੍ਰੇਰੀ ਸ਼ਿਫਟ ਕਰਨੀ ਆ, ਪਰ ਜਿੰਨੀ ਬਜਾਜ ਸਾਹਿਬ ਨੇ ਮਿਹਨਤ ਕੀਤੀ ਆ ਤਾੜੀਆਂ ਬਹੁਤ ਥੋੜੀਆਂ ਨੇ। ਇੱਥੇ ਤਾਂ ਗੂੰਜ ਪੈਣੀ ਚਾਹੀਦੀ ਸੀ ਤਾੜੀਆਂ ਦੀ ਜਗਰਾਉਣ ਤੱਕ, ਜਿੱਥੋਂ ਆ ਕੇ ਪ੍ਰਿੰਸੀਪਲ ਸਾਹਿਬ ਨੇ ਕੰਮ ਸਾਂਭਿਆ। ਅਤੇ ਸਾਰੀ ਜ਼ਿੰਦਗੀ ਜਿੰਨਾ ਕਿਤਾਬਾਂ ਨੂੰ ਮੁਹੱਬਤ ਕਰਨੀ ਸਾਨੂੰ ਉਹਨਾਂ ਨੇ ਸਿਖਾਈ ਆ, ਮੈਂ ਸਮਝਦਾ ਕਿ ਉਹ ਸਾਡੇ ਲਈ ਇੱਕ ਆਦਰਸ਼ ਨੇ। ਦੂਸਰੀ ਸਾਡੇ ਲਈ ਖੁਸ਼ੀ ਦੀ ਗੱਲ ਇਹ ਆ ਕਿ ਇਸ ਲਾਇਬ੍ਰੇਰੀ ਨੂੰ ਉਸਾਰਨ ਵਾਸਤੇ ਜਿਹੜਾ ਸਾਨੂੰ ਗ੍ਰਾਂਟ ਮਿਲੀ ਡਾਕਟਰ ਮਨੋਹਰ ਸਿੰਘ ਗਿੱਲ ਹੋਣਾ ਵੱਲੋਂ, ਜਿੰਨੇ ਮਾਣ ਨਾਲ ਜਿੰਨੇ ਸਤਿਕਾਰ ਨਾਲ ਉਹਨਾਂ ਨੇ ਗ੍ਰਾਂਟ ਸਾਨੂੰ ਦਿੱਤੀ, ਕਿਉਂਕਿ ਉਹ ਮੈਂ ਸਮਝਦਾ ਕਿ ਟਕਸਾਲੀ ਰਾਜਨੀਤੀਵਾਨ ਨਹੀਂ, ਪਰ ਸਾਡੇ ਰਾਜਨੀਤੀਵਾਨ ਜਦੋਂ ਗ੍ਰਾਂਟ ਦਿੰਦੇ ਆ ਉਹ ਬੜੇ ਆਸਾਨ ਅਤੇ ਬੜੇ ਹੋਰ ਤਰ੍ਹਾਂ ਦੇ ਤਰੀਕਿਆਂ ਨਾਲ ਲੈਣੀ ਪੈਂਦੀ ਆ। ਪਰ ਕਿਉਂਕਿ ਇਹ ਆਪ ਵੱਡੇ ਚਿੰਤਕ ਨੇ, ਆਪ ਲਿਖਣ ਪੜ੍ਹਨ ਨਾਲ ਵਾਸਤਾ ਸੀ, ਇਸ ਕਰਕੇ ਇਹਨਾਂ ਨੇ ਚੈੱਕ ਲੈ ਕੇ ਇਹ ਆਪ ਆਏ। ਅਤੇ ਫਿਰ ਜਿਸ ਤਰ੍ਹਾਂ ਡਿਸਟ੍ਰਿਕਟ ਪ੍ਰਸ਼ਾਸਨ ਨੂੰ ਜਿਨ੍ਹਾਂ ਇਹਨਾਂ ਨੇ ਔਨ ਟੋਜ ਰੱਖਿਆ ਡਿਸਟ੍ਰਿਕਟ ਪ੍ਰਸ਼ਾਸਨ ਨੂੰ ਕਿ ਇਹ ਇੱਕ ਧਰਮ ਦਾ ਕੰਮ ਆ, ਇਹਦੇ 'ਚੋਂ ਕੁਝ ਵੀ ਹੇਰਾਫੇਰੀ ਨਾ ਹੋਵੇ, ਇਸ ਗ੍ਰਾਂਟ ਨੂੰ ਪੂਰੀ ਦੀ ਪੂਰੀ ਲਾ ਦਿਓ। ਇਸ ਕਿਸਮ ਦੀਆਂ ਹਦਾਇਤਾਂ ਵਾਰ ਵਾਰ ਦਿੰਦੇ ਰਹੇ। ਔਰ ਸਾਨੂੰ ਵੀ ਮੌਕੇ ਮੌਕੇ ਜਦੋਂ ਅਸੀਂ ਥੋੜ੍ਹੇ ਸੁਸਤ ਪੈਂਦੇ ਸੀ ਸਾਡੇ ਵੀ ਕੰਨ ਖਿੱਚ ਦਿੰਦੇ ਸੀ ਕਿ ਤੁਸੀਂ ਢਿੱਲੇ ਚੱਲਦੇ ਹੋ। ਸੋ ਸਾਨੂੰ ਇਸ ਲਾਇਬ੍ਰੇਰੀ ਵਾਸਤੇ ਗ੍ਰਾਂਟ ਵੀ ਇੱਕ ਐਸੀ ਸ਼ਖਸੀਅਤ ਤੋਂ ਮਿਲੀ ਆ ਕਿ ਜਿਹਦੇ 'ਤੇ ਅਸੀਂ ਸਾਰੇ ਮਾਣ ਅਤੇ ਨਾਜ ਕਰ ਸਕਦੇ ਹਾਂ। ਅਤੇ ਦੂਸਰੀ ਗੱਲ, ਖੁਸ਼ੀ ਦੀ ਗੱਲ ਇਹ ਆ ਕਿ ਉਹ ਅੱਜ ਆਪ ਆਏ ਨੇ ਇਸ ਲਾਇਬ੍ਰੇਰੀ ਦਾ ਉਦਘਾਟਨ ਕਰਨ ਵਾਸਤੇ। ਇਹਦੇ ਨਾਲ ਹੀ ਸਬੱਬ ਬਣਿਆ ਪ੍ਰੋਫੈਸਰ ਗੁਰਭਜਨ ਗਿੱਲ ਜੀ ਨੂੰ ਫੈਲੋਸ਼ਿਪ ਦੇਣ ਦਾ। ਜਿਵੇਂ ਡਾਕਟਰ ਸੁਰਜੀਤ ਨੇ ਇਸ਼ਾਰਾ ਕੀਤਾ ਕਿ ਸਾਡਾ ਸਰਵਉੱਚ ਸਨਮਾਨ ਹੈ ਅਕੈਡਮੀ ਦਾ। ਮੈਂ ਸਮਝਦਾ ਕਿ ਗੁਰਭਜਨ ਗਿੱਲ ਪਿਛਲੇ 30 ਸਾਲ ਤੋਂ ਨਿਰੰਤਰ ਜੁੜਿਆ ਇਸ ਅਕੈਡਮੀ ਨਾਲ, ਜਿੰਨੇ ਰਿਸੋਰਸਿਜ਼ ਉਹਨਾਂ ਨੇ ਜੁਟਾਏ ਆ ਸ਼ਾਇਦ ਹੀ ਕਿਸੇ ਹੋਰ ਵਿਅਕਤੀ ਨੇ ਵਿਅਕਤੀਗਤ ਆਪਣੀ ਹੈਸੀਅਤ ਵਿੱਚ ਇੰਨੇ ਰਿਸੋਰਸ ਜਿਤਾਏ ਹੋਣ। ਅਸੀਂ ਤਾਂ ਕਈ ਵਾਰ ਮੰਗਣ ਤੋਂ ਅਕੈਡਮੀ ਲਈ ਸ਼ਰਮਾ ਜਾਂਦੇ ਹਾਂ, ਅਤੇ ਗੁਰਭਜਨ ਤਾਂ ਬਾਂਹ ਮਰੋੜ ਕੇ ਵੀ ਪੈਸੇ ਲੈ ਲੈਂਦਾ, ਖਾਸ ਤੌਰ 'ਤੇ ਜਿੱਥੇ ਜਿੱਥੇ ਇਹਦਾ ਜ਼ੋਰ ਚੱਲਦਾ ਹੋਵੇ। ਜੇ ਕਦੇ ਬਾਹਰਲੇ ਮੁਲਕਾਂ 'ਚ ਗਿਆ ਵੀ ਆ, ਜੇ ਕਿਤੇ ਉਹਨਾਂ ਨੇ ਕਿਹਾ ਵੀ ਤੇਰਾ ਸਨਮਾਨ ਕਰਨ ਨੇ ਕਿਹਾ ਵੀ ਮੇਰਾ ਰਹਿਣ ਦਿਓ, ਅਕੈਡਮੀ ਦਾ ਕਰ ਲਓ। ਅਤੇ ਜਦੋਂ ਮੈਂ ਜਾਣਾ ਹੁੰਦਾ ਸੀ ਤਾਂ ਮੈਨੂੰ ਕਹਿ ਕੇ ਤੋਰਦੇ ਸੀ ਕਿ ਉਹ ਗੁੰਗਿਆ ਉੱਥੇ ਮੂੰਹ ਖੋਲ ਲਈ, ਮੰਗ ਲਈ ਕੁਛ। ਸੋ ਇੰਨਾ ਫਿਕਰ ਕੀਤਾ ਇਹਨਾਂ ਨੇ ਅਕੈਡਮੀ ਦਾ, ਅੱਜ ਅਸੀਂ ਇਹਨਾਂ ਨੂੰ ਸਰਵਉੱਚ ਸਨਮਾਨ ਦੇ ਰਹੇ ਹਾਂ। ਉਹ ਕਿਸੇ ਰਸਮੀ ਜਾਣ ਪਛਾਣ ਦੇ ਮਥਾਜ ਨਹੀਂ, ਲੁਧਿਆਣੇ 'ਚ ਉਹਨਾਂ ਦੀ ਜਾਣ ਪਛਾਣ ਕਰਾਉਂਦਾ ਮੈਂ ਹਾਸੇ ਦਾ ਪਾਤਰ ਹੀ ਲੱਗਾਂਗਾ, ਕਿਉਂਕਿ ਉਹਨਾਂ ਦੇ ਸ਼ੇਅਰ, ਉਹਨਾਂ ਦੇ ਜੁਮਲੇ, ਉਹਨਾਂ ਦੀ ਵਾਰਤਕ ਦੇ ਪੀਸ ਤੁਸੀਂ ਸਾਰਿਆਂ ਨੇ ਪੜ੍ਹੇ ਨੇ, ਤੁਹਾਡੇ ਚੇਤਿਆਂ 'ਚ ਉਹ ਸਮਾਏ ਹੋਏ ਨੇ। ਸੋ ਮੈਂ ਉਹਨਾਂ ਬਾਰੇ ਬਹੁਤ ਵਿਸਥਾਰ 'ਚ ਨਾ ਜਾਂਦਾ ਹੋਇਆ ਮੈਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿ ਕੇ ਆਪਣਾ ਸਥਾਨ ਲਵਾਂਗਾ, ਕਿਉਂਕਿ ਅਸੀਂ ਬਹੁਤ ਹੀ ਸਮੇਂ ਦੇ ਅਨੁਸਾਰ ਚੱਲਣਾ ਚਾਹੁੰਦੇ ਹਾਂ। ਗਿੱਲ ਸਾਹਿਬ ਦੇ ਬਹੁਤ ਸਾਰੇ ਰੁਝੇਵੇਂ ਨੇ। ਮੈਂ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ
ਪੰਜਾਬੀ ਸਾਹਿਤ ਅਕਾਦਮੀ ਦੇ ਆਂਗਣ 'ਚ ਆਉਣ ਲਈ ਅਤੇ ਸਾਡਾ ਹੌਸਲਾ ਵਧਾਉਣ ਲਈ ਮੈਂ ਤੁਹਾਡਾ ਸਾਰਿਆਂ ਦਾ ਦਿਲੋਂ ਤਹਿ ਦਿਲੋਂ ਸਤਿਕਾਰ ਵੀ ਕਰਦਾ ਹਾਂ ਅਤੇ ਮੈਂ ਤੁਹਾਨੂੰ ਜੀਆਂ ਆਖਦਾ ਹਾਂ ਅਤੇ ਇਹ ਉਮੀਦ ਵੀ ਰੱਖਦਾ ਹਾਂ ਕਿ ਤੁਸੀਂ ਇਸੇ ਤਰ੍ਹਾਂ ਹੀ ਇਸ ਅਕੈਡਮੀ ਨਾਲ ਜੁੜੇ ਰਹੋਗੇ ਅਤੇ ਇੱਥੋਂ ਦੀ ਕੰਮ ਕਰਨ ਵਾਲੀ ਜਿਹੜੀ ਟੀਮ ਹੈ ਇਹਨੂੰ ਇਸੇ ਤਰ੍ਹਾਂ ਆਪਣੀ ਅਗਵਾਈ ਦਿੰਦੇ ਰਹੋਗੇ, ਆਪਣਾ ਥਾਪੜਾ ਦਿੰਦੇ ਰਹੋਗੇ। ਤੁਹਾਡਾ ਸਾਰਿਆਂ ਦਾ ਮੈਂ ਬਹੁਤ ਬਹੁਤ ਮਸ਼ਕੂਰ ਹਾਂ। ਥੈਂਕ ਯੂ। ਇੱਕ ਕੁਤਾਹੀ ਮੇਰੇ ਤੋਂ ਹੋ ਗਈ ਸੀ, ਉਸਨੂੰ ਉਸ ਗਲਤੀ ਨੂੰ ਠੀਕ ਕਰਦਾ ਹੋਇਆ ਹੁਣ ਮੈਂ ਬੇਨਤੀ ਕਰਦਾ ਕਿ ਕੈਲੇ ਸਾਹਿਬ ਆਉਣਗੇ। ਸਾਰੇ ਪ੍ਰਧਾਨਗੀ ਮੰਡਲ ਨੂੰ ਬੇਨਤੀ ਆ ਕਿ ਉਹ ਸਾਡੇ ਅੱਜ ਦੇ ਮੁੱਖ ਮਹਿਮਾਨ ਡਾਕਟਰ ਐਮ ਐਸ ਗਿੱਲ ਹੋਰਾਂ ਨੂੰ ਬੁੱਕੇ ਦੇ ਕੇ ਉਹਨਾਂ ਦਾ ਸਵਾਗਤ ਕਰਨਗੇ। ਹੁਣ ਅਸੀਂ ਸਨਮਾਨ ਦੀ ਰਸਮ ਕਰਾਂਗੇ। ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਪ੍ਰੋਫੈਸਰ ਰਵਿੰਦਰ ਭੱਠਲ ਹੋਰਾਂ ਨੂੰ ਕਿ ਉਹ ਪਹਿਲਾਂ ਮੌਖਿਕ ਰੂਪ ਦੇ ਵਿੱਚ ਗੁਰਭਜਨ ਗਿੱਲ ਹੋਰਾਂ ਦੇ ਬਾਰੇ ਕੁਝ ਗੱਲਾਂ ਕਰਨਗੇ ਅਤੇ ਫਿਰ ਨਾਲ ਸਨਮਾਨ ਪੱਤਰ ਵੀ ਪੜ੍ਹਨਗੇ। ਪ੍ਰੋਫੈਸਰ ਰਵਿੰਦਰ ਭੱਠਲ ਜੀ। ਪਿਛਲੇ 40 ਸਾਲਾਂ ਤੋਂ ਪੰਜਾਬੀ ਭਵਨ ਅਤੇ ਪੰਜਾਬੀ ਸਾਹਿਤ ਅਕਾਦਮੀ ਨਾਲ ਤਨੋਂ ਮਨੋਂ ਜੁੜੇ ਹੋਏ ਗੁਰਭਜਨ ਗਿੱਲ ਕਦੇ ਸੇਵਕ ਦੇ ਤੌਰ 'ਤੇ, ਫਿਰ ਮੁੱਢਲੇ ਜੀਵਨ ਮੈਂਬਰ ਦੇ ਤੌਰ 'ਤੇ ਅਤੇ ਫਿਰ ਕਾਰਜਕਾਰੀ ਮੈਂਬਰ ਦੇ ਤੌਰ 'ਤੇ, ਵਾਈਸ ਪ੍ਰੈਜ਼ੀਡੈਂਟ ਦੇ ਤੌਰ 'ਤੇ ਅਤੇ ਫਿਰ ਪ੍ਰਧਾਨ ਦੇ, ਅਤੇ ਪ੍ਰਧਾਨ ਤੋਂ ਬਾਅਦ ਵੀ ਆਪਣੀਆਂ ਸੇਵਾਵਾਂ ਜਿਹੜੀਆਂ ਨੇ ਉਹ ਅਰਪਿਤ ਕਰ ਰਹੇ ਨੇ। ਮੈਂ ਪੰਜਾਬੀ ਸਾਹਿਤ ਅਕੈਡਮੀ ਵੱਲੋਂ ਅੱਜ ਮਿਤੀ 14 ਮਾਰਚ 2018 ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਪੰਜਾਬੀ ਦੇ ਸ਼੍ਰੋਮਣੀ ਕਵੀ ਸਾਹਿਤ ਸੰਸਥਾਵਾਂ ਦੇ ਉੱਚ ਕੋਟੀ ਦੇ ਸੰਚਾਲਕ, ਅਨੇਕਾਂ ਹੀ ਖੇਡ ਜਗਤ ਅਤੇ ਸੱਭਿਆਚਾਰਕ ਸੰਸਥਾਵਾਂ ਦੇ ਸਰਪ੍ਰਸਤ ਪ੍ਰੋਫੈਸਰ ਗੁਰਭਜਨ ਗਿੱਲ ਜੀ ਨੂੰ ਪੰਜਾਬੀ ਸਾਹਿਤ ਅਕੈਡਮੀ ਵੱਲੋਂ ਫੈਲੋਸ਼ਿਪ ਪ੍ਰਦਾਨ ਕਰਨ ਸਮੇਂ ਪੜ੍ਹਿਆ ਗਿਆ ਸ਼ੋਭਾ ਪੱਤਰ। ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਜੀ ਆਪ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਨਾਲ ਪਿਛਲੇ 40 ਸਾਲਾਂ ਤੋਂ ਜੀਵਨ ਮੈਂਬਰ, ਕਾਰਜਕਾਰੀ ਮੈਂਬਰ, ਮੀਤ ਪ੍ਰਧਾਨ ਅਤੇ ਫਿਰ ਪ੍ਰਧਾਨ ਦੇ ਅਹੁਦਿਆਂ 'ਤੇ ਕਾਰਜਸ਼ੀਲ ਰਹੇ ਹੋ। ਆਪਣੇ ਇਹਨਾਂ ਵਕਾਰੀ ਅਹੁਦਿਆਂ ਉੱਪਰ ਰਹਿੰਦਿਆਂ ਆਪ ਜੀ ਨੇ ਸੈਮੀਨਾਰਾਂ, ਕਵੀ ਦਰਬਾਰਾਂ, ਗੋਸ਼ਟੀਆਂ ਆਯੋਜਿਤ ਕਰਨ ਹਿੱਤ ਅਹਿਮ ਭੂਮਿਕਾ ਅਦਾ ਕੀਤੀ ਹੈ। ਇਸ ਤੋਂ ਇਲਾਵਾ ਪ੍ਰਕਾਸ਼ਨਾਂ ਦੇ ਖੇਤਰ ਵਿੱਚ ਵੀ ਵਿੱਤੀ ਸਾਧਨ ਜੁਟਾ ਕੇ ਕਈ ਮੁੱਲਵਾਨ ਪੁਸਤਕਾਂ ਪ੍ਰਕਾਸ਼ਿਤ ਕਰਵਾਈਆਂ ਹਨ। ਹੁਣ ਵੀ ਆਪ ਜੀ ਅਕੈਡਮੀ ਨਾਲ ਤਨੋਂ ਮਨੋਂ ਜੁੜੇ ਹੋਏ ਹੋ। ਨੌਕਰੀ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਵੀ ਆਪ ਕਾਰਜ ਮੁਕਤ ਨਹੀਂ ਹੋਏ। ਦੇਸ਼ ਪ੍ਰਦੇਸ਼ ਵਿੱਚ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਲਗਨ ਨਾਲ ਜੁਟੇ ਹੋਏ ਹੋ। ਪੰਜਾਬੋਂ ਬਾਹਰ ਕੈਨੇਡਾ ਦੀ ਧਰਤੀ 'ਤੇ ਸਰੀ ਵਿੱਚ ਪੰਜਾਬ ਭਵਨ ਦੀ ਸਥਾਪਨਾ ਆਪ ਜੀ ਦੀ ਪ੍ਰੇਰਨਾ ਸਦਕਾ ਹੀ ਸੰਭਵ ਹੋਈ, ਜੋ ਵਿਦੇਸ਼ੀ ਧਰਤੀ 'ਤੇ ਪੰਜਾਬੀਆਂ ਲਈ ਸੁਪਨੇ ਦੇ ਸਾਕਾਰ ਹੋਣ ਵਰਗੀ ਕਰਾਮਾਤ ਹੈ। ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਜੀ ਕਾਲਜ ਅਧਿਆਪਕ ਰਹੇ, ਫਿਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਬਤੌਰ ਸੀਨੀਅਰ ਸੰਪਾਦਕ ਅਤੇ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋਂ ਵਿਖੇ ਨਿਰਦੇਸ਼ਕ ਯੋਜਨਾ ਅਤੇ ਵਿਕਾਸ ਵਜੋਂ ਕੁਝ ਸਮਾਂ ਆਪਣੀਆਂ ਸੇਵਾਵਾਂ ਦਿੰਦੇ ਰਹੇ। ਇਹਨਾਂ ਦੇ ਕੰਮਕਾਰ, ਪਿਆਰ, ਸੁਚੱਜੀ ਸੋਚ ਅਤੇ ਵਿਦਿਆਰਥੀ ਹਿੱਤਾਂ ਲਈ ਸਮਰਪਣ ਭਾਵਨਾ ਦੀ ਗਵਾਹੀ
ਹੁਣ ਵੀ ਪੁਰਾਣੇ ਵਿਦਿਆਰਥੀ ਅਤੇ ਸਨੇਹੀ ਪੜ੍ਹਦੇ ਨੇ। ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਨੇ ਦਰਜਨ ਦੇ ਕਰੀਬ ਕਾਵਿ ਪੁਸਤਕਾਂ ਤੋਂ ਇਲਾਵਾ ਸਮਾਜ ਸੁਧਾਰ, ਵਾਤਾਵਰਨ ਦੀ ਸ਼ੁੱਧਤਾ ਅਤੇ ਲੁਕਾਈ ਨੂੰ ਸੁਚੇਤ ਕਰਨ ਹਿੱਤ ਵੀ ਕਲਮ ਚਲਾਈ ਹੈ। ਨਵੇਂ ਲੇਖਕਾਂ ਅਤੇ ਕਵੀਆਂ ਨੂੰ ਹਮੇਸ਼ਾ ਹੀ ਉਸਾਰੂ ਸ਼ਬਦ ਲਿਖ ਕੇ ਸਿਹਤ ਅਤੇ ਪ੍ਰੇਰਨਾ ਦਿੰਦੇ ਰਹੇ ਹਨ। ਆਪ ਜੀ ਦਾ ਕਾਵਿਕ ਹਿਰਦਾ ਹਰ ਵਕਤ ਲੋੜਵੰਦਾਂ ਲਈ ਭਰਮਾ ਹੁੰਗਾਰਾ ਭਰਦਾ ਰਿਹਾ ਹੈ। ਦੇਸ਼ ਵੰਡ ਸਮੇਂ ਸਰਹੱਦ ਦੇ ਆਰ ਪਾਰ ਜਾਣ ਦੀਆਂ ਰੁਦਨ ਭਰੀਆਂ ਆਵਾਜ਼ਾਂ ਲੋਰੀਆਂ ਦੇ ਨਾਲ ਖੂਨ ਵਿੱਚ ਰਚ ਗਈਆਂ ਸਨ ਅਤੇ ਇਹੀ ਆਵਾਜ਼ਾਂ ਆਪ ਜੀ ਦੇ ਸਮੁੱਚੇ ਕਾਵਿ ਦੀ ਬੇਦਨਾ ਭਰੀ ਹੂਕ ਬਣ ਗਈਆਂ ਹਨ। ਆਪ ਜੀ ਸੱਚ ਹੀ ਸਿਆਲਕੋਟੀ ਫਕੀਰ ਵਾਂਗਰ ਹੋ, ਜਿਹੜਾ ਗਲੀ ਗਲੀ, ਬਸਤੀ ਬਸਤੀ, ਸ਼ਹਿਰ ਸ਼ਹਿਰ ਅਤੇ ਦੇਸ਼ ਵਿਦੇਸ਼ ਵਿੱਚ ਹਰ ਘਰ ਵਸਦੇ ਰਹਿਣ ਅਤੇ ਸ਼ਬਦ ਸਲਾਮਤ ਰਹਿਣ ਦੀਆਂ ਅਸੀਸਾਂ ਦਿੰਦੇ ਫਿਰ ਰਿਹਾ ਹੈ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਇਸ ਬਹੁਪੱਖੀ ਸ਼ਖਸੀਅਤ ਦੇ ਸੁਆਮੀ ਆਪਣੇ ਸਾਬਕਾ ਪ੍ਰਧਾਨ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਜੀ ਨੂੰ ਫੈਲੋਸ਼ਿਪ ਪ੍ਰਦਾਨ ਕਰਕੇ ਆਪਣਾ ਮਾਣ ਵਧਾ ਰਹੀ ਹੈ। ਡਾਕਟਰ ਸੁਖਦੇਵ ਸਿੰਘ ਪ੍ਰਧਾਨ, ਡਾਕਟਰ ਅਨੂਪ ਸਿੰਘ ਸੀਨੀਅਰ ਮੀਤ ਪ੍ਰਧਾਨ, ਡਾਕਟਰ ਸੁਰਜੀਤ ਸਿੰਘ ਜਨਰਲ ਸਕੱਤਰ, ਸਮੂਹ ਅਹੁਦੇਦਾਰ ਅਤੇ ਪ੍ਰਬੰਧਕੀ ਬੋਰਡ ਦੇ ਮੈਂਬਰ, ਸ਼ੁਕਰੀਆ। ਅਸੀਂ ਸਨਮਾਨ ਦੀ ਰਸਮ ਲਈ ਬੇਨਤੀ ਹੈ ਸਾਰੇ ਪ੍ਰਧਾਨਗੀ ਮੰਡਲ ਨੂੰ ਕਿ ਉਹ ਪ੍ਰੋਫੈਸਰ ਗੁਰਭਜਨ ਗਿੱਲ ਹੋਰਾਂ ਦਾ ਇਸ ਫੈਲੋਸ਼ਿਪ ਦੇ ਨਾਲ ਸਨਮਾਨ ਕਰਨ। ਇਸ ਦੇ ਵਿੱਚ ਮਾਨ ਪੱਤਰ, ਇੱਕ ਲੋਈ, ਕਿਤਾਬਾਂ ਦਾ ਸੈੱਟ, ਮੈਡਮ ਜਸਵਿੰਦਰ ਹੁਣ ਬੇਨਤੀ ਆ ਕਿ ਉਹ ਵੀ ਮੰਚ 'ਤੇ ਆ ਜਾਣ। ਪ੍ਰੋਫੈਸਰ ਗੁਰਭਜਨ ਗਿੱਲ ਨੂੰ ਬੇਨਤੀ ਹੈ ਕਿ ਉਹ ਇਸ ਸਨਮਾਨ ਦੇ ਮੌਕੇ ਤੁਸੀਂ ਇਸ ਇਕੱਠ ਨੂੰ ਸੰਬੋਧਿਤ ਹੋਣਾ ਹੈ।
ਜੇ ਬੈਠ ਕੇ ਸੌਖੇ ਮਹਿਸੂਸ ਕਰੋਗੇ ਉੱਥੇ। ਪ੍ਰੋਫੈਸਰ ਗੁਰਭਾਜਨ ਗਿੱਲ ਜੀ। ਨਹੀਂ ਇਹ ਨਹੀਂ ਲਾਉਣਾ ਯਾਰ, ਉਹ ਨਹੀਂ ਨਹੀਂ ਯਾਰ, ਤੂੰ ਕਿਹੜੀ ਕਦੇ ਫੈਲੋਸ਼ਿਪ ਲਈ, ਤੈਨੂੰ ਪਤਾ ਹੋਵੇ ਕਿਵੇਂ ਲਈ ਦੀ। ਮੇਰੇ ਵਾਸਤੇ ਅੱਜ ਦਾ ਦਿਨ ਸੱਚ ਜਾਣਿਓ ਅਤੇ ਲੋਚਨ ਲੋਚੀ ਦੇ ਕਹਿਣ ਮੁਤਾਬਕ ਅੱਜ ਵੱਡਾ ਦਿਨ ਹੈ। ਇਸ ਕਰਕੇ ਨਹੀਂ ਕਿ ਮੈਨੂੰ ਆਦਰ ਮਾਣ ਮਿਲਿਆ ਫੈਲੋਸ਼ਿਪ ਦੇ ਰੂਪ 'ਚ, ਇਸ ਕਰਕੇ ਵੱਡਾ ਦਿਨ ਹੈ ਕਿ ਮੇਰੇ ਗੁਰੂਦੇਵ ਡਾਕਟਰ ਐਸ ਪੀ ਸਿੰਘ ਦੀ ਹਾਜ਼ਰੀ 'ਚ ਮਿਲ ਰਿਹਾ। ਇਸ ਕਰਕੇ ਵੱਡਾ ਦਿਨ ਹੈ ਕਿਉਂਕਿ ਮੇਰੇ ਦੋ ਵੱਡੇ ਵੀਰਾਂ ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ ਔਰ ਮੇਰੇ ਰਹਿਨੁਮਾ ਮੇਰੇ ਵੱਡੇ ਵੀਰ ਮੇਰੇ ਮਾਂ ਜਾਏ ਪ੍ਰੋਫੈਸਰ ਸੁਖਵੰਤ ਸਿੰਘ ਗਿੱਲ ਹੋਰਾਂ ਦੀ ਹਾਜ਼ਰੀ 'ਚ ਮਿਲ ਰਿਹਾ, ਜਿਨ੍ਹਾਂ ਨੇ ਮੈਨੂੰ ਬਚਪਨ ਤੋਂ ਲੈ ਕੇ ਸੁਪਨੇ ਲੈਣ ਪੂਰੇ ਕਰਨ ਅਤੇ ਉਹਨਾਂ ਦੀ ਸੰਪੂਰਨਤਾ ਤੱਕ ਦਾ ਸਫ਼ਰ ਕਰਨ ਦੀ ਲਿਆਕਤ ਦਿੱਤੀ। ਮੈਂ ਇਸ ਗੱਲ ਕਰਕੇ ਵੀ ਬਹੁਤ ਵੱਡੇ ਭਾਗਾਂ ਵਾਲਾ ਹਾਂ, ਸੁਖਦੇਵ ਸਿੰਘ ਜਾਣਦਾ ਜਿਹੜੀ ਗੱਲ ਨਹੀਂ ਦੱਸੀ ਇਹਨੇ, ਕਿ ਇਹ ਫੈਲੋਸ਼ਿਪ ਮੈਨੂੰ ਇਹਨਾਂ ਨੇ 4 ਸਾਲ ਪਹਿਲਾਂ ਦੇਣੀ ਸੀ, ਪਰ ਮੈਂ ਕਿਹਾ ਸੀ ਨਹੀਂ ਲੈਣੀ ਉਹਨਾਂ ਚਿਰ ਜਿੰਨਾ ਚਿਰ ਮਨਦੋਰ ਸਿੰਘ ਗਿੱਲ ਹੋਰੀ ਨਹੀਂ ਆਉਂਦੇ। ਸੁਖਦੇਵ ਜੀ ਮੈਂ ਗਲਤ ਕਹਾਂ ਮੈਨੂੰ ਟੋਕ ਦੇਵੀਂ, ਕਾਰਨ ਕੀ ਹੈ, ਮਨੋਹਰ ਸਿੰਘ ਗਿੱਲ ਹੋਰਾਂ ਤੋਂ ਮੈਂ ਕਿਉਂ ਲੈਣੀ ਚਾਹੁੰਦਾ ਸੀ। ਇਸ ਕਰਕੇ ਨਹੀਂ ਕਿ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਰਹੇ ਆ, ਇਸ ਕਰਕੇ ਵੀ ਨਹੀਂ ਕਿ ਯੂਨੀਅਨ ਮਿਨਿਸਟਰ ਰਹੇ ਨੇ, ਇਸ ਕਰਕੇ ਵੀ ਨਹੀਂ ਕਿ ਇਹ 25 ਲੱਖ ਸਾਨੂੰ ਦੇਣ ਵਾਲੇ, ਸਿਰਫ ਇਸ ਕਰਕੇ ਕਿ ਮੈਂ ਉਦੋਂ 6ਵੀਂ 'ਚ ਪੜ੍ਹਦਾ ਸੀ ਜਦੋਂ ਪਹਿਲੀ ਵਾਰ ਆਪਣੇ ਵੱਡੇ ਵੀਰ ਜਿਹੜੇ ਉਸ ਵੇਲੇ ਲਾਇਲਪੁਰ ਖਾਲਸਾ ਕਾਲਜ ਜਲੰਧਰ 'ਚ MA ਕਰਦੇ ਸੀ, ਉਹਨਾਂ ਦੇ ਮੂੰਹੋਂ ਇਹਨਾਂ ਦੀ 7ਵੀਂ 'ਚ ਪੜ੍ਹਦੇ ਬੱਚੇ ਨੇ ਜਿਹੜੀ ਇੱਕ ਮਹਿਮਾ ਸੁਣੀ ਸੀ, ਸਿਰਫ ਉਸ ਕਰਕੇ ਸਰਦਾਰ ਮਨਦੋਰ ਸਿੰਘ ਗਿੱਲ ਕੋਲੋਂ ਮੈਂ ਪੁਰਸਕਾਰ ਲੈਣਾ ਚਾਹੁੰਦਾ ਸੀ। ਉਹ ਮਹਿਮਾ ਕੀ ਸੀ? ਮਹਿਮਾ ਇਹ ਸੀ ਕਿ ਸਰਦਾਰ ਮਨਦੋਰ ਸਿੰਘ ਗਿੱਲ ਜਲੰਧਰ ਡਿਪਟੀ ਕਮਿਸ਼ਨਰ ਸਨ, ਪੰਜਾਬੀ ਸੂਬਾ ਮੋਰਚਾ ਭਖਿਆ ਹੋਇਆ ਸੀ, ਕਾਲਜਸ ਦੇ ਸਟੂਡੈਂਟਸ ਜ਼ਿੰਦਾਬਾਦ ਮੁਰਦਾਬਾਦ ਜਿਨ੍ਹਾਂ 'ਚੋਂ ਅੱਜ ਦੇ ਵਾਈਸ ਚਾਂਸਲਰ ਡਾਕਟਰ ਐਸ ਪੀ ਸਿੰਘ ਵੀ ਸ਼ਾਮਲ ਨੇ, ਇਹ ਸਾਰੇ ਹੀ ਕਾਲਜਸ ਤੋਂ ਬਾਅਦ 'ਚ ਆ ਕੇ ਉਸ ਲਹਿਰ ਦਾ ਹਿੱਸਾ ਬਣਦੇ ਸੀ ਜਿਹੜੀ ਪੰਜਾਬੀ ਦੇ ਵਿਕਾਸ ਵਾਸਤੇ ਇੱਕ ਸੂਬਾ ਮੰਗਦੀ ਧਿਰ ਸੀ, ਉਸ ਦੀ ਧਿਰ ਬਣਦੇ ਸੀ। ਇੱਕ ਸਿਚੁਏਸ਼ਨ ਐਸੀ ਬਣੀ ਕਿਉਂਕਿ ਸਰਕਾਰ ਕ੍ਰਸ਼ ਕਰਦੀ ਸੀ, ਸਰਕਾਰੀ ਤੰਤਰ ਡਾਕਟਰ ਮਨਦੋਰ ਸਿੰਘ ਗਿੱਲ ਹੋਰਾਂ ਦੇ ਰੂਪ ਦੇ ਵਿੱਚ ਜ਼ਿਲ੍ਹੇ ਡਿਪਟੀ ਕਮਿਸ਼ਨਰ ਰੂਪ 'ਚ ਹਾਜ਼ਰ ਸੀ, ਇਹਨਾਂ ਨੇ ਬੜੇ ਲਾਡ ਮਲਾਰ ਨਾਲ ਇਹਨਾਂ ਸਾਰੇ MA ਕਰਦੇ ਮੁੰਡਿਆਂ ਨੂੰ ਇੱਕ ਪਾਸੇ ਇਕੱਠੇ ਕਰ ਲਿਆ, ਕਹਿੰਦੇ ਯਾਰ ਤੁਸੀਂ ਲੱਗਦੇ ਨਹੀਂ ਕਿ ਤੁਸੀਂ ਇਸ ਭੀੜ ਦਾ ਹਿੱਸਾ ਹੋ, ਤੁਸੀਂ ਕੁਝ ਵੱਖਰੇ ਲੱਗਦੇ ਹੋ। ਉਹਨਾਂ ਨੇ ਕਿਹਾ ਜੀ ਅਸੀਂ ਇੱਥੇ MA ਕਰਦੇ ਹਾਂ, ਕਹਿੰਦੇ ਫਿਰ ਤੁਹਾਨੂੰ ਘਰਦਿਆਂ ਨੇ ਭੇਜਿਆ ਹੋਵੇਗਾ ਪੜ੍ਹਨ ਵਾਸਤੇ, ਕਹਿੰਦੇ ਹਾਂ ਜੀ ਘਰ ਦੇ ਫੀਸਾਂ ਦਿੰਦੇ ਘਰਦਿਆਂ ਹੀ ਭੇਜਿਆ, ਕਹਿੰਦੇ ਫਿਰ ਪਹਿਲਾਂ ਪੜ੍ਹ ਲਓ ਫਿਰ ਪੰਜਾਬੀ ਸੂਬਾ ਆਪਾਂ ਬਾਅਦ 'ਚ ਲੈ ਲਾਂਗੇ। ਇਹ ਉਹ ਪੈੜ ਹੈ, ਨਿੱਕੀ ਜਿਹੀ ਪੈੜ ਹੈ ਜਿਹੜੀ ਮੇਰੇ ਵਾਸਤੇ ਸਾਰੀ ਜ਼ਿੰਦਗੀ ਨਾਲ ਨਾਲ ਤੁਰੀ ਹੈ, ਕਿ ਹਰ ਮੌਕੇ 'ਤੇ ਵੱਡੇ ਬੰਦੇ ਹਮੇਸ਼ਾ ਵੱਡੀ ਗੱਲ ਕਰਦੇ ਆ। ਮੇਰਾ ਸੁਭਾਗ ਇਸ ਕਰਕੇ ਵੀ ਇਹ ਗੱਲ ਆਖਣ ਦਾ ਬਣ ਗਿਆ ਕਿ ਜਿਸ ਮਾਝੇ ਦੇ ਪਿੰਡ ਅਲਾਦੀਨਪੁਰ ਤੋਂ ਸਰਦਾਰ ਮਨੋਹਰ ਸਿੰਘ ਗਿੱਲ, ਇਹਨਾਂ ਦੇ ਵੀਰ ਮੇਜਰ ਜਨਰਲ ਹਿੰਮਤ ਸਿੰਘ ਗਿੱਲ ਔਰ ਸਤਿਕਾਰਯੋਗ ਪਿਤਾ ਜੀ ਕਰਨਲ ਪ੍ਰਤਾਪ ਸਿੰਘ ਗਿੱਲ ਨੇ ਜੀਵਨ ਸਫ਼ਰ ਆਰੰਭਿਆ, ਉਦੋਂ ਲਿੱਸੇ ਪਿੰਡ 'ਚ ਮੈਂ ਜੰਮਿਆ, ਬਸੰਤਕੋਟ ਮੇਰਾ ਪਿੰਡ ਹੈ ਜੀ, ਬਿਲਕੁਲ ਡੇਰਾ ਬਾਬਾ ਨਾਨਕ ਸਬ ਡਿਵੀਜ਼ਨ ਦੇ ਵਿੱਚ। ਔਰ ਇੱਥੇ ਜਦੋਂ ਮੈਂ 1971 'ਚ ਡਾਕਟਰ ਐਸ ਪੀ ਸਿੰਘ ਹੋਰਾਂ ਦੇ ਆ ਕੇ ਲੜ ਲੱਗਿਆ ਤਾਂ ਮੈਨੂੰ ਇੱਥੇ ਮਖੌਲ ਕਰਦੇ ਹੁੰਦੇ ਸੀ, ਕਹਿੰਦੇ ਤੂੰ ਉੱਥੋਂ ਆਇਆ ਜਿੱਥੇ ਜਾ ਕੇ ਮੁਲਕ ਵੀ ਮੁੱਕ ਜਾਂਦਾ। ਮੈਂ ਕਿਹਾ ਉੱਥੇ ਮੁਲਕ ਮੁੱਕਦਾ, ਉੱਥੇ ਹਿੰਮਤ ਨਹੀਂ ਮੁੱਕਦੀ, ਉੱਥੋਂ ਹਿੰਮਤ ਸ਼ੁਰੂ ਹੁੰਦੀ ਹੈ ਕਿਉਂਕਿ ਉਹ ਆਦਿ ਬਿੰਦੂ ਹੈ ਇਸ ਮੁਲਕ ਦੇ ਵੱਲ ਨੂੰ ਆਉਣ ਦਾ। ਜਾਣਦਾ ਤੁਹਾਡੇ ਲਈ ਹੋਏਗਾ ਕਿ ਉਹ ਆਦਿ ਬਿੰਦੂ ਨਹੀਂ ਹੈਗਾ, ਅੰਤ ਬਿੰਦੂ ਹੈ, ਪਰ ਮੇਰੇ ਵਾਸਤੇ ਉਹ ਆਦਿ ਬਿੰਦੂ ਹੈ। ਦੋਸਤੋ, ਉਸ ਆਦਿ ਬਿੰਦੂ ਦੀ ਸ਼ਕਤੀ ਲੈ ਕੇ, ਉਹਨਾਂ ਪੈਲੀਆਂ ਦੀ ਮਿੱਟੀ ਨੂੰ ਮੱਥੇ ਨਾਲ ਲਾ ਕੇ ਜਿੱਥੇ ਮੇਰੇ ਬਾਬੇ ਨਾਨਕ ਨੇ ਹਲਵਾਇਆ, ਅੱਜ ਵੀ ਚਿਤ ਸਕਦਾ ਕਿ ਮੇਰਾ ਬਾਬਾ ਕਿਵੇਂ ਫਿਰਦਾ ਹੋਏਗਾ ਉੱਥੇ। ਔਰ ਉਸ ਮਿੱਟੀ ਦੀ ਸਹੁੰ ਖਾ ਕੇ ਕਹਿੰਦਾ
कि इस पंजाब नूं एक मनोहर सिंह गिल नाल नहीं सी सरना, पंजाब नूं बहुत सारे मनोहर सिंह गिल चाहिए सी, पर बदकिस्मती यह है कि विजनरीज की साढ़े को एडमिनिस्ट्रेशन भी एजुकेशन भी और नाल दी नाल एथिक्स भी जिन्हां धर्म प्रचारना सी वो अपना पावा थड़का के बह गए, जिन्हां सिक्ख्या तंत्र की वाग फड़नी सी वो सिर्फ कोचवान बन के रह गए। और अल्टीमेटली असी सारे अज उत्थे अपने हैं जिथे अगे हनेरी गली साहित वास्ते भी है, सेहत वास्ते भी है, विकास वास्ते भी है। और सूबा सिंह होरां दी मैनूं गल चेते आ रही है इस वक्त, एक ही शेर उन्हां चेते आ रहा है, कहिंदे यारो बेवसाई की हद हो गई, चोर चोरां ते नहीं इतबार करदे, इन्नी बेवसाही हो गई है। और जदों मैं घरों आ जा रहा सी तां तेज प्रताप सिंह संधू मेरा यार है 35 साल पुराना, उन्हें बड़ी सोहनी गल आखी अमरजीत गरेवाल दे रेफरेंस नाल, कहिंदे अज पंजाब दे सियासतदान नूं देश दे सियासतदान नूं कंपीटीशन की लोड़ नहीं है, कोऑपरेशन की लोड़ है। साढ़े सिर नहीं जुड़ते, साढ़िया लियाकत कलियां कलियां तुरिया फिर आप अपने सच की राखी। पंजाबी साहित्य अकाडमी लुधियाना 54 तो लैके हुण तक का सफर है जिहड़ा वो लियाकत के सिर जोड़न का सफर सी। एक करामातां एवें नहीं वापरदियां कि एक घर की निक्की जी नुक्कर च पंजाबी साहित्य अकाडमी लुधियाना का दफ्तर डॉक्टर शेर सिंह के घर च होवे, उदों बाद च डॉक्टर प्यार सिंह दे घर चला जाए, उदों बाद च डॉक्टर परमिंदर सिंह जी दे घर चला जाए, तो पब्लीकेशन कितनियां हो जाण उन्ने समय दे विच 100। वो पब्लीकेशन क्यों कीतियां गईयां सी, क्योंकि 1951 जदों एम ए पंजाबी शुरू होई साडे विद्यार्थियों नूं टूल चाहिए सी लिटरेचर पढ़न पढ़ाउण दे। ये पंजाबी साहित्य अकादमी लुधियाणा बारे बड़े भरम भुलेखे पाए जाते हैं कि यह संस्था निरोल लेखकों की, हाँ लेखकों की भी है क्योंकि साहित दे विच लेखकों तो बिना नहीं चलिया जा सकता, पर सच यह है कि आधार बिंदु जिहड़ा हैगा वो अकैडमिक्स है, वो अकैडमिशन दे सुपने की पूर्ति है। और अज जब मैं इस संस्था की ये सब तो वड्डी इज्जत जिहड़ी मैनू नसीब हुई है वो हासिल करके, मैं जो पिछे वेखदा तो मैनू 1980 का वो दिन चेते आउंदा है जिस दिन मेरे प्रिंसीपल प्रेम सिंह बजाज जिहड़े उस वेले मेरे कॉलेज प्रिंसीपल सीगे जिहड़े जिन्हां दा जिक्र हुणे होया संगत च हाज़र ने, उन्होंने नाल असी इस दे सिल्वर जुबली समागम च शामिल होने लई आए सन। वह भी दिन याद आ रहा है कि बड़ी मुश्किल नाल मैनू मैंबरशिप दिती गई सी, उदों मैंबरशिप एड्डी सौखी नहीं सी। 80 तो लैके 84 तक का सफ़र सेवा का सफ़र सी, तो डॉक्टर एम एस रंधावा होर ने कहा ये मुंडा जिहड़ा रोज़ इन्ने काम करता फिरदा इहनूं यार तुसीं एग्जैक्टिव च क्यों नहीं लैंदे। और मैंने पहली बार डॉक्टर रंधावा 1984 च इहदी एग्जैक्टिव च लिया, एंड मैं ते डॉक्टर रविंदर रवि दोवें यंगेस्ट मैंबर सी इस एग्जैक्टिव दे, 3.5 साल उन्हां नाल काम किया, उह सुरगवास हो गए। बाद प्रोफेसर प्रीतम सिंह जी आए, उस तों बाद अमरीक सिंह पूनी जदों प्रधान बने तो उन्होंने मीत प्रधान, तो फिर सुरजीत पात्र जी की छत्र छाया थले इन्हों की मुहब्बत सदका 2002 तो लैके 8 तक सीनियर मीत प्रधान, 10 तो लैके 14 तक प्रधान। मैं प्रधान लफज ता नहीं वरतदा कि मेरी सीट आ जिते भाई जगमोहन सिंह नामधारी बैठे उत्थे हुंदी सी, ते मैनू कई दोस्तों ने कहना तू अगे जाके क्यों नहीं बहिंदा, मैं कहा मैं इसलिए नहीं बहिंदा मैं जे इहदू 4 कतारा पिछे भी चला जावांगा तो मैं उत्थे भी प्रधान हाँ। जरूरी नहीं कि प्रधान पहली कतार च बैठा ही प्रधान हुंदा, वो प्रधान हुंदा ही नहीं जिहड़ा पहली कतार च ही प्रधान होवे, जिहड़ा 16वीं कतार च बैठा वो भी बंदा प्रधान जे हैगा तो उहनूं इहना पता होना चाहिए कि मेरी जिम्मेवारी की है। अज ये मेरे लगभग 30 साल सहकर्मी का लफ्ज़ नहीं वरत सकता क्योंकि विज्ञान दे बहुत वड्डे स्तंभ ने, पर मेरे वड्डे वीर तो है ने ना डॉक्टर नछत्र सिंह मल्ली वाइस चांसलर गुरु काशी यूनिवर्सिटी तलवंडी साबो दे, असी कट्ठे गए सौ उत्थे, मैं जल्दी अक गया थक गया पर ये पूरा समा ला के आए। डॉक्टर मनजीत सिंह कंग जिहड़े अमरीका तो उचेचे तौर दे उत्ते PAU दे विच लीडरशिप प्रोवाइड करन लई आए सन, 4 साल मेरे वाइस चांसलर रहे। डॉक्टर SP सिंह बारे की आखा, बार बार इको गल आखी जाती है कि जो कुछ भी डॉक्टर साहब तुसीं कहा सी उही कुछ मैं कीता, मैं जे किणका मात्र डोलिया होवां थिड़किया होवां तो हो सकता मैनूं तुहाडा उस वेले संदेश भुलिया होवे, मैं अपने उन्हां बेलियां दा धन्नवादी हाँ जिन्हां ने मैनूं कदे डोलण नहीं दिता,
ਚਾਹੇ ਉਹ ਮੇਰੇ ਵੱਡੇ ਵਡੇਰੇ ਨੇ, ਚਾਹੇ ਮੇਰੇ ਉਹ ਨਿੱਕੇ ਪੁੱਤਰਾਂ ਵਰਗੇ ਨਿੰਦਰ ਘੁਗਿਆਣਵੀ ਤੋਂ ਲੈ ਕੇ ਤ੍ਰਿਲੋਚਨ ਲੋਚੀ ਹੋਵੇ, ਮਨਜਿੰਦਰ ਧਰੋਆ ਹੋਵੇ ਅਤੇ ਮੇਰਾ ਬਹੁਤ ਲਾਡਲਾ ਵੀਰ ਪੰਮੀ ਬਾਈ ਹੋਵੇ, ਇਹ ਕਦੇ ਮੈਨੂੰ ਥਿੜਕਣ ਨਹੀਂ ਦਿੰਦੇ, ਡੋਲਣ ਨਹੀਂ ਦਿੰਦੇ। ਸ਼ਾਇਦ ਇਹੀ ਸ਼ਕਤੀ ਹੈ ਕਿ ਹੁਣ ਤੱਕ ਤੋਰੀ ਫਿਰਦੀ ਹੈ। ਅਤੇ ਸਭ ਤੋਂ ਵੱਡੀ ਜਿਹੜੀ ਮੈਂ ਧੰਨਵਾਦੀ ਆਖਰੀ ਗੱਲ ਕਰਨੀ ਉਹ ਇਹ ਆ ਕਿ ਮੇਰਾ ਟੱਬਰ, ਮੇਰਾ ਪਰਿਵਾਰ, ਮੇਰੇ ਅਨਪੜ੍ਹ ਮਾਪੇ ਜਿਨ੍ਹਾਂ ਨੇ ਜ਼ਿੰਦਗੀ 'ਚ ਕਿਹਾ ਸੀ ਡੋਲੀ ਨਾ, ਥਿੜਕੀ ਨਾ, ਹਰ ਸਫ਼ਰ ਕਿਸੇ ਨਾ ਕਿਸੇ ਮੰਜ਼ਿਲ ਵੱਲ ਨੂੰ ਜਾਂਦਾ ਔਰ ਹਰ ਮੰਜ਼ਿਲ 'ਤੇ ਇਹਨੂੰ ਉਡੀਕਦੀ ਹੈ। ਅਤੇ ਸ਼ਾਇਦ ਇਹ ਕੋਈ ਪੜ੍ਹਿਆ ਲਿਖਿਆ ਬਾਪ ਕਿਤਾਬਾਂ 'ਚੋਂ ਪੜ੍ਹ ਕੇ ਨਹੀਂ ਦੱਸ ਸਕਦਾ। ਇਸੇ ਕਰਕੇ ਮੈਂ ਅੱਜ ਸ਼ੁਕਰਾਨਾ ਕਰਦਾ ਆਪਣੇ ਮਾਪਿਆਂ ਦਾ, ਉਸ ਹਾਲਾਤ ਦਾ ਜਿਹੜੇ ਬੜੇ ਸੁਖਾਲੇ ਨਹੀਂ ਸੀ। ਜੇ ਸੁਖਾਲੇ ਹੁੰਦੇ ਤਾਂ ਮੈਂ ਵੀ ਸ਼ਾਇਦ ਪੱਪੂ ਕਿਸਮ ਦਾ ਬੰਦਾ ਹੁੰਦਾ। ਉਹ ਜਿਹੜੇ ਹਾਲਾਤ ਨੇ ਉਹਨਾਂ ਬਾਰੇ ਗਿੱਲ ਸਾਹਿਬ ਮੈਂ ਲਿਖਿਆ ਸੀ ਸ਼ੇਰ ਕਿ ਕੱਚੇ ਵਿਹੜਿਆਂ ਨੇ ਜਿਹੜਾ ਸਾਨੂੰ ਸਬਕ ਪੜ੍ਹਾਇਆ, ਸੱਚੀ ਅੜੇ ਥੋੜ੍ਹੇ ਵੇਲੇ ਸਾਨੂੰ ਬੜਾ ਕੰਮ ਆਇਆ। ਆਡਾਂ ਬੰਨਿਆ 'ਤੇ ਦੌੜਦੇ ਨਾ ਅਸੀਂ ਕਦੇ ਡਿੱਗੇ, ਸੰਗ ਮਾਰ ਮਾਰ ਉੱਤੇ ਸਾਨੂੰ ਤੁਰਨਾ ਨਾ ਆਇਆ। ਅਤੇ ਆਖਰੀ ਫੰਡਾ ਜਿਹੜਾ ਮੈਂ ਸਮਝਦਾ ਕਿ ਮੇਰੇ ਬੱਚੇ ਇੱਥੇ ਹਾਜ਼ਰ ਨੇ, ਮੇਰੀ ਖੁਸ਼ੀ 'ਚ ਵੀ ਸ਼ਾਮਿਲ ਨੇ, ਮੇਰੀ ਗਮੀ 'ਚ ਵੀ ਸ਼ਾਮਿਲ ਨੇ, ਮੇਰੀ ਧਿਰ ਨੇ। ਆਮ ਤੌਰ 'ਤੇ ਬੱਚੇ ਤੁਹਾਡੀ ਧਿਰ ਨਹੀਂ ਹੁੰਦੇ, ਤੁਹਾਡੇ ਕੋ ਟਰੈਵਲਰਸ ਹੁੰਦੇ, ਹਮ ਸਫ਼ਰ ਹੁੰਦੇ। ਮੇਰੀ ਜੀਵਨ ਸਾਥਣ ਜਸਵਿੰਦਰ, ਮੇਰਾ ਪੁੱਤਰ ਪੁਨੀਤ, ਮੇਰੀ ਬਹੁਤ ਵੱਡੇ ਖਾਨਦਾਨ ਦੀ ਧੀ ਰਵਨੀਤ ਜਿਹੜੀ ਮੇਰੀ ਨੂੰਹ ਹੈ, ਸਰਦਾਰ ਕਰਮ ਸਿੰਘ ਹਿਸਟੋਰੀਅਨ ਹੋਰਾਂ ਦੀ ਪੜਪੋਤੀ, ਇਹ ਸਾਰੇ ਜੀ ਜਿਹੜੇ ਨੇ ਖੁਸ਼ਬੋਈ ਵਰਗੇ ਨੇ ਮੇਰੇ ਵਾਸਤੇ। ਮੈਂ ਇਕੱਲੇ ਇਕੱਲੇ ਦਾ ਨਾਂ ਨਹੀਂ ਲੈਣਾ, ਮੇਰੇ ਵਾਸਤੇ ਸੱਚ ਜਾਣਿਓ ਤੁਸੀਂ ਲੱਖੀ ਜੰਗਲ ਖਾਲਸਾ ਹੋ। ਮੈਂ ਉਹਨਾਂ ਸਾਰੇ ਸਨੇਹੀਆਂ ਦਾ ਲੱਖ ਸ਼ੁਕਰਾਨਾ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਸੰਗਤ ਦੇ ਵਿੱਚ ਇੱਜ਼ਤ ਅਫਜ਼ਾਈ ਹੁੰਦੀ ਵੇਖ ਲਈ। ਤੁਹਾਡਾ ਆਉਣਾ ਹੀ ਮੇਰੇ ਵਾਸਤੇ ਸੁਭਾਗ ਆ। ਉਹਨਾਂ ਸੰਸਥਾਵਾਂ ਦਾ ਜਿਨ੍ਹਾਂ ਨੇ ਮੈਨੂੰ ਵਿਕਸਿਤ ਕੀਤਾ, ਉਹਨਾਂ ਵਿਅਕਤੀਆਂ ਦਾ ਜਿਨ੍ਹਾਂ ਨੇ ਮੈਨੂੰ ਕੁਰਾਹੇ ਪਏ ਨੂੰ ਸਿੱਧੇ ਰਾਹ ਤੋਰਨ ਵਾਸਤੇ ਸਖ਼ਤ ਸ਼ਬਦ ਵਰਤਣ ਤੋਂ ਵੀ ਗੁਰੇਜ਼ ਨਾ ਕੀਤਾ, ਉਹਨਾਂ ਮੁਹੱਬਤੀਆਂ ਦਾ ਜਿਹੜੇ ਮੇਰੇ 'ਤੇ ਵੀ ਰੱਬ ਵਰਗਾ ਯਕੀਨ ਕਰਦੇ ਆ, ਮੇਰੇ ਵਰਗੇ ਬੰਦੇ 'ਤੇ ਜਿਹੜਾ ਕੌੜ ਕਰਕੇ ਜਾਣਿਆ ਜਾਂਦਾ ਉਹਦੇ 'ਚ ਮਿਠਾਸ। ਗਿੱਲ ਸਾਹਿਬ ਮੈਂ ਵੀ ਤੁਹਾਡੇ ਵਰਗਾ ਗਿੱਲ ਹੀ ਆ, ਮੇਰੇ ਤੋਂ ਵੀ ਲੋਕ ਭੈ ਮੰਨਦੇ ਆ, ਇਹਦਾ ਕੋਈ ਪਤਾ ਨਹੀਂ ਕਿੱਥੇ ਕੀ ਕਹਿ ਦੇਣਾ। ਸੱਚ ਜਾਣਿਓ ਤੁਹਾਡੇ ਸੱਚ ਤੋਂ ਭੈਭੀਤ ਹੁੰਦੇ ਮੈਂ ਅਧਿਕਾਰੀ ਵੇਖੇ ਹੋਏ ਆ, ਮੈਂ ਤੁਹਾਡੇ ਸੱਚ ਤੋਂ ਤ੍ਰਿਪਕਦੇ ਅਧੀਨ ਵੀ ਵੇਖੇ ਹੋਏ ਨੇ, ਕੰਟੈਂਪਰੇਰੀ ਵੀ ਵੇਖੇ ਹੋਏ ਨੇ, ਪਰ ਤੁਸੀਂ ਸੱਚ ਦਾ ਸਾਥ ਨਹੀਂ ਛੱਡਿਆ। ਇਸ ਕਰਕੇ ਮੈਂ ਅੱਜ ਸੁਭਾਗਾ ਹਾਂ, ਮੇਰੇ ਵਰਗਾ ਕੌਣ ਹੋਏਗਾ ਭਾਗਾਂ ਵਾਲਾ ਜਿਸ ਨੂੰ ਅੱਜ ਤੁਸੀਂ ਇੱਜ਼ਤ ਦੇਣ ਵਾਸਤੇ ਇੱਥੇ ਆਏ ਹੋ। ਲਾਇਬ੍ਰੇਰੀ ਦਾ ਉਦਘਾਟਨ, ਉਹਦਾ ਮੈਨੂੰ ਇੱਕੋ ਹੀ ਨੁਕਸਾਨ ਹੋਣਾ ਵੀ ਅੱਗੇ ਮੈਂ ਇੱਕ ਫਿਕਰਾ ਬੋਲਦਾ ਹੁੰਦਾ ਸੀ ਕਿ ਜਿੱਥੇ ਆਪਾਂ ਬੈਠੇ ਗੱਲਾਂ ਕਰ ਰਹੇ ਹਾਂ ਸਾਡੇ ਉੱਤੇ 60-70 ਹਜ਼ਾਰ ਕਿਤਾਬਾਂ ਦਾ ਚੰਦੋਵਾ ਤਣਿਆ ਹੋਇਆ। ਇਹ ਚੰਦੋਵਾ ਜਦੋਂ ਹੁਣ ਨਵੀਂ ਬਿਲਡਿੰਗ ਚਲਾ ਜਾਵੇਗਾ ਤਾਂ ਇਹ ਗੱਲ ਕਹਿਣ ਦਾ ਹੱਕ ਮੇਰੇ ਕੋਲ ਗੁਆਚ ਜਾਏਗਾ, ਪਰ ਘਰ ਤਾਂ ਹਰੇਕ ਨੂੰ ਨਵਾਂ ਚਾਹੀਦਾ ਹੀ ਚਾਹੀਦਾ ਨਾ। ਪੁਸਤਕਾਂ ਦੀ ਇੱਜ਼ਤ ਅਫਜ਼ਾਈ ਵਧੇਗੀ ਤੁਹਾਡੇ ਦਿੱਤੇ ਅਨੁਦਾਨ ਨਾਲ, ਤੁਹਾਡੀ ਦਿੱਤੀ ਮੁਹੱਬਤ ਨਾਲ, ਤੁਹਾਡੀ ਫਿਕਰਮੰਦੀ ਨਾਲ। ਮੈਂ ਇੱਕੋ ਇਕਰਾਰ ਮੰਗਦਾ ਆਪਣੇ ਪੰਜਾਬੀਆਂ ਤੋਂ ਕਿ ਓਨੀ ਮੁਹੱਬਤ ਨਾਲ ਹੀ ਅਸੀਂ ਪੁਸਤਕ ਨੂੰ ਵੀ ਮੁਹੱਬਤ ਕਰਨੀ ਸਿੱਖ ਲਈਏ। ਇਸ ਸੰਸਥਾ ਦੇ ਪ੍ਰਧਾਨ ਜੀ ਡਾਕਟਰ ਸੁਖਦੇਵ, ਸੁਰਜੀਤ ਮੇਰਾ ਬਟਾਲੇ ਵਾਲਾ ਗੈਰ ਹਾਜ਼ਰ, ਸੀਨੀਅਰ ਮੀਤ ਪ੍ਰਧਾਨ ਡਾਕਟਰ ਅਨੂਪ ਔਰ ਸਾਰੀ ਐਗਜੈਕਟਿਵ ਜਿਨ੍ਹਾਂ ਨੇ ਵੀ ਇਹ ਫੈਸਲਾ ਕੀਤਾ, ਐਗਜੀਕਿਊਟ ਕੀਤਾ, ਸ਼ੁਕਰਾਨਾ ਕਰਦਾ। ਆਖਿਰ 'ਚ ਇੱਕੋ ਹੀ ਗਜ਼ਲ ਦੇ ਦੋ ਸ਼ੇਰ ਸੁਣਾ ਕੇ ਗੱਲ ਖਤਮ ਕਰਾਂਗਾ ਕਿ ਵੱਡਿਆਂ ਦੇ ਮੋਹ ਅਤੇ ਨਿੱਕਿਆਂ ਦੇ ਪਿਆਰ ਨਾਲ, ਵੱਡਿਆਂ ਦੇ ਮੋਹ ਅਤੇ ਨਿੱਕਿਆਂ ਦੇ ਪਿਆਰ ਨਾਲ ਹਰ ਜੰਗ ਜਿੱਤੀ ਹੈ ਮੈਂ ਇਸੇ ਹਥਿਆਰ ਨਾਲ। ਸੋ ਮੇਰਾ ਹਥਿਆਰ ਖੁੰਡਾ ਨਾ ਪਵੇ। ਮੈਂ ਫਿਜ਼ੀਕਲੀ ਅੱਜ ਬਹੁਤਾ ਠੀਕ ਨਾ ਹੋਣ ਕਰਕੇ ਮੈਂ ਵਾਰ ਵਾਰ ਜਦੋਂ ਉੱਠਣ ਤੋਂ ਗੁਰੇਜ਼ ਕਰ ਰਿਹਾ ਸੀ ਤਾਂ ਕਾਰਨ ਇਹ ਸੀ ਕਿ ਮੇਰਾ ਗੋਡਾ ਚੇਤੇ ਕਰਾ ਰਿਹਾ ਸੀ ਕਿ ਤੇਰੇ 'ਚ ਪੀੜ ਅਜੇ ਹੈਗੀ ਹੈ। ਅਤੇ ਤੁਸੀਂ ਅਰਦਾਸ ਕਰੋ ਕਿ ਮੈਂ ਸਿਹਤਯਾਬ ਹੋ ਕੇ ਫਿਰ ਉਸ ਤਰ੍ਹਾਂ ਹੀ ਘੋੜਿਆਂ ਨੂੰ ਤੁਰਿਆ ਫਿਰਾਂ, ਤਾਂ ਕਿ ਮੈਨੂੰ ਸੱਚ ਜਾਣੋ ਬਹਿਣਾ ਬੜਾ ਹੀ ਔਖਾ ਲੱਗਦਾ। ਸੋ ਮੈਂ ਡਾਕਟਰ ਕੰਗ ਦਾ, ਵੱਡੇ ਵੀਰ ਮੱਲੀ ਸਾਹਿਬ ਦਾ, ਗੁਰੂਦੇਵ ਡਾਕਟਰ ਐਸ ਪੀ ਸਿੰਘ ਜੀ ਦਾ, ਜੀ ਜੀ ਐਨ ਖਾਲਸਾ ਕਾਲਜ ਦੀ ਸਮੂਹ ਮੈਨੇਜਮੈਂਟ ਅਤੇ ਸਟਾਫ ਜਿਹੜੇ ਇੱਥੇ ਜਿੱਥੇ ਮੈਂ ਪੜ੍ਹਦਾ ਰਿਹਾ ਉਹ ਆਏ ਨੇ, ਮੈਨੂੰ ਇੰਝ ਲੱਗਿਆ ਜਿਵੇਂ ਮੇਰੇ ਪੇਕੇ ਆ ਗਏ ਹੋਣ। ਮੈਂ ਆਪਣੇ ਪੇਕਿਆਂ ਦਾ, ਆਪਣੇ ਸਹੁਰਿਆਂ ਦਾ, ਮੇਰਾ ਜਮਾਤੀ ਵੀ, ਮੇਰਾ ਯਾਰ ਵੀ ਹੈ, ਮੇਰੀ ਘਰਵਾਲੀ ਦਾ ਭਰਾ ਵੀ ਹੈ ਜਸਜੀਤ ਨੱਤ, ਹੋਰ ਦੋਸਤ ਜਿਹੜੇ ਆਏ ਨੇ, ਸਾਰਿਆਂ ਦਾ ਲੱਖ ਸ਼ੁਕਰਾਨਾ ਕਰਦਾ। ਇੱਥੇ ਗੱਲ ਨੂੰ ਖਤਮ ਕਰਾਂਗਾ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।
ਗਿੱਲ ਸਾਹਿਬ ਸ਼ੁਕਰਾਨਾ ਵੀ ਅਤੇ ਮੁਬਾਰਕਾਂ ਵੀ ਇਸ ਮੰਚ ਤੋਂ। ਅਸੀਂ ਇੱਕ ਛੋਟੀ ਜਿਹੀ ਰਸਮ ਹੋਰ ਕਰਨੀ ਆ, ਰਸਮ ਛੋਟੀ ਇਸ ਕਰਕੇ ਕਿਉਂਕਿ ਬਹੁਤ ਥੋੜ੍ਹਾ ਸਮਾਂ ਲੱਗੂਗਾ ਪਰ ਕੰਮ ਵੱਡਾ ਹੈ। ਉਹ ਹੈ ਸਾਡੇ ਇੱਕ ਮਿੱਤਰ ਪੰਜਾਬੀ ਸਾਹਿਤ ਅਕੈਡਮੀ ਦੇ ਮੈਂਬਰ ਪ੍ਰੋਫੈਸਰ ਸੰਤੋਖ ਸਿੰਘ ਔਜਲਾ ਜੀ ਨੇ ਇੱਕ ਟੀਵੀ ਸਕੂਲ ਵਿਕਸਿਤ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਇੱਕ ਐਪ ਵੀ ਬਣਾਈ ਆ ਅਤੇ ਟੀਵੀ ਦੇ ਉੱਪਰ ਚੈਨਲ ਵੀ ਚੱਲ ਰਿਹਾ। ਜਿਹੜੇ ਗਰੀਬ ਬੱਚੇ ਵਿਗਿਆਨ ਦੀ ਪੜ੍ਹਾਈ ਤੋਂ ਵਾਂਝੇ ਰਹਿੰਦੇ ਨੇ ਅਤੇ ਟਿਊਸ਼ਨਾਂ ਨਹੀਂ ਕਰ ਸਕਦੇ ਹੁੰਦੇ, ਪੈਸੇ ਅਦਾ ਨਹੀਂ ਕਰ ਸਕਦੇ ਹੁੰਦੇ, ਉਹਨਾਂ ਨੇ ਇੱਕ ਐਪ ਬਣਾਈ ਆ। ਉਸ ਐਪ ਨੂੰ ਅਸੀਂ ਤੁਹਾਡੇ ਹੱਥੋਂ ਰਿਲੀਜ਼ ਕਰਾਉਣਾ ਚਾਹੁੰਦੇ ਹਾਂ। ਸੰਤੋਖ ਸਿੰਘ ਔਜਲਾ ਜੀ ਨੂੰ ਬੇਨਤੀ ਹੈ ਕਿ ਉਹ ਐਪ ਦਾ ਜਿਹੜਾ ਐਂਬਲੈਮ ਹੈ ਉਹ ਲੈ ਕੇ ਆ ਜਾਣ। ਅਸੀਂ ਖੜ੍ਹੇ ਖੜੋਤੇ ਅਸੀਂ ਗਿੱਲ ਸਾਹਿਬ ਦਾ ਸਨਮਾਨ ਕਰਨਾ ਪ੍ਰਧਾਨ ਜੀ ਨੂੰ ਅਤੇ ਸਾਰੇ ਨਾਲ ਮਿੱਤਰਾਂ ਨੂੰ ਬੇਨਤੀ ਹੈ ਕਿ ਉਹ ਗਿੱਲ ਸਾਹਿਬ ਦਾ। ਹਾਂਜੀ ਤੁਹਾਡੀ ਇਸ ਇਨਾਇਤ ਲਈ ਸ਼ੁਕਰਾਨਾ ਸ਼ਬਦ ਛੋਟਾ ਹੈ। ਤੁਸੀਂ ਹਮੇਸ਼ਾ ਹੀ ਜੁੜੇ ਰਹੇ ਹੋ ਅਤੇ ਅਕੈਡਮੀ ਲਈ ਸਰੋਤ ਜਟਾਉਣ ਲਈ ਤੁਸੀਂ ਲਗਾਤਾਰ ਯਤਨਸ਼ੀਲ ਰਹੇ ਹੋ, ਤੁਹਾਡਾ ਪਰਿਵਾਰ, ਤੁਸੀਂ। ਹੁਣ ਗਿੱਲ ਸਾਹਿਬ ਨੂੰ ਬੇਨਤੀ ਹੈ ਕਿ ਉਹ ਮਾਈਕ 'ਤੇ ਆ ਕੇ ਹਾਂਜੀ ਅੱਜ ਦੇ ਇਸ ਸਮਾਗਮ ਦੇ ਮੌਕੇ ਆਪਣੇ ਪ੍ਰਭਾਵ ਸਾਡੇ ਨਾਲ ਸਾਂਝੇ ਕਰਨ ਅਤੇ ਆਸ਼ੀਰਵਾਦ ਅਕੈਡਮੀ ਨੂੰ ਦੇਣ ਤਾਂ ਕਿ ਉਹ ਇਸੇ ਤਰ੍ਹਾਂ ਤਰੱਕੀ ਕਰਦੀ ਰਹੇ। ਪੰਜਾਬ ਦੇ ਸੂਜਵਾਨ, ਉਹ ਯਾਰ ਚੁੱਪ ਕਰ ਜਾਓ ਹੁਣ ਦੋ ਮਿੰਟ, ਉਹ ਟੈਲੀਫੋਨ ਕਰੀ ਜਾਂਦਾ ਚੌਧਰੀ ਪਿੱਛੇ, ਵਾਈ ਡੋਂਟ ਯੂ ਗਿਵ ਇਟ ਅਪ। ਮੈਂ ਆਪਣਾ ਘਰ ਹੀ ਛੱਡ ਆਇਆ, ਇੰਨਾ ਕੋਈ ਐਮਰਜੈਂਸੀ ਨਹੀਂ। ਪੰਜਾਬ ਦੇ ਸੂਜਵਾਨ, ਸੋਚ ਵਾਲੇ, ਸਿਆਣੇ, ਲਿਖਾਰੀ, ਪੋਇਟ ਔਰ ਪੰਜਾਬ ਦੇ ਦਿਮਾਗ ਦਾ ਨਿਚੋੜ, ਜਿਨ੍ਹਾਂ ਨੂੰ ਮੈਂ ਪਛਾਣ ਨੂੰ ਵੇਖਦਾ ਹੈ ਅਤੇ ਕੈਰੋਂ ਨੇ ਕਹਿਣਾ ਸੀ ਮੇਰੇ ਹੀਰੇ ਨੇ, ਹੀਰੇ ਨੇ ਉਹ ਕਹਿੰਦਾ ਹੁੰਦਾ ਸੀ ਇਸ ਤਰ੍ਹਾਂ। ਔਰ ਇਹ ਤੁਹਾਨੂੰ ਮੈਂ ਕੋਈ ਐਗਜੈਜਰੇਸ਼ਨ 'ਚ ਨਹੀਂ ਕਹਿ ਰਿਹਾ, ਗੱਲ ਸੱਚੀ ਹੈ। ਕੋਈ ਵੀ ਕੌਮ ਹੋਵੇ, ਕੋਈ ਵੀ ਲੋਕ ਹੋਣ, ਕੋਈ ਵੀ ਸੂਬਾ ਹੋਵੇ, ਉਹਦਾ ਨਿਚੋੜ ਤੁਹਾਡੇ ਵਰਗੇ ਬੰਦਿਆਂ 'ਚ ਹੁੰਦਾ, ਦੂਜਿਆਂ 'ਚ ਨਹੀਂ ਹੁੰਦਾ। ਬਹੁਤ ਅਮੀਰ ਹੋ ਜਾਂਦੇ ਨੇ, ਹੋਰ ਚੀਜ਼ਾਂ ਹੁੰਦੀਆਂ ਨੇ, ਲੇਕਿਨ ਕਿਸੇ ਵੀ ਸੂਬੇ ਦਾ, ਕੌਮ ਦਾ ਜਿਹੜਾ ਨਿਚੋੜ ਹੈ ਉਹ ਤੁਹਾਡੇ ਵਰਗੇ ਲੋਕਾਂ 'ਚ ਹੁੰਦਾ। ਸੋ ਅੱਜ ਮੈਨੂੰ ਤੁਹਾਡੇ ਵਿੱਚ ਆ ਕੇ ਬੜੀ ਖੁਸ਼ੀ ਹੈ, ਮੌਕਾ ਵੀ ਬਹੁਤ ਅੱਛਾ ਹੈ, ਕਿਉਂਕਿ ਹੁਣ ਉਹਦੇ 'ਚ ਮੈਂ ਤਾਂ ਸੱਚੀ ਗੱਲ ਕੁਛ ਨਹੀਂ ਸੀ ਕੀਤਾ, ਪਰ ਗਿੱਲ ਭਰਾ ਨੂੰ ਹੀ ਮਾਣ ਮਿਲਿਆ ਨਾ। ਇਹ ਹੁਣ ਜਿਸ ਤਰ੍ਹਾਂ ਵੀ ਹੋਇਆ, ਸਬੱਬ ਨਾਲ ਹੋਇਆ ਜਾਂ ਕਿਸੇ ਦੇ ਕਹਿਣ ਨਾਲ ਹੋਇਆ, ਹਾਂਜੀ, ਲੇਕਿਨ ਹੈ ਤਾਂ ਹਰਭਜਨ ਹੋਰਾਂ ਨੂੰ ਮਾਣ ਮਿਲਿਆ ਨਾ। ਸੋ ਮੌਕਾ ਵੀ ਖਾਸ ਹੈ, ਮੈਂ ਸਮਝ ਗਿਆ ਸੁਣ ਕੇ ਕਿ ਜੋ ਕੁਛ ਇਹਨਾਂ ਦੀ ਸੇਵਾ ਹੈ ਔਰ ਜੋ ਕੁਛ ਇਹਨਾਂ ਨੇ ਪੰਜਾਬੀ ਲਈ ਕੀਤਾ ਹੈ ਔਰ ਇਸ ਸੰਸਥਾ ਲਈ ਕੀਤਾ ਹੈ ਉਹ ਬੇਮਿਸਾਲ ਹੈ। ਪ੍ਰਧਾਨ ਵੀ ਰਹੇ ਨੇ, ਹਰ ਲੈਵਲ 'ਤੇ ਕੰਮ ਕੀਤਾ, ਪੈਸੇ ਵੀ ਇਕੱਠੇ ਕੀਤੇ ਨੇ। ਮੈਂ ਜਦੋਂ ਸੁਖਦੇਵ ਸਿੰਘ ਦੀ ਗੱਲ ਸੁਣ ਰਿਹਾ ਸੀ ਕਿ ਜਿੱਥੇ ਵੀ ਜਾਂਦੇ ਜੇ ਲੋੜ ਪਏ ਤਾਂ ਬਾਂਹ ਇੰਨੀ ਮਰੋੜਦੇ ਨੇ ਕਿ ਦੇਣੇ ਹੀ ਪੈਂਦੇ, ਮੈਂ ਦਿਲ 'ਚ ਸੋਚਿਆ ਕਿ ਸ਼ੁਕਰ ਹੈ ਮੈਂ ਤਾਂ ਉਵੇਂ ਹੀ ਦੇ ਗਿਆ ਕਿਉਂਕਿ ਸਰਕਾਰ ਨੇ ਦਿੱਤੇ ਸੀ।
ਇਹਦੀ ਬਾਂਹ ਮਰੋੜੀ ਹੋਈ ਤਾਂ ਫਿਰ ਸਿੱਧੀ ਨਹੀਂ ਹੋ ਸਕਦੀ, ਮੈਂ ਵੇਖ ਕੇ ਅੰਦਾਜ਼ਾ ਲਾ ਲਿਆ ਸੀ ਜੀ। ਸੋ ਮੈਂ ਤਾਂ ਆਪਣਾ ਅੱਡ ਹੀ ਕੀਤਾ, ਪਰ ਮੈਂ ਇਹਨਾਂ ਦੀ ਸਿਫਤ ਸਮਝਦਾ ਜੋ ਇਹਨਾਂ ਦੀ ਸੇਵਾ ਹੈ ਇਸ ਸੰਸਥਾ ਲਈ, ਇਸ ਸੰਸਥਾ ਨੂੰ ਵੀ ਮੈਂ ਸਮਝਦਾ। ਡਾਕਟਰ ਰੰਧਾਵਾ ਮੇਰੇ ਗੁਰੂ ਸੀ, ICS ਬਹੁਤ ਕੁਛ ਰਹਿ ਪੰਜਾਬ ਜਾਣ ਦਾ ਤੁਸੀਂ ਜਾਣਦੇ ਜੇ, ਅਤੇ ਉਹਨਾਂ ਨੇ ਇੱਥੇ ਬਹੁਤ ਕੰਮ ਕੀਤਾ ਜੋ ਮੈਨੂੰ ਪਤਾ ਸੀ। ਮੈਂ ਵੀ ਪੰਜਾਬ ਦੇ ਵਿੱਚ ਜਦੋਂ ਨੌਕਰੀ ਵਿੱਚ ਕਿਸੇ ਵੀ ਪੋਜੀਸ਼ਨ 'ਤੇ ਜੇ ਆ ਸਕਿਆ ਤਾਂ ਆਇਆ, ਔਰ ਜੇ ਕਰ ਸਕਿਆ ਤਾਂ ਕੀਤਾ ਕੁਛ ਨਾ ਕੁਛ ਛੋਟਾ ਮੋਟਾ। ਪੂਨੀ ਦਾ ਤੁਸੀਂ ਨਾਂ ਲਿਆ, ਉਹ ਸਾਡਾ IAS ਮੁੰਡਾ ਸੀ, ਅਤੇ ਮੈਨੂੰ ਖੁਸ਼ੀ ਹੈ ਕਿਉਂਕਿ ਉਹ ਕਵਿਤਾ ਲਿਖਦਾ ਸੀ, ਮੈਨੂੰ ਕਿਤਾਬ ਭੇਜਦਾ ਹੁੰਦਾ ਸੀ, ਕਿਉਂਕਿ ਸਾਡੇ ਵਰਗੇ IAS ਵਾਲੇ ਨਾਂ ਕਵਿਤਾ ਕੁਵਿਤਾ ਨਹੀਂ ਲਿਖਦੇ, ਉਹ ਹੋਰ ਹੀ ਕੰਮਾਂ 'ਚ ਲੱਗੇ ਰਹਿੰਦੇ ਜੋ ਵੀ ਕਰਦੇ ਹੋਣਗੇ, ਅਤੇ ਉਹ ਅੱਛੀਆਂ ਕਵਿਤਾ ਲਿਖਦਾ ਸੀ। ਔਰ ਮੈਨੂੰ ਖੁਸ਼ੀ ਹੁੰਦੀ ਸੀ ਕਿ ਕੋਈ ਨਾ ਕੋਈ ਤਾਂ ਹੈਗਾ ਇਹੋ ਜਿਹੇ ਦਿਮਾਗ ਵਾਲਾ, ਔਰ ਉਹ ਤੁਹਾਡੇ ਪ੍ਰਧਾਨ ਵੀ ਰਹੇ, ਬੜੀ ਖੁਸ਼ੀ ਹੈ। ਮੈਂ ਆਉਂਦੇ ਹੀ ਆਹ ਜਿਹੜਾ ਟ੍ਰਾਇੰਗੂਲਰ ਹਾਲ ਹੈ ਇਹਨੂੰ ਵੇਖਿਆ ਧਿਆਨ ਨਾਲ, ਕਿਉਂਕਿ ਜੋ ਸ਼ੁਰੂ 'ਚ ਮੈਂ ਕਈ ਸਾਲ ਹੋ ਗਿਆ ਆਇਆ ਸੀ, ਅਤੇ ਇਹਦਾ ਇਹਦੀ ਕਲੀ ਕਲੂਈ ਹੋਈ ਨੂੰ ਦਰਜਣਾ ਸਾਲ ਲੰਘ ਚੁੱਕੇ ਸੀ, ਤੁਹਾਨੂੰ ਯਾਦ ਹੋਣਾ ਮੈਂ ਤਾਂ ਉਦੋਂ ਨੋਟ ਕੀਤਾ ਸੀ। ਅਤੇ ਉਦੋਂ ਮੈਂ ਕਿਉਂਕਿ ਆ ਬਿਲਡਿੰਗ ਦਾ ਏਰੀਆ ਸੀ, ਉਹ ਐਕਸੀਅਨ ਪੰਚਾਇਤੀ ਰਾਜ ਅੱਜ ਵੀ ਬੈਠੇ ਇੱਥੇ ਕਿਤੇ ਬਾਹਰ ਮੈਨੂੰ ਮਿਲੇ ਸੀ, ਅਤੇ ਉਹਨਾਂ ਦੇ ਪ੍ਰੀਡੀਸੈਸਰ ਹੋਣਗੇ, ਲੇਕਿਨ ਮੈਂ ਉਹਨਾਂ ਨੂੰ ਛੱਟ ਗਿਆ, ਮੈਂ ਕਿਹਾ ਯਾਰ ਇਹਨੂੰ ਕਾਲੀ 'ਤੇ ਕਰ ਦੇ, ਉਹ ਬਿਲਡਿੰਗ ਦੇ ਫੰਡ 'ਚੋਂ ਹੀ ਕਰਦੇ, ਬਹੁਤ ਪੈਸਾ ਹੁੰਦਾ, ਅਤੇ ਜੇ ਇਹਦੇ 'ਚ ਕੁਚੀ ਮਾਰ ਜਾਣਗੇ ਤਾਂ ਕੀ ਫਰਕ ਪੈਣਾ। ਆਈ ਐਮ ਵੈਰੀ ਹੈਪੀ ਟੂ ਸੀ ਇਟ ਸ਼ਾਈਨਿੰਗ, ਆਈ ਐਮ ਵੈਰੀ ਹੈਪੀ ਟੂ ਸੀ ਇਟ ਇਜ਼ ਸ਼ਾਈਨਿੰਗ, ਦੈਟਸ ਵੇ ਇਟ ਸ਼ੁੱਡ ਬੀ। ਸੋ ਇਟਸ ਨਾਈਸ ਟੂ ਸੀ ਐਵਰੀਥਿੰਗ ਦੈਟ ਆਈ ਸੀ, ਐਂਡ ਦਾ ਓਕੇਜ਼ਨ ਇਜ਼ ਅ ਵੈਰੀ ਗੁੱਡ ਵਨ, ਇਟ ਕੁਡਨ ਬੀ ਬੈਟਰ। ਦੇਖੋ ਕੋਈ ਵੀ ਕੌਮ ਕੋਈ ਵੀ ਲੋਕ ਜੇ ਜ਼ਬਾਨ ਮਰ ਜਾਏ ਤਾਂ ਸਭ ਕੁਛ ਮਰ ਜਾਂਦਾ, ਇਹ ਸਾਰੀ ਦੁਨੀਆ ਜਾਣਦੀ ਹੈ, ਸਾਰੇ ਲੈਂਗੁਏਜਿਸ ਜਾਣਦੇ ਨੇ, ਫਰੈਂਚ ਇੰਗਲਿਸ਼ ਅਮੈਰੀਕਨ ਐਨੀਬਡੀ। ਔਰ ਇਸ ਕਰਕੇ ਇਹ ਜਿਹੜੀ ਸੰਸਥਾ 53 ਦੀ, ਸ਼ਾਇਦ ਤੁਸੀਂ ਕਿਹਾ ਕਿਸੇ ਨੇ 53 ਦੀ ਬਣੀ ਹੋਈ ਆ, ਇਹ ਪੰਜਾਬ ਦੀ ਇੱਕ ਰੀੜ੍ਹ ਦੀ ਹੱਡੀ ਮੈਂ ਮੰਨੂੰਗਾ। ਔਰ ਇਹਦੇ 'ਤੇ ਜਿਹਨੇ ਵੀ ਸੇਵਾ ਕੀਤੀ ਆ, ਰੰਧਾਵੇ ਨੇ ਕੀਤੀ ਹੋਵੇ, ਇਹਨਾਂ ਨੇ ਕੀਤੀ ਆ, ਹੋਰ ਤੁਹਾਡੇ ਸਾਰਿਆਂ ਨੇ ਤੁਸੀਂ ਕੀਤੀ ਹੈ, ਅਤੇ ਉਹਨਾਂ ਦਾ ਮੈਂ ਮਾਣ ਕਰਦਾ, ਧੰਨਵਾਦ ਕਰਦਾ, ਕਿਉਂਕਿ ਇਸ ਸੰਸਥਾ ਨੂੰ ਅੱਗੇ ਵਧਾਉਣਾ ਚਲਾਉਣਾ ਜ਼ਰੂਰੀ ਹੈ। ਮੈਂ ਵੀ ਆ ਜਿਹੜਾ ਛੋਟਾ ਜਿਹਾ ਹੈਗਾ, ਇਹ ਇਸੇ ਖਿਆਲ 'ਚ ਮੈਨੂੰ ਆਇਆ ਕਿ ਵੀ ਇੰਨੇ ਪੈਸੇ ਮਿਲ ਰਹੇ ਨੇ। ਨਰਸਿਮਾ ਰਾਓ ਵੇਲੇ 2 ਕਰੋੜ MP ਨੂੰ ਮਿਲਦੇ ਸੀ, ਬਾਅਦ ਵਿੱਚ ਮੈਂ ਮਿਨਿਸਟਰ ਇਸ ਕੰਮ ਦਾ ਵੀ ਥੋੜ੍ਹੀ ਦੇਰ ਲਈ ਬਣਿਆ, ਅਤੇ ਮੈਂ ਮਨਮੋਹਨ ਸਿੰਘ ਨੂੰ ਧੱਕਾ ਲਾ ਕੇ ਅਤੇ 5 ਕਰੋੜ ਕਰਾ ਲਏ, ਨਹੀਂ ਤਾਂ ਡਾਕਟਰ ਮਨਮੋਹਨ ਸਿੰਘ ਹੋਰੀ ਆਰਾਮ ਨਾਲ ਸੋਚ ਕੇ ਠੰਡੇ ਦਿਲ ਨਾਲ ਸਾਰਿਆਂ ਨੂੰ ਪੁੱਛ ਕੇ ਹੀ ਚੱਲਦੇ, ਪਰ ਥੋੜ੍ਹਾ ਮੈਂ ਜ਼ੋਰ ਦਿੱਤਾ, ਮੈਂ ਕਿਹਾ ਕਰ ਦਿਓ ਸਮ ਹਾਓ। ਇਟ ਵਾਜ਼ ਏ ਮੈਜਿਕ ਦੈਟ ਸਡਨਲੀ 2 ਡੇਜ਼ ਲੇਟਰ ਇਟ ਵਾਜ਼ 5 ਕਰੋੜਸ ਵਿੱਚ ਆਈ ਡਿਡ ਨੋਟ ਐਕਸਪੈਕਟ। 2 ਦੇ 3 ਕਰ ਦੇਣ ਜਾਂ 4 ਕਰ ਦੇਣ MP ਨੂੰ ਸਾਲ ਦੇ, ਉਹ ਵੀ ਬਹੁਤ ਸੀ, ਬਟ ਸਮ ਹਾਓ ਇਟ ਹੈਪਨਡ 5 ਕਰੋੜ ਹੋ ਗਏ। 5 ਕਰੋੜ 1 MP ਨੂੰ ਹਰ ਸਾਲ ਮਿਲਣ ਫੋਰ ਡਿਵੈਲਪਮੈਂਟ ਆਪਣੀ ਸਟੇਟ ਵਿੱਚ ਆਪਣੇ ਏਰੀਏ ਵਿੱਚ ਬਹੁਤ ਪੈਸਾ ਹੈ। 20 MP ਨੇ ਪੰਜਾਬ ਦੇ, ਇਹ ਆਮ ਲੋਕਾਂ ਨੂੰ ਦਿਮਾਗ 'ਚ ਨਹੀਂ ਆਉਂਦੀ, 20 MP ਨੇ 13 ਲੋਕ ਸਭਾ ਅਤੇ 7 ਰਾਜ ਸਭਾ, ਅਤੇ 100 ਕਰੋੜ ਪੈਸਾ ਦਿੱਲੀ ਤੋਂ ਆਉਂਦਾ ਇਹਨਾਂ ਦੇ ਰਾਹੀਂ। ਪੰਜਾਬ ਗਵਰਨਮੈਂਟਸ ਤਾਂ ਕਰਨ ਯੋਗੀਆਂ ਨਹੀਂ, ਉਹਨਾਂ ਦੇ ਬਜਟਸ ਤਾਂ ਤੁਹਾਨੂੰ ਪਤਾ ਹੀ ਹੈ, ਮੈਂ ਰੋਜ਼ ਪੜ੍ਹਦਾ ਅਖਬਾਰਾਂ 'ਚ, ਮੁਸ਼ਕਲ ਹੀ ਰਹਿੰਦੀ ਹੈ। ਅਤੇ 100 ਕਰੋੜ ਇਜ਼ ਏ ਲੋਟ ਆਫ ਮਨੀ ਟੂ ਸਪੈਂਡ ਇਫ ਯੂ ਸਪੈਂਡ ਇਟ ਵਾਈਜ਼ਲੀ ਐਂਡ ਕਰੈਕਟਲੀ ਐਂਡ ਫੋਰ ਦ ਬੈਸਟ ਯੂਸ ਆਫ ਦ ਸਟੇਟ ਐਂਡ ਦ ਪੀਪਲ, ਗੱਲ ਤਾਂ ਇੰਨੀ ਹੈ ਨਾ। ਸੋ ਮੈਂ ਉਹਦੇ ਵਿੱਚੋਂ, ਸੱਚੀ ਗੱਲ ਮੈਂ ਕੋਈ ਆਪਣਾ ਤਾਂ ਕੀ ਕਰਨਾ ਸੀ, ਜੋ ਕੁਛ ਇੱਥੇ ਮੈਂ ਕੀਤਾ ਮੈਂ ਉਹਦੇ ਵਿੱਚੋਂ ਕੀਤਾ। ਇਟ ਇਜ਼ ਪੀਪਲਸ ਮਨੀ ਕੇਮ ਫਰੋਮ ਡੈਲੀ, ਆਈ ਪਾਸਟ ਇਟ ਆਨ ਟੂ ਯੂ। ਪਰ ਇਹ ਗੱਲ ਜ਼ਰੂਰ ਹੈ, ਮੈਂ ਜਦੋਂ ਪਹਿਲੀ ਵਾਰ ਆਇਆ ਮੈਂ ਉੱਤੇ ਚੜ੍ਹ ਕੇ ਸਾਰੀ ਲਾਇਬ੍ਰੇਰੀ ਤੁਹਾਡੀ ਵੇਖੀ, ਬਹੁਤ ਕਿਤਾਬਾਂ ਨੇ, ਬਹੁਤ ਰੇਅਰ ਕਿਤਾਬਾਂ ਨੇ, ਦੇਰ ਇਜ਼ ਨੋ ਡਾਊਟ, ਐਂਡ ਦੇਅਰ ਫੋਰ ਦੇ ਆਰ ਦ ਵਿਰਸਾ ਆਫ ਦ ਪੰਜਾਬ ਐਂਡ ਦ ਲੈਂਗੁਏਜ। ਕਿਉਂ ਇਹੋ ਹੀ ਹੁੰਦਾ, ਹੋਰ ਕੀ ਹੁੰਦਾ ਕਿਸੇ ਕੌਮ ਕੋਲ। ਤੁਹਾਡੇ ਕੋਲ ਬਹੁਤ ਬਹੁਤ ਪੁਰਾਣੀਆਂ ਕਿਤਾਬਾਂ ਨੇ, 70-80 ਹਜ਼ਾਰ, ਔਰ ਉਹ ਤੁੰਨ ਕੇ ਫਸਾ ਕੇ ਰੱਖੀਆਂ ਹੋਈਆਂ ਸੀ, ਅੱਜ ਵੀ ਹੋਣਗੀਆਂ ਜੇ ਇਫ ਦੇ ਆਰ ਸਟਿਲ ਲਾਈਨ ਦੇਅਰ, ਐਂਡ ਦੈਟਸ ਵਾਈ ਆਈ ਥੋਟ ਕਿ ਚਲੋ ਇਹਦੇ 'ਚ ਮੈਂ ਫਟਾਫਟ ਪੈਸੇ ਪਾ ਦਿਆਂ।
ਉਹਦੀ ਜਦੋਜਹਿਦ ਵੀ ਬਹੁਤ ਰਹੀ ਜੋ ਇਹ ਕਹਿੰਦੇ ਠੀਕ ਹੈ ਕਸਮ ਦੀ ਗੱਲ ਹੈ ਮੈਂ ਹੁਣ ਡੀਸੀਆਂ ਤੋਂ ਤਾਂ ਬਹੁਤ ਉੱਚੇ ਉੱਤੇ ਜਾ ਚੁੱਕਾ ਸੀ ਉਮਰ 'ਚ ਜਾਂ ਜੋ ਮਰਜ਼ੀ ਵੀ ਸਮਝੋ ਪਰ ਇੱਥੇ ਮੈਂ ਕਈ ਡੀਸੀਆਂ ਦੇ ਬਹੁਤ ਤਰਲੇ ਕੱਢੇ ਦਬਕਾ ਮੈਂ ਮਾਰ ਨਹੀਂ ਸੀ ਸਕਦਾ ਕਿਉਂਕਿ ਆਈ ਐਮ ਰਿਟਾਇਰਡ ਫਰੋਮ ਪੰਜਾਬ ਆਈ ਐਮ ਨਥਿੰਗ ਟੂ ਡੂ ਵਿਦ ਪੰਜਾਬ ਅਤੇ ਮੇਰੀ ਕੋਈ ਪਾਵਰ ਨਹੀਂ ਉਹਨਾਂ ਦੇ ਉੱਤੇ ਗੱਲ ਤਾਂ ਪਾਵਰ ਦੀ ਹੁੰਦੀ ਆ ਨਾ ਐਂਡ ਆਈ ਹੈਡ ਨੋ ਪਾਵਰ ਓਵਰ ਦੈਮ ਜੇ ਉਹ ਮੇਰਾ ਟੈਲੀਫੋਨ ਵੀ ਨਾ ਸੁਣਨ ਤਾਂ ਵਾਟ ਐਮ ਆਈ ਗੋਇੰਗ ਟੂ ਡੂ ਔਰ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਹੈ ਇਹ ਮੈਂ ਹੋਰ ਪ੍ਰੋਜੈਕਟਸ ਤਰਨ ਤਾਰਨ ਹਾਲੀ ਵੀ ਮੈਂ ਟੱਕਰਾਂ ਮਾਰ ਰਿਹਾ ਦੋ ਆਈ ਹੈਵ ਲੈਫਟ ਦ ਰਾਜਯ ਸਭਾ ਇਨ 16 ਉੱਥੇ ਕੁਛ 6 ਕਰੋੜ ਦਾ ਬਣ ਰਿਹਾ ਇਨਡੋਰ ਹਾਲ ਅਤੇ ਇਹ ਜਿਹੜੀ ਬੱਕਰੀ ਆ ਪੰਜਾਬ ਦੀ ਹੁਣ ਚੋਣੀ ਬਹੁਤ ਮੁਸ਼ਕਲ ਹੈ ਮੈਂ ਤਾਂ ਇਸ ਤਰ੍ਹਾਂ ਹੀ ਕਹੂੰਗਾ ਇਹ ਜਸਟ ਡਜ਼ਨ ਮੂਵ ਇਟਸ ਨੋਟ ਅ ਕੁਐਸਚਨ ਔਫ ਦਿਸ ਗਵਰਮੈਂਟ ਔਰ ਦੈਟ ਗਵਰਮੈਂਟ ਔਰ ਦੈਟ ਗਵਰਮੈਂਟ ਸਿਸਟਮ ਹੀ ਜੋ ਮੈਂ ਵੇਖਿਆ ਸੀ ਜਾਂ ਜੋ ਮੈਨੂੰ ਪਤਾ ਸੀ 20-30-40 ਈਅਰਸ ਅਰਲੀਅਰ ਉਹ ਬਹੁਤ ਇੰਟਰਲੋਕਿੰਗ ਜੈਮ ਕਰ ਲਿਆ ਇਹਨਾਂ ਆਹ ਕਮੇਟੀ ਬਣਾਤੀ ਉਹ ਸੰਸਦ ਬਣਾਤੀ ਉਹ ਸੰਸਦ ਬਣਾਤੀ ਉਹਦੇ 'ਚੋਂ ਕਿਸੇ ਸਿਰੇ 'ਤੇ ਪਹੁੰਚੀਦਾ ਹੀ ਨਹੀਂ ਦਿਸ ਇਜ਼ ਮਾਈ ਐਕਸਪੀਰੀਅੰਸ ਐਜ਼ ਐਨ ਆਫਿਸਰ ਔਫ ਅ ਲੋਟ ਆਫ ਐਕਸਪੀਰੀਅੰਸ ਔਫ ਲਾਈਫ ਹਾਂਜੀ ਅਤੇ ਉਹਦੇ ਵਿੱਚੋਂ ਪੈਸੇ ਇੱਥੋਂ ਮੈਨੂੰ ਪਤਾ ਬਹੁਤ ਮੈਂ ਕਈ ਵਾਰ ਤੰਗ ਵੀ ਹੋਇਆ ਕਿ ਯਾਰ ਮੈਂ ਤਰਲੇ ਕੱਢ ਰਿਹਾ ਇਹਨਾਂ ਦੇ ਉਹ ਕਦੀ ਕਹਿਣ ਜੀ ਆਹ ਹੋ ਗਿਆ ਉਹ ਹੋ ਗਿਆ ਅੱਛਾ ਜੀ ਕਰ ਦੇਂਗੇ ਫਿਰ ਹਫ਼ਤੇ ਬਾਅਦ ਫਿਰ ਮਹੀਨੇ ਬਾਅਦ ਐਂਡ ਆਈ ਐਮ ਡਿਲਾਈਟਿਡ ਕਿ ਫਾਈਨਲੀ ਇਹ ਬਿਲਡਿੰਗ ਤਿਆਰ ਹੋ ਗਈ ਹੈ ਤੁਹਾਡੇ ਕੰਮ ਆਏਗੀ ਐਂਡ ਅਕੈਡਮੀ ਦੀ ਕੋਈ ਸੇਵਾ ਕਰੇਗੀ ਪੰਜਾਬੀ ਬੋਲੀ ਦੇ ਉੱਤੇ ਮੈਂ ਇੱਕ ਅੱਧੀ ਗੱਲ ਹੋਰ ਵੀ ਕਹਿਣੀ ਚਾਹੁੰਦਾ ਤੁਸੀਂ ਸਾਰੇ ਵਿਦਵਾਨ ਜੇ ਮੈਂ ਨਹੀਂ ਗਾ ਤੁਸੀਂ ਲਿਖਾਰੀ ਜੇ ਮੈਂ ਕੋਈ ਖਾਸ ਲਿਖਾਰੀ ਨਹੀਂ ਗਾ ਪੰਜਾਬੀ ਦਾ ਪੰਜਾਬੀ ਮੈਨੂੰ ਪਤਾ ਹੈ ਮੈਂ ਪਿੰਡ ਦੀ ਬੋਲੀ ਮੇਰੇ 'ਚੋਂ ਗਈ ਨਹੀਂ ਗੀ ਸ਼ਾਇਦ ਤੁਹਾਥੋਂ ਜ਼ਿਆਦਾ ਹੀ ਮੇਰੇ ਹੈਗੀ ਜੇ ਮੈਂ ਬੋਲਾਂ ਤਾਂ ਮੇਰੀ ਉਹ ਹੀ ਬੋਲੀ ਹੁੰਦੀ ਹੈ ਜਿਹੜੀ ਬਿਲਕੁਲ ਦੀਨਪੁਰ ਦੀ ਹੈ ਲੇਕਿਨ ਆਈ ਐਮ ਨੋਟ ਏ ਰਾਈਟਰ ਇਨ ਪੰਜਾਬੀ ਆਈ ਹੈਵਨਟ ਸਮ ਆਊਟ ਡਨ ਇਟ ਆਈ ਵਿਸ਼ ਆਈ ਹੈਡ ਆਈ ਥਿੰਕ ਆਈ ਕੁੱਡ ਲੇਕਿਨ ਬੋਲੀ ਦਾ ਮੈਂ ਸੋਚਦਾ ਹਾਂ ਮੈਂ ਪਾਕਿਸਤਾਨ ਜਾਂਦਾ ਰਹਿੰਦਾ ਲਾਹੌਰ ਇੱਕ ਅੱਧੇ ਸਾਲ 'ਚ ਹੋ ਹੀ ਆਉਣਾ ਉੱਥੇ ਬਹੁਤ ਲੋਕਾਂ ਨੂੰ ਮੈਂ ਮਿਲਦਾ ਹਾਂ ਅਤੇ ਇੱਕ ਚੀਜ਼ ਹੋਈ ਲੱਗਦੀ ਹੈ ਮੇਰੀ ਅਕਲ ਵਿੱਚ ਤੁਸੀਂ ਜ਼ਿਆਦਾ ਜਾਣਦੇ ਜੇ ਕਿ ਪਾਰਟੀਸ਼ਨ ਹੋਇਆ ਅਤੇ ਇੱਧਰ ਉਰਦੂ ਨੂੰ ਖਤਮ ਕੀਤਾ ਮੈਂ ਮਸੂਰੀ ਪੜ੍ਹਦਾ ਸੀ ਅੰਗਰੇਜ਼ੀ ਜੇ ਸਕੂਲ 'ਚ ਅਤੇ 47 'ਚ ਮੈਂ ਦਾਖਲ ਹੋਇਆ ਅਤੇ ਉਰਦੂ ਪੜ੍ਹਦੇ ਸੀ ਅਤੇ 48 'ਚ ਹਿੰਦੀ ਆ ਗਈ ਫਿਰ ਅਸੀਂ ਹਿੰਦੀ ਪੜ੍ਹੀ ਠੀਕ ਹੈ ਇੱਧਰੋਂ ਉਰਦੂ ਨੂੰ ਧੱਕਾ ਦਿੱਤਾ ਗਿਆ ਉੱਧਰ ਅਜੀਬ ਗੱਲ ਹੋਈ ਉਹਨਾਂ ਨੇ ਕਿਹਾ ਹੁਣ ਤਾਂ ਉਰਦੂ ਦੇ ਪਹਿਰੇਦਾਰ ਜ਼ਿੰਮੇਵਾਰ ਅਸੀਂ ਹਾਂ ਔਰ ਇਸ ਕਰਕੇ ਜਿਨ੍ਹਾਂ ਨੇ ਵੀ ਕਿਹਾ ਕਿ ਜੀ ਹੁਣ ਪਾਕਿਸਤਾਨ ਦੀ ਜ਼ਬਾਨ ਉਰਦੂ ਹੈ ਹਾਊ ਕੈਨ ਇਟ ਬੀ 30% ਪੰਜਾਬ ਇੱਧਰ ਹੈ ਅਤੇ 70% ਉੱਧਰ ਹੈ ਅਤੇ ਉਹ ਪੰਜਾਬੀ ਹੈ ਨਹੀਂ ਗੇ ਇਨਫੈਕਟ ਜਿਹੜਾ ਪੰਜਾਬ ਅੱਜ ਹੈ ਜਿਹੜਾ ਇਹ ਪਾਕਿਸਤਾਨ ਅੱਜ ਹੈ ਅਸੈਂਸ਼ਲੀ ਇਟ ਇਜ਼ ਏ ਪੰਜਾਬੀ ਪਾਕਿਸਤਾਨ 70% ਆਬਾਦੀ ਹੈ 80-90% ਫੌਜ ਹੈ ਇੰਡਸਟਰੀ ਹੈ ਜ਼ਮੀਨਾਂ ਸਭ ਉਹਨਾਂ ਦੀਆਂ ਹੀ ਨੇ ਆਈ ਨੋ ਇਟ ਵੇਖਦਾ ਮੈਂ ਉੱਥੇ ਅਤੇ ਬਾਕੀ ਤਾਂ ਉਹ ਵਿਚਾਰੇ ਮਾਈਨੋਰਿਟੀ ਰਹਿ ਗਏ ਰੇਤਾ ਬਹੁਤ ਹੈ ਅਤੇ ਬਲੋਚ 4 ਨੇ ਫਰੰਟੀਅਰ ਵਾਲੇ ਵੀ ਇਹੋ ਹੀ ਹਾਲ ਹੈ ਅਤੇ ਬੇਸਿਕਲੀ ਉਹ ਪੰਜਾਬ ਹੈ ਬਟ ਬੜੀ ਅਜੀਬ ਗੱਲ ਹੋਈ ਉਹਨਾਂ ਨੇ ਜਾ ਕੇ ਉੱਥੇ ਪੰਜਾਬੀ ਨੂੰ ਬਿਲਕੁਲ ਧੱਕਾ ਮਾਰਿਆ ਔਰ ਕਿਹਾ ਹੁਣ ਅਸੀਂ ਉਰਦੂ ਦੇ ਹੀ ਅਸੀਂ ਜੰਮਦੇ ਹੀ ਉਰਦੂ 'ਚ ਹੈ ਕੋਈ ਜੰਮ ਸਕਦਾ ਉਰਦੂ 'ਚ ਇਟਸ ਏ ਲੈਂਗੁਏਜ ਆਫ ਕਲਚਰ ਇਹ ਬਣੀ ਸੀ ਹਿਸਟੋਰੀਕਲੀ ਤੁਹਾਨੂੰ ਵੀ ਪਤਾ ਮੁਗਲ ਕੈਂਪਸ ਵਿੱਚ ਜਾਂ ਜਿਸ ਤਰ੍ਹਾਂ ਵੀ ਬਣੀ ਕੁਛ ਹਿੰਦੀ ਮਿਕਸ ਹੋਈ ਕੁਛ ਉਰਦੂ ਕੁਛ ਫਾਰਸੀ ਕੁਛ ਅਰਬਿਕ ਜੋ ਵੀ ਹੈ ਪਰ ਕੋਈ ਜੰਮਦਾ ਤਾਂ ਨਹੀਂ ਉਰਦੂ 'ਚ ਜਦੋਂ ਜੰਮਦਾ ਉਹ ਮਾਂ ਦੀ ਬੋਲੀ ਬੋਲਦਾ ਅਤੇ ਮਾਂ ਕੁਛ ਹੋਰ ਬੋਲਦੀ ਹੈ ਈਵਨ ਇਨ ਯੂਪੀ ਬਿਹਾਰ ਸੋ ਪਰ ਉਹਨਾਂ ਨੇ ਇਹਨੂੰ ਬਲੌਕ ਕਰਤਾ ਉਹਨਾਂ ਨੇ ਕਿਹਾ ਕੋਈ ਪੰਜਾਬੀ ਇੱਥੇ ਹੈ ਨਹੀਂ ਉਰਦੂ ਹੈ ਅੱਜ ਤੱਕ ਚੱਲ ਰਿਹਾ ਔਰ ਅਜੀਬ ਹੈ ਮੈਂ ਉੱਥੇ ਜਦੋਂ ਕਿਤੇ ਰੋਟੀ ਖਾਣਾ 10 ਵੀ ਬੈਠੇ ਹੁੰਦੇ ਅਫਸਰ ਵੀ ਹਰ ਕਿਸਮ ਦੇ ਲੋਕ ਮੈਨੂੰ ਮਿਲਦੇ ਨੇ ਉਹਨਾਂ ਦੀਆਂ ਘਰ ਵਾਲੀਆਂ ਵੀ ਅਤੇ ਬੈਠੇ ਹੁੰਦੇ ਆ ਅਤੇ ਉਹ ਸਾਰੇ ਹੀ ਆਪਸ ਵਿੱਚ ਦੀ ਉਰਦੂ 'ਚ ਹਮਕੋ ਤੁਮਕੋ ਕਰੀ ਜਾਂਦੇ ਮੈਂ ਉਹਨਾਂ ਨੂੰ ਫਿਰ ਜਾਣ ਕੇ ਦੇ ਨੋ ਮਾਈ ਵਿਊਜ਼ ਮੈਂ ਕਹਿੰਦਾ ਯਾਰ ਤੁਸੀਂ ਪੰਜਾਬੀ ਨਹੀਂ ਬੋਲ ਸਕਦੇ ਪਰ ਉੱਥੇ ਕਲੀਅਰ ਆਈਡੀਆ ਹੈ
ਕਿ ਪੰਜਾਬੀ ਗਵਾਰਾਂ ਦੀ ਜ਼ਬਾਨ ਹੈ। ਕੈਨ ਯੂ ਇਮੈਜਿਨ ਪੰਜਾਬ ਅਸੈਂਬਲੀ ਲਾਹੌਰ ਵਿੱਚ ਤੁਸੀਂ ਪੰਜਾਬੀ 'ਚ ਨਹੀਂ ਬੋਲ ਸਕਦੇ? ਕੈਨ ਯੂ ਇਮੈਜਿਨ ਦਿਸ? ਇਹ ਅੱਜ ਵੀ ਹੋ ਰਿਹਾ, 70 ਸਾਲ ਹੋ ਗਏ ਉਹਨਾਂ ਨੂੰ। ਯੂ ਹੈਵ ਟੂ ਸਪੀਕ ਇਨ ਉਰਦੂ। ਦਿਸ ਇਜ਼ ਦਾ ਕੰਡੀਸ਼ਨ ਔਨ ਦੈਟ ਸਾਈਡ। ਅੱਛਾ, ਇੱਧਰ ਕੀ ਹੋਇਆ, ਮੈਂ ਤੁਹਾਨੂੰ ਆਪਣਾ ਵਿਚਾਰ ਦੱਸਣਾ ਅਤੇ ਤੁਸੀਂ ਉਹਨੂੰ ਸੋਚ ਲਿਓ ਇਹ ਗਲਤ ਹੈ ਕਿ ਠੀਕ ਹੈ, ਕਿਉਂਕਿ ਤੁਸੀਂ ਤਾਂ ਲਿਖਦੇ ਜੇ, ਤੁਸੀਂ ਤਾਂ ਇਹਦੇ ਵਿੱਚ ਜੇ। ਕਿ ਮੇਰਾ ਤਜਰਬਾ ਇਹ ਹੈ, ਮੈਂ ਸਕੂਲ ਕਾਲਜ 47 ਦੇ ਬਾਅਦ ਇੱਥੇ ਕਾਲਜ ਵਿੱਚ ਸੀ, ਮੈਂ 53 to 57, ਅਤੇ ਆਲ ਇੰਡੀਆ ਰੇਡੀਓ ਉਦੋਂ ਤਾਂ ਇੱਕ ਹੀ ਰੇਡੀਓ ਔਰ ਟੈਲੀਵਿਜ਼ਨ ਥੋੜ੍ਹੀ ਜਿਹੀ ਜਦੋਂ ਚਲਾਈ, ਉਹਦੇ 'ਤੇ ਜਿਹੜਾ ਥੋੜ੍ਹਾ ਜਿਹਾ ਮਰੀਅਲ ਜਿਹਾ ਪ੍ਰੋਗਰਾਮ ਪੰਜਾਬੀ ਦਾ ਆਉਣਾ, ਉਹ ਮੈਂ ਪਛਾਣਦਾ ਹੀ ਨਹੀਂ ਸੀ ਕਿ ਇਹ ਪੰਜਾਬੀ ਹੈ। ਜਿੱਥੋਂ ਮੈਂ ਆਇਆ ਪਿੰਡ 'ਚੋਂ, ਉਹ ਤਾਂ ਕੋਈ ਪੰਜਾਬੀ ਨਹੀਂ ਸੀ। ਉਹ ਤਾਂ ਜਮਾਲਦੀਨ ਦੀ ਲਾਹੌਰੋਂ ਉਦੋਂ ਆਉਂਦੀ ਹੁੰਦੀ ਸੀ, ਕਿ ਜਮਾਲਦੀਨ ਹੈਗਾ ਸੀ, ਬਹੁਤ ਉਹ ਜੱਟਾਂ ਵਾਲੀ ਗੱਲ ਕਰਦਾ ਸੀ, ਅਤੇ ਉਹ ਇੱਥੇ ਕੋਈ ਕਿਸੇ ਨੇ ਥੋੜ੍ਹਾ ਜਿਹਾ ਰੇਡੀਓ ਲਾ ਲੈਣਾ ਅਤੇ ਮੌਜ ਕਰਦੇ ਸੀ ਸੁਣ ਕੇ। ਇਟ ਵਾਜ਼ ਬੀਂਗ ਟੋਟਲੀ ਚੇਂਜਡ ਇਨ ਮਾਈ ਆਈਜ਼। ਹੁਣ ਪੰਜਾਬੀ ਜਿੱਥੇ ਅਸੀਂ ਜੋਗ੍ਰਾਫੀ 'ਚ ਬੈਠੇ ਹਾਂ, ਇਹਦੇ ਵਿੱਚ ਉਰਦੂ ਵੀ ਆਇਆ, ਫਾਰਸੀ ਵੀ ਆਈ, ਇਹਦੇ ਵਿੱਚ ਅਰਬਿਕ ਵੀ ਆਈ, ਇਹਦੇ ਵਿੱਚ ਟਰਕਿਸ਼ ਵੀ ਆਈ, ਕੀ ਨਹੀਂ ਆਇਆ ਉੱਧਰੋਂ। ਐਂਡ ਲੈਂਗੁਏਜਿਸ ਚੇਂਜ ਐਂਡ ਲੈਂਗੁਏਜਿਸ ਡਿਵੈਲਪ ਓਨਲੀ ਦਿਸ ਵੇ। ਲਿਵਿੰਗ ਲੈਂਗੁਏਜਿਸ ਕੀਪ ਔਨ ਬੋਰੋਇੰਗ ਐਂਡ ਟੇਕਿੰਗ। ਡੈਡ ਲੈਂਗੁਏਜਿਸ, ਸੰਸਕ੍ਰਿਤ ਹੋਵੇ ਜਾਂ ਲੈਟਿਨ ਹੋਵੇ ਜਾਂ ਗ੍ਰੀਕ ਹੋਵੇ, ਦੋਜ਼ ਆਰ ਕਲਾਸੀਕਲ ਲੈਂਗੁਏਜਿਸ, ਉਹ ਉੱਥੇ ਹੀ ਰਹਿੰਦੀਆਂ। ਪਰ ਜਿਹੜੇ ਇਨਸਾਨ ਬੋਲਦੇ ਨੇ ਉਹ ਤਾਂ ਲਿਵਿੰਗ ਲੈਂਗੁਏਜ ਹੈ। ਸੋ ਇਹ ਸਾਡੀ ਪੰਜਾਬੀ ਤਾਂ, ਕਿਉਂਕਿ ਅਸੀਂ ਇੰਡੀਆ ਦਾ ਗੇਟ ਹੈ, ਇਹਦੇ 'ਚ ਸਭ ਕੁਛ ਹੀ ਆਇਆ, ਸਭ ਕੁਛ ਹੀ ਆਇਆ। ਲੇਕਿਨ 47 ਦੇ ਬਾਅਦ ਬੜੀ ਅਜੀਬ ਗੱਲ ਹੋਈ ਕਿ ਇਸ ਪੰਜਾਬੀ 'ਚੋਂ ਵੀ ਕੋਈ ਅਰਬਿਕ ਜਾਂ ਇਰਾਨੀਅਨ ਜਾਂ ਟਰਕਿਸ਼ ਸ਼ਬਦ ਹੈਗਾ ਤਾਂ ਕੱਢੋ, ਐਂਡ ਪਿਓਰ ਹਿੰਦੀ ਜਾਂ ਈਵਨ ਸੰਸਕ੍ਰਿਤ ਦਾ ਸ਼ਬਦ ਲਿਆਓ। ਮੈਂ ਯਾਦ ਕੀਤਾ ਹੋਇਆ, ਲੋਪਤਗਾਮਨੀ ਕੀ ਹੁੰਦੀ ਹੈ ਤੁਹਾਨੂੰ ਪਤਾ? ਕਿਸੇ ਨੂੰ ਕੋਈ ਜਾਣਦੇ ਜੇ? ਲੋਪਤਗਾਮਨੀ ਟ੍ਰੇਨ, ਹਾਂਜੀ, ਉਹ ਇੰਜਨ। ਅੱਛਾ, ਹੁਣ ਤੁਸੀਂ ਲਿਖਾਰੀ ਜੇ, ਪੰਜਾਬ 'ਚ ਇੰਨਾ ਸ਼ੁਕਰ ਹੈ ਅਸੀਂ ਤਾਂ ਟਿਕਟ ਕਹਿੰਦੇ, ਟਿਕਟ ਨਹੀਂ ਕਹਿੰਦੇ, ਟਿਕਟ ਕਹਿੰਦੇ, ਪੰਜਾਬੀ ਆਈਸ ਕਰ ਦਿੱਤਾ, ਠੀਕ ਹੈ ਨਾ। ਟਿਕਟ ਲੈਣੀ ਆ, ਸਿਨੇਮੇ ਦੀ ਵੀ ਲੈਣੀ ਹੈ, ਰੇਲ ਦੀ ਵੀ ਲੈਣੀ, ਹਵਾਈ ਜਹਾਜ਼ ਦੀ ਵੀ ਲੈਣੀ, ਉਹ ਹਿੰਦੀ ਦੇ ਵਿੱਚ ਕਰ ਦਿੱਤਾ, ਯਾਤਰਾ ਪੱਤਰ ਹੈ। ਮਾਫ਼ ਕਰਨਾ, ਯਾਤਰਾ ਕੁਛ ਹੋਰ ਹੁੰਦੀ ਹੈ, ਯਾਤਰਾ ਤਾਂ ਹੁੰਦੀ ਆ ਆਪਣੇ ਗੰਗਾ ਦੀ, ਬਨਾਰਸ ਦੀ, ਹਰਿਦੁਆਰ ਦੀ, ਗੁਰਦੁਆਰੇ ਦੀ। ਨੋ, ਆਈ ਐਮ ਸੀਰੀਅਸ, ਤੁਸੀਂ ਮੈਨੂੰ ਦੱਸ ਦਿਓ ਜੇ ਮੈਂ ਗਲਤ ਕਹਿ ਰਿਹਾ। ਇਟ ਕਾਂਟ ਬੀ ਏ ਯਾਤਰਾ, ਮੈਂ ਇੱਥੋਂ ਭਿੱਖੀ ਪਿੰਡ ਤੋਂ ਉੱਥੇ ਜਾਣਾ ਤਾਂ ਉਹ ਯਾਤਰਾ ਹੋ ਗਈ? ਕੀ ਗੱਲਾਂ ਕਰਦੇ, ਹਾਂਜੀ, ਇਟ ਕਾਂਟ ਬੀ। ਬਟ ਦਿਸ ਵਾਜ਼ ਦਾ ਐਬਸਰਡਿਟੀ ਦੈਟ ਵਾਜ਼ ਬੀਂਗ ਫਿਲਡ ਇਨ ਟੂ ਦਿਸ ਲੈਂਗੁਏਜ। ਐਂਡ ਮੈਂ ਤੁਹਾਨੂੰ ਬੇਸਿਕ ਗੱਲ ਇਹ ਕਹਿ ਰਿਹਾ ਕਿ ਅੱਜ ਦੀ ਪੰਜਾਬੀ ਨੂੰ ਮੈਂ ਪਛਾਣਦਾ ਨਹੀਂ, ਹਾਂਜੀ, ਅੱਜ ਦੀ ਪੰਜਾਬੀ ਨੂੰ ਮੈਂ ਪਛਾਣਦਾ ਨਹੀਂ। ਔਰ ਮੇਰੇ ਅੰਦਾਜ਼ੇ ਵਿੱਚ ਕੋਈ ਵੀ ਪਿੰਡਾਂ ਦਾ, ਇਹ ਗੁਰਦਾਸਪੁਰ ਦੇ ਨੇ, ਮੈਂ ਅੰਮ੍ਰਿਤਸਰ ਦਾ, ਚਲੋ ਥੋੜ੍ਹਾ ਜਿਹਾ ਫਰਕ ਹੈ, ਬਟ ਕੋਈ ਵੀ ਨਹੀਂ ਪਛਾਣੇਗਾ, ਕੋਈ ਵੀ ਨਹੀਂ ਪਛਾਣੇਗਾ। ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਤੁਹਾਡਾ ਜੋ ਤੁਸੀਂ ਲਿਖਤ ਕਰਦੇ ਜੇ, ਉਹ ਕਿੰਨੀ ਕੁ ਪਿੰਡਾਂ ਵਾਲੇ ਉਹਨੂੰ ਪਛਾਣਦੇ ਨੇ, ਦ ਪੀਪਲ ਆਫ ਪੰਜਾਬ। ਔਰ ਇਸੇ ਕਰਕੇ ਜੇ ਪੰਜਾਬ ਦੀ ਕੋਈ ਪੰਜਾਬੀ ਲਿਖ ਗਿਆ ਤਾਂ ਉਹ ਸ਼ਿਵ ਬਟਾਲਵੀ ਲਿਖ ਗਿਆ, ਹੋਰ ਕੋਈ ਨਹੀਂ, ਮੈਨੂੰ ਨਹੀਂ ਕੋਈ ਦਿਸਦਾ। ਹਾਂਜੀ, ਕਿਉਂ ਲਿਖ ਗਿਆ? ਕਿ ਉਹ ਮਿੱਟੀ 'ਚੋਂ ਆਇਆ ਸੀ, ਉੱਧਰੋਂ ਗੁਰਬਤ 'ਚੋਂ ਆਇਆ ਸੀ, ਇੱਧਰ ਆ ਕੇ ਪਟਵਾਰੀ ਰਿਹਾ। ਮੈਨੂੰ ਉਹ ਮਿਲਿਆ ਸੀ ਜਿੱਦਣ ਉਹ ਪਟਵਾਰੀ ਸੀ, ਹਾਲੇ ਉਹਨੂੰ ਕੋਈ ਜਾਣਦਾ ਨਹੀਂ ਸੀ। ਮੇਰੀ 4 ਸਾਲ ਨੌਕਰੀ ਸੀ ਅਤੇ ਮੈਂ ਬਟਾਲੇ ਗਿਆ, ਅਤੇ ਮੈਨੂੰ ਰਾਤ ਰਹਿਣਾ ਪੈ ਗਿਆ ਮੀਟਿੰਗ ਦੇ ਬਾਅਦ। ਅਤੇ ਬੀ ਡੀ ਓ ਕਹਿੰਦਾ, ਜੀ ਸਾਡੇ ਕੋਲ ਇੱਕ ਮੁੰਡਾ ਹੈ, ਉਹ ਲਿਖਦਾ ਵੀ ਹੈ ਅਤੇ ਗਾਉਂਦਾ ਵੀ ਹੈ, ਅਤੇ ਸੁਣੋਗੇ? ਮੈਨੂੰ ਸ਼ੌਕ ਹੈਗਾ ਹੀ ਸੀ, ਅਤੇ ਉਹਨੂੰ ਮੈਂ ਉੱਦਣ ਸੁਣਿਆ। ਫਿਰ ਸਾਰੀ ਬਹੁਤ ਸਾਲ ਚੰਡੀਗੜ੍ਹ ਸੁਣਦੇ ਰਹੇ, ਰੋਜ਼ ਫੈਸਟੀਵਲ ਵਗੈਰਾ। ਪਰ ਸੱਚੀ ਗੱਲ, ਜੋ ਕੰਡਿਆਲੀ ਠੋਰ ਕਿੰਨੇ ਕੁ ਬੰਦੇ ਸਮਝਦੇ ਨੇ ਪੰਜਾਬੀ ਦੇ, ਜਿਹੜੇ ਇੱਧਰ ਉੱਧਰ ਬੈਠੇ ਨੇ, ਪਰ ਉਹਦੀ ਉਹ ਸ਼ਬਦਾਵਲੀ ਬਣੀ ਸੀ ਕਿਉਂਕਿ ਉਹ ਮਿੱਟੀ 'ਚੋਂ ਬਣੀ ਸੀ। ਇਸ ਕਰਕੇ ਮੈਂ ਇੱਕ ਗੱਲ ਬੜੀ ਕਲੀਅਰ ਸਮਝਦਾ ਕਿ ਇਹ ਜਿਹੜੀ ਪੰਜਾਬੀ, ਜਸਵੀਰ ਸਿੰਘ ਆਲੂ ਵਾਲੀ ਆ, ਉਹ ਮੇਰੇ ਇੱਕ ਜਮਾਤ ਸੀਨੀਅਰ ਹੈ, ਗਵਰਨਮੈਂਟ ਕਾਲਜ ਅਸੀਂ ਦੋਵੇਂ ਪੜ੍ਹੇ ਹਾਂ, ਨੇਕ ਆਦਮੀ, ਫਸਟ ਕਲਾਸ ਉਹਨੇ ਇੰਗਲਿਸ਼ ਦੀ ਕੀਤੀ, ਹਾਂਜੀ, ਐਵਰੀਥਿੰਗ। ਅਤੇ ਬਾਅਦ ਵਿੱਚ ਉਹਨੇ
ਸਿਵਲ ਸਰਵਿਸ ਤੋਂ ਰਹੇ ਆਈ ਪੰਜਾਬ ਦੇ ਅਤੇ ਬਾਅਦ ਵਿੱਚ ਉਹਨੇ ਪੰਜਾਬੀ ਕ੍ਰਿਟੀਸਿਜ਼ਮ ਵਿੱਚ ਕਾਫੀ ਕਰਨਾ ਸ਼ੁਰੂ ਕੀਤਾ ਤੁਸੀਂ ਤਾਂ ਬਹੁਤ ਜਾਣਦੇ ਮੈਨੂੰ ਤਾਂ ਮੋਟਾ ਮੋਟਾ ਪਤਾ ਕਿਤਾਬ ਉਹ ਕਦੀ ਮੈਨੂੰ ਭੇਜਦਾ ਹੁੰਦਾ ਸੀ ਵਿਚਾਰਾ ਪਰ ਮੇਰੇ ਪੱਲੇ ਨਹੀਂ ਸੀ ਪੈਂਦੀ ਇਹਨੇ ਕੀ ਲਿਖਿਆ ਸੋ ਮੈਂ ਉਹਨੂੰ ਥੈਂਕਸ ਕਰਨੇ ਟੈਲੀਫੋਨ ਕਰਨੇ ਅਤੇ ਨਹੀਂ ਇਟਸ ਅ ਗ੍ਰੇਟ ਕ੍ਰੈਡਿਟ ਇਫ ਏ ਮੈਨ ਇਜ਼ ਡੂਇੰਗ ਇਟ ਦ ਫੈਕਟ ਦੈਟ ਆਈ ਡੋਂਟ ਅੰਡਰਸਟੈਂਡ ਇਟ ਇਜ਼ ਨੋ ਇੰਡੀਕੇਸ਼ਨ ਆਫ ਐਨੀਥਿੰਗ ਅਤੇ ਸੋ ਇੱਥੋਂ ਤੱਕ ਫਰਕ ਪਿਆ ਹੈ ਸੋ ਇੱਕ ਤਾਂ ਇਹਨੂੰ ਤੁਹਾਨੂੰ ਸੋਚਣਾ ਹੋਏਗਾ ਮੇਰੀ ਅਕਲ ਵਿੱਚ ਤਾਂ ਕਿ ਤੁਸੀਂ ਕੋਈ ਵੀ ਜ਼ਬਾਨ ਜਿਹੜੀ ਹੈ ਕੋਈ ਵੀ ਪੋਇਟ ਜਿਹੜੇ ਕਿਸੇ ਫਰੈਂਚ ਵਿੱਚ ਲੈ ਲਓ ਸਪੈਨਿਸ਼ 'ਚ ਲੈ ਲਓ ਅੰਗਰੇਜ਼ੀ 'ਚ ਲੈ ਲਓ ਦੇ ਵਿਲ ਹੈਵ ਟੂ ਗੈਟ ਕਲੋਜ਼ ਟੂ ਦਾ ਪੀਪਲ ਸੋ ਦੈਟ ਦੇ ਰੈਕਨਾਈਜ਼ ਦ ਬਿਊਟੀ ਆਫ ਵਟ ਦੇ ਆਰ ਰਾਈਟਿੰਗ ਉਹ ਤਦ ਹੀ ਹੋਏਗਾ ਜੇ ਉਹ ਤੁਹਾਡੇ ਸ਼ਬਦ ਸਮਝਣਗੇ ਇਫ ਇਟ ਇਜ਼ ਸਟਰੇਂਜ ਟੂ ਦੈਮ ਦੈਨ ਦੇਰ ਇਜ਼ ਏ ਗੈਪ ਇਸ ਕਰਕੇ ਇੱਕ ਤਾਂ ਇਹ ਹੈ ਦੂਜਾ ਇਹ ਹੈ ਕਿ ਮੈਂ ਦੋਵੇਂ ਪਾਸੇ ਵੇਖਿਆ ਤੁਹਾਡਾ ਔਰ ਪਾਕਿਸਤਾਨ ਦੀ ਪੰਜਾਬੀ ਦਾ ਹੁਣ ਬਹੁਤ ਅੰਤਰ ਹੋ ਗਿਆ ਐਮ ਆਈ ਰਾਈਟ ਸਰ ਗਿੱਲ ਸਾਹਿਬ ਤੁਸੀਂ ਸਿਰ ਮਾਰ ਰਹੇ ਜੇ ਠੀਕ ਹੈ ਮੈਂ ਕੁਛ ਓਕੇ ਅਤੇ ਉੱਧਰ ਦਾ ਇੱਧਰ ਦਾ ਬਹੁਤ ਫਰਕ ਹੈ ਕਿਉਂਕਿ ਉੱਧਰ ਜਿਹੜੀ ਪੰਜਾਬੀ ਹੈ ਉਹ ਪਿੰਡਾਂ ਦੇ ਲੋਕ ਦਾਮਨ ਉਸਤਾਦ ਦਾਮਨ ਨੂੰ ਰੀਲਿਖ ਰਹੇ ਨੇ ਜਾਂ ਉਹਨਾਂ ਦੇ ਸਕਸੈਸਰ ਮੈਨੂੰ ਉਹ ਕਿਤਾਬਾਂ ਵੀ ਦਿੰਦੇ ਨੇ ਉਹ ਉਰਦੂ ਲਿਪੀ 'ਚ ਲਿਖਦੇ ਨੇ ਸ਼ਾਹਮੁਖੀ ਹੋਈ ਅਤੇ ਫਰਕ ਕੋਈ ਨਹੀਂ ਬਟ ਦੇ ਰਾਈਟ ਲੇਕਿਨ ਉੱਥੇ ਬੜੀ ਅਜੀਬ ਗੱਲ ਹੈ ਕਿ ਮੇਲਾ ਗੈਦਰਿੰਗ ਪੰਜਾਬੀ ਦੇ ਸ਼ਾਇਰਜ਼ ਹੀ ਹੁੰਦੀ ਅਤੇ ਉਹ ਇੱਕ ਆਡੀ ਕਮਿਊਨਿਟੀ ਹੈ ਯੂ ਨੋ ਦੇ ਆਰ ਸੈਪਰੇਟ ਫਰੋਮ ਦ ਐਲੀਟ ਆਫ ਪਾਕਿਸਤਾਨ ਉਹ ਨਹੀਂ ਜਾਂਦੇ ਉਹਦੇ 'ਚ ਬਿਲਕੁਲ ਨਹੀਂ ਜਾਂਦੇ ਮਤਲਬ ਹੀ ਕੋਈ ਨਹੀਂ ਉਹ ਉਰਦੂ ਵਗੈਰਾ ਜਾਂਦੇ ਨੇ ਲੇਕਿਨ ਉਹ ਜਿਹੜਾ ਲਿਖ ਰਹੇ ਨੇ ਉਹ ਸੋਇਲ ਦਾ ਲਿਖ ਰਹੇ ਨੇ ਵਾਰਿਸ ਸ਼ਾਹ ਦਾ ਹੋਰ ਇਹਨਾਂ ਦਾ ਹਾਂਜੀ ਜਿੰਨੇ ਵੀ ਹੈਗੇ ਨੇ ਸ਼ਾਹ ਹੁਸੈਨ ਵਗੈਰਾ ਦਾ ਸੋ ਉਹਦਾ ਹੁਣ ਤੁਹਾਡਾ ਆਪਸ ਵਿੱਚ ਦੀ ਡਾਇਲੋਗ ਜ਼ਰੂਰ ਹੋਣਾ ਚਾਹੀਦਾ ਕਿ ਥੋੜ੍ਹਾ ਬਹੁਤ ਤੁਸੀਂ ਬੋਰੋ ਕਰੋ ਥੋੜ੍ਹਾ ਬਹੁਤ ਇਫ ਦੇ ਕਾਂਟ ਅੰਡਰਸਟੈਂਡ ਯੋਰ ਬੁੱਕ ਐਂਡ ਯੂ ਕਾਂਟ ਅੰਡਰਸਟੈਂਡ ਦੇਅਰ ਤਾਂ ਫਿਰ ਗੱਲ ਕੀ ਬਣੇਗੀ ਮੈਨੂੰ ਕੋਈ ਸਮਝਾ ਦੇਵੇ ਦੇਅਰ ਵਿਲ ਬੀ ਟੂ ਪੰਜਾਬੀਜ਼ ਇਨ ਦਿਸ ਸਬ ਕੋਂਟੀਨੈਂਟ ਬਾਉਂਡਰੀ ਡਜ਼ਨਟ ਮੈਟਰ ਦੈਟਸ ਏ ਕੁਐਸਚਨ ਆਈ ਰੇਜ਼ ਅਤੇ ਇਹ ਇਹ ਤੁਸੀਂ ਲੋਕ ਹੀ ਸੋਚ ਸਕਦੇ ਜੇ ਐਂਡ ਆਈ ਵੁੱਡ ਸੇ ਮੈਂ ਸਪੋਕਸਮੈਨ ਅਖਬਾਰ ਪੜ੍ਹਦਾ ਹੁੰਦਾ ਸੀ ਸਾਰੇ ਪੰਜਾਬੀ ਦੇ ਮੈਂ ਪੜ੍ਹਦਾ ਸੀ ਮੈਂ ਮਿਨਿਸਟਰ ਬਣ ਕੇ ਇੱਕ ਹੀ ਕਾਰਨਾਮਾ ਕੀਤਾ ਦਿੱਲੀ 'ਚ ਮੈਂ ਕਿਹਾ ਗੱਲ ਸੁਣੋ ਇੱਥੇ ਜਿੰਨੇ ਗੁਰਮੁਖੀ ਦੇ ਪੇਪਰ ਨੇ ਚਾਹੇ 100 ਸ਼ਬਦ ਦਾ ਹੋਵੇ ਉਹਦੀ ਕਾਪੀ ਅਤੇ ਚਾਹੇ ਲੱਖ ਸ਼ਬਦ ਹੋਵੇ ਸਾਰੇ ਆਉਣਗੇ ਗੌਰਮੈਂਟ ਦੇ ਖਰਚ 'ਤੇ ਗਵਰਨਮੈਂਟ ਆਫ ਇੰਡੀਆ ਮਿਨਿਸਟਰ ਵਾਂਟਸ ਟੂ ਰੀਡ ਦੈਮ ਹਾਂਜੀ ਨਹੀਂ ਤਾਂ ਮਤਲਬ ਹੀ ਕੋਈ ਨਹੀਂ ਤੁਸੀਂ ਸਮਝੇ ਕਿ ਨਹੀਂ ਮੇਰੀ ਗੱਲ ਮੈਂ ਕਿਹਾ ਜਿੰਨੇ ਚਿਰ ਮੈਂ ਮਿਨਿਸਟਰ ਮਨਮੋਹਨ ਸਿੰਘ ਦੇ ਨਹੀਂ ਜਾ ਸਕਦੇ ਇਨਫੈਕਟ ਜੇ ਉਹਨੂੰ ਤਾਂ ਜੇ ਮੈਂ ਵੀ ਭੇਜ ਦਿੰਦਾ ਤਾਂ ਉਹਨੇ ਘਬਰਾ ਜਾਣਾ ਸੀ ਕਿ ਇਹ ਕਿੱਥੋਂ ਆ ਗਏ ਗੁਰਮੁਖੀ ਦੇ ਇਹਦੇ ਨਾਲ ਬੜੀ ਫੀਲਿੰਗ ਹੋ ਜਾਂਦੀ ਯੂ ਨੋ ਵਟ ਆਈ ਮੀਨ ਹੈ ਯੂ ਨੋ ਆਈ ਹੋਪ ਯੂ ਕੈਨ ਅੰਡਰਸਟੈਂਡ ਮੇਰੇ ਆਉਂਦੇ ਸੀ ਮੈਂ ਪੜ੍ਹਦਾ ਸੀ ਸਪੋਕਸਮੈਨ ਜਿਹੜਾ ਹੈ ਉਹਦਾ ਮੈਂ ਇੱਕ ਚੀਜ਼ ਮੇਰੇ ਮੈਂ ਨੋਟ ਕੀਤੀ ਕਿ ਉਹ ਛਾਪਦਾ ਸੀ ਉਹ ਪਾਕਿਸਤਾਨ ਤੋਂ ਬੜੇ ਲੋਕਾਂ ਦੇ ਛਾਪਦਾ ਸੀ ਮੈਂ ਉਹ ਸਾਰੇ ਧਿਆਨ ਨਾਲ ਪੜ੍ਹਦਾ ਸੀ ਮੇਰੀ ਆਦਤ ਹੈ ਮੈਂ ਵੇਖਣਾ ਨਹੀਂ ਮੈਂ ਉਸੇ ਵੇਲੇ ਟੈਲੀਫੋਨ ਮਾਰ ਕੇ ਅਤੇ ਕਸੂਰ ਦੇ ਵਿੱਚ ਇੱਕ ਰਾਈਟਰ ਬੈਠਾ ਮੈਂ ਉਹਨੂੰ ਡਾਇਰੈਕਟ ਟੈਲੀਫੋਨ ਕਰ ਦੇਣਾ ਉਹ ਝੱਟ ਲੱਗ ਜਾਣਾ ਉਹਨੇ ਕਹਿਣਾ ਜੀ ਤੁਸੀਂ ਕੌਣ ਮੈਂ ਕਹਿਣਾ ਜੀ ਮੈਂ ਫਲਾਨਾ ਸਿੰਘ ਦਿੱਲੀ ਤੋਂ ਮਿਨਿਸਟਰ ਨਾ ਦਾ ਨੈਚੁਰਲੀ ਦਾ ਮੈਨ ਇਜ਼ ਸ਼ੋਕਡ ਕਿ ਐਨ ਇੰਡੀਅਨ ਮਿਨਿਸਟਰ ਇਜ਼ ਟਰਾਈਂਗ ਟੂ ਟਾਕ ਟੂ ਮੀ ਇਨ ਕਸੂਰ ਅਗੇਂਸਟ ਆਲ ਦ ਇੰਟੈਲੀਜੈਂਸ ਆਫ ਦਿਸ ਸਾਈਡ ਐਂਡ ਦੈਟ ਸਾਈਡ ਬਟ ਆਈ ਵੁੱਡ ਟਾਕ ਟੂ ਹਿਮ ਐਂਡ ਹੀ ਵੁੱਡ ਫੀਲ ਹੈਪੀ ਕਿ ਕਿਸੇ ਬੰਦੇ ਨੇ ਪੜ੍ਹਿਆ ਹੈ ਔਰ ਪਛਾਣਿਆ ਹੈ ਮੇਰਾ ਲੇਖ ਔਰ ਬਹੁਤ ਵਧੀਆ ਉੱਧਰ ਲਿਖਦੇ ਨੇ ਅਤੇ ਆਈ ਫੀਲ ਦੈਟ ਸਮ ਹਾਓ ਮੈਂ ਹਮੇਸ਼ਾ ਉਹਨਾਂ ਨੂੰ ਕਹਿੰਦਾ ਹੁੰਦਾ ਸੀ ਕਿ ਬਈ ਉੱਧਰ ਦਾ ਛਾਪੋ ਇੱਥੇ ਛਪਦਾ ਵੀ ਹੈ ਆ ਕੁਰ ਭੇਜੋ ਉਹਨਾਂ ਨੂੰ ਵੀ ਮੈਂ ਕਹਿੰਦਾ ਆਈ ਥਿੰਕ ਆਈ ਸੈਟ ਟੂ ਹਿਮ ਸਮ ਟਾਈਮ ਕਿ ਉਹਨਾਂ ਦਾ ਪੋਇਟਰੀ ਲਿਆ ਕੇ ਇੱਥੇ ਛਾਪੋ ਆਪਣੀ ਉੱਧਰ ਭੇਜੋ ਉਹ ਵੀ ਛਾਪ ਦੇਣਗੇ ਦੇਅਰ ਹੈਜ਼ ਟੂ ਬੀ ਐਨ ਐਕਸਚੇਂਜ ਬਿਟਵੀਨ ਦ ਟੂ ਹਾਵਸ ਆਫ ਦ ਸੇਮ ਲੈਂਗੁਏਜ ਕਨੈਕਸ਼ਨ ਹੈਗਾ ਕਿਉਂਕਿ ਗ੍ਰੇਟ ਪੋਇਟਰੀ ਇੱਧਰ ਹੋਏਗੀ ਤਾਂ ਉਹ ਰੁਕ ਨਹੀਂ ਸਕਦੀ ਬਾਰਡਰ 'ਤੇ ਜੋ ਮੰਟੋ ਲਿਖ ਗਿਆ ਉਹ ਬਾਰਡਰ 'ਤੇ ਰੁਕ ਨਹੀਂ ਸਕਦੀ ਮੈਂ ਪਾਕਿਸਤਾਨ ਗਿਆ ਅਤੇ ਮੈਂ ਕਿਹਾ ਵੀ ਐਤ ਕਿ ਮੈਂ ਪਾਕਪਟਨ ਜਾਣਾ ਸੋ ਉੱਥੇ ਚਲੇ ਗਿਆ ਡੀ ਸੀ ਦੇ ਘਰ ਮੈਂ ਰਿਹਾ ਅਤੇ ਰਾਤ ਨੂੰ ਉਹਨਾਂ ਨੇ ਕਿਹਾ ਜੀ ਇੱਕ ਗਵਈਆ ਮੁੰਡਾ ਬਹੁਤ ਹੈ ਕਲਾਸਿਕਲ ਐਵਰੀਥਿੰਗ ਵੈਲ ਨੋਨ ਇਨ ਇੰਡੀਆ ਐਂਡ ਦੇਅਰ
ਯੰਗ ਮੈਨ ਅਤੇ ਉਹਨੂੰ ਬੁਲਾਈਏ ਅਤੇ ਸੁਣੋਗੇ ਮੈਂ ਸੁਣਿਆ ਮੈਂ ਕਿਹਾ ਜੀ ਬੁਲਾਓ ਅਸੀਂ ਪੰਜ ਸੱਤ ਜਣੇ ਬੈਠੇ ਸੀ ਅਤੇ ਉਹ ਗਾਉਂਦਾ ਰਿਹਾ ਸਾਰੀ ਰਾਤ ਉਹਨੇ ਬਾਬਾ ਨਾਨਕ ਵੀ ਗਾਇਆ ਉਹਨੇ ਤੁਹਾਡੇ ਸ਼ਬਦ ਵੀ ਗਾਏ ਤੁਹਾਥੋਂ ਜ਼ਿਆਦਾ ਗਾਏ ਸਭ ਉਹ ਗਾਉਂਦਾ ਸੀ ਅੱਜ ਦੇ ਪਾਕਿਸਤਾਨ 'ਚ ਫਿਰ ਉਹ ਕਹਿੰਦਾ ਜੀ ਤੁਸੀਂ ਮੈਨੂੰ ਕੋਈ ਦੱਸੋ ਕੋਈ ਕਿਹੜਾ ਮੈਂ ਤੁਹਾਨੂੰ ਗਾਉਂਦਿਆਂ ਖਾਸ ਮੈਂ ਕਿਹਾ ਸ਼ਿਵ ਬਟਾਲਵੀ ਔਰ ਉਹਨੇ ਸਾਰਾ ਹੀ ਗਾਉਂਤਾ ਸਾਰਾ ਹੀ ਗਾਉਂਤਾ ਨਾ ਸ਼ਿਵ ਬਟਾਲਵੀ ਵਿਲ ਲਿਵ ਇਨ ਪਾਕਿਸਤਾਨ ਐਜ਼ ਰੰਜ ਵਾਰਿਸ ਸ਼ਾਹ ਵਿਲ ਲਿਵ ਹੇਅਰ ਆਈ ਕੈਨ ਅਸ਼ੋਰ ਯੂ ਇਨ ਮਾਈ ਆਈ ਸ਼ਿਵ ਇਜ਼ ਦਾ ਗ੍ਰੇਟੈਸਟ ਪੋਇਟ ਆਫ ਦਾ 20th ਸੈਂਚਰੀ ਆਫ ਪੰਜਾਬੀ ਮੇਰਾ ਤਾਂ ਇਹ ਖਿਆਲ ਹੈ ਸੋ ਇਸ ਕਰਕੇ ਤੁਸੀਂ ਆਪਸੂਈ ਦੀ ਕਿਸੇ ਤਰੀਕੇ ਨਾਲ ਕੋਂਟੈਕਟ ਕਦੀ ਉਹਨਾਂ ਨੂੰ ਬੁਲਾਓ ਚੰਡੀਗੜ੍ਹ ਲੋਕ ਆਉਂਦੇ ਰਹਿੰਦੇ ਅਤੇ ਤੁਹਾਡੇ ਵੀ ਆ ਸਕਦੇ ਸੋ ਕਿਸੇ ਸਭਾ ਵਿੱਚ ਕਿਸੇ ਜੋ ਵੀ ਕਰਦੇ ਜੇ ਉਹਨਾਂ ਨੂੰ ਵੀ ਬੁਲਾਓ ਅਤੇ ਆਪ ਵੀ ਉੱਧਰ ਜਾਓ ਕੋਂਟੈਕਟ ਹੈਜ਼ ਟੂ ਬੀ ਮੇਡ ਐਂਡ ਹੈਜ਼ ਟੂ ਬੀ ਮੇਨਟੇਨਡ ਆਈ ਥੋਟ ਆਈ ਸ਼ੁੱਡ ਸੇ ਦਿਸ ਟੂ ਯੂ ਐਂਡ ਦਾ ਅਦਰ ਕੁਐਸਚਨ ਅਬਾਊਟ ਯੂਅਰ ਲੈਂਗੁਏਜ ਉਹ ਤਾਂ ਤੁਸੀਂ ਜਾਣਦੇ ਜੇ ਮੈਂ ਤਾਂ ਉਹੀ ਅੰਦਾਜ਼ੇ ਨਾਲ ਗੱਪਾਂ ਮਾਰਦਾ ਪਰ ਬੜੀ ਖੁਸ਼ੀ ਹੋਈ ਬਹੁਤ ਤੁਹਾਡਾ ਧੰਨਵਾਦ ਔਰ ਬਹੁਤ ਹੀ ਖਾਸ ਮੌਕਾ ਹੈ ਔਰ ਗਿੱਲ ਸਾਹਿਬ ਨੂੰ ਮੈਂ ਫਿਰ ਵਧਾਈ ਦਿੰਦਾ ਬਹੁਤ ਬਹੁਤ ਸ਼ੁਕਰੀਆ ਡਾਕਟਰ MS ਗਿੱਲ ਜੀ ਤੁਸੀਂ ਪੰਜਾਬੀ ਭਾਸ਼ਾ ਦੇ ਜਿਹੜੇ ਅਜੋਕੇ ਸਰੂਪ ਬਾਰੇ ਆਪਣੀ ਚਿੰਤਾ ਜ਼ਾਹਰ ਕੀਤੀ ਹੈ ਇਹ ਆਦਾਨ ਪ੍ਰਦਾਨ ਗਿੱਲ ਸਾਹਿਬ ਹੁਣ ਕਾਫੀ ਵੱਡੀ ਮਾਤਰਾ ਦੇ ਵਿੱਚ ਹੋ ਰਿਹਾ ਹੈ ਸ਼ਾਹਮੁਖੀ ਤੋਂ ਗੁਰਮੁਖੀ ਦੇ ਵਿੱਚ ਜਿਹੜੀ ਮਸ਼ੀਨੀ ਟਰਾਂਸਕ੍ਰਿਪਸ਼ਨ ਹੈ ਉਹ ਹੁਣ ਹੋਣੀ ਸ਼ੁਰੂ ਹੋ ਗਈ ਹੈ ਕਿ ਅਸੀਂ ਸਿੱਧੇ ਤੌਰ 'ਤੇ ਮਸ਼ੀਨ ਰਾਹੀਂ ਟਰਾਂਸਕ੍ਰਾਈਬ ਕਰ ਸਕਦੇ ਹਾਂ ਲਿਪਿਆਂਤਰਣ ਕਰ ਸਕਦੇ ਹਾਂ ਇਸ ਤੋਂ ਬਿਨਾਂ ਪੰਜਾਬੀ ਦੇ ਵਿੱਚ ਜਿਹੜੀਆਂ ਹੁਣ ਅਨੁਵਾਦ ਹੋ ਰਹੀਆਂ ਕਿਤਾਬਾਂ ਨੇ ਉਹਨਾਂ ਵਿੱਚ ਵੀ ਇਸ ਤਰ੍ਹਾਂ ਦਾ ਰੁਝਾਨ ਹੁਣ ਵੱਧ ਰਿਹਾ ਹੈ ਕਿ ਇਕੱਲੇ ਸੰਸਕ੍ਰਿਤ ਅਤੇ ਹਿੰਦੀ ਦੇ ਵਿੱਚੋਂ ਸ਼ਬਦ ਨਾ ਲਏ ਜਾਣ ਉਹ ਫਾਰਸੀ ਅਤੇ ਅਰੇਬਿਕ ਮੂਲ ਦੇ ਸ਼ਬਦ ਵੀ ਪੰਜਾਬੀ ਦੇ ਵਿੱਚ ਵਰਤੇ ਜਾਣ ਜਿਹੜੇ ਸਾਡੇ ਆਮ ਬੋਲਚਾਲ ਦੇ ਵਿੱਚ ਪਾਕਿਸਤਾਨ ਦੇ ਵਿੱਚ ਵੀ ਹੈਗੇ ਨੇ ਅਤੇ ਕੁਛ ਇੱਧਰ ਵੀ ਪਹਿਲਾਂ ਰਹੇ ਨੇ ਇੱਕ ਪਰਮਿੰਦਰ ਸੋਢੀ ਹੋਰਾਂ ਨੇ ਇੱਕ ਕਿਤਾਬ ਪਿੱਛੇ ਜੇ ਛਾਪੀ ਆ ਮੇਰਾ ਸ਼ਬਦ ਕੋਸ਼ ਜੇ ਉਹ ਪੜ੍ਹੋ ਤੁਹਾਨੂੰ ਪਤਾ ਲੱਗੂਗਾ ਕਿ ਪੰਜਾਬੀ ਦੇ ਵਿੱਚ ਬਹੁਤ ਹੀ ਜ਼ਿਆਦਾ ਹਰਮਨ ਪਿਆਰੇ ਸ਼ਬਦ ਪੁਰਤਗਾਲੀ ਤੋਂ ਆਏ ਹੋਏ ਨੇ ਤੁਰਕੀ ਤੋਂ ਆਏ ਹੋਏ ਨੇ ਬਾਲਟੀ ਬੋਤਲ ਇਹ ਸਾਰੇ ਸ਼ਬਦ ਪੁਰਤਗਾਲੀ ਤੋਂ ਸਾਡੇ ਕੋਲ ਆਏ ਤਾਂ ਉਹ ਸ਼ਬਦ ਪੜ੍ਹ ਕੇ ਹੈਰਾਨੀ ਹੋ ਜਾਂਦੀ ਹੈ ਕਿ ਪੰਜਾਬੀ ਦੇ ਦਰਵਾਜ਼ੇ ਖੁੱਲ੍ਹੇ ਰਹੇ ਨੇ ਅਤੇ ਤਮਾਮ ਜਿਹੜੀਆਂ ਨੇੜੇ ਦੀਆਂ ਭਾਸ਼ਾਵਾਂ ਨੇ ਉਹਦੇ ਵਿੱਚੋਂ ਪੰਜਾਬੀ ਸ਼ਬਦ ਆਉਂਦੇ ਰਹੇ ਨੇ ਸਾਨੂੰ ਪਰ ਇਹਦੇ ਬਾਰੇ ਜਿਵੇਂ ਗਿੱਲ ਸਾਹਿਬ ਨੇ ਸੁਚੇਤ ਕੀਤਾ ਸਾਨੂੰ ਕਾਫੀ ਸੁਚੇਤ ਹੋਣ ਦੀ ਲੋੜ ਹੈ ਕਿ ਜਦੋਂ ਅਸੀਂ ਸੰਸਕ੍ਰਿਤ ਮੂਲ ਦੇ ਹਿੰਦੀ ਮੂਲ ਦੇ ਸ਼ਬਦ ਵਰਤਦੇ ਹਾਂ ਉਹਦੀ ਬਜਾਏ ਕਈ ਵਾਰ ਸਾਡੇ ਕੋਲ ਬਹੁਤ ਆਸਾਨੀ ਨਾਲ ਅਰਬੀ ਫਾਰਸੀ ਮੂਲ ਦੇ ਸ਼ਬਦ ਸਾਡੇ ਕੋਲ ਮੌਜੂਦ ਨੇ ਜਿਹੜੇ ਅਸੀਂ ਵਰਤੋਂ 'ਚ ਲਿਆ ਸਕਦੇ ਹਾਂ ਇੱਕ ਕਿਤਾਬ ਗਿੱਲ ਸਾਹਿਬ ਨੂੰ ਭੇਟ ਕਰਨੀ ਆ ਰਾਗ ਰਤਨ ਰਾਗਾਂ ਨੂੰ ਚਿੱਤਰਾਂ ਦੇ ਵਿੱਚ ਇਹਨਾਂ ਨੇ ਬਹੁਤ ਫਾਈਨ ਫੋਟੋ ਆਰਟਿਸਟ ਨੇ